ਓਕੇ ਨਮਸਕਾਰ ਜੀ, ਸਵਾਗਤ ਹੈ ਤੁਹਾਡਾ ਪੰਜਾਬੀ ਦੀ ਔਨਲਾਈਨ ਕਲਾਸ ਦੇ ਵਿੱਚ। ਅਤੇ ਪਿਛਲੀਆਂ ਦੋ ਕਲਾਸਾਂ ਦੇ ਵਿੱਚ ਆਪਾਂ ਪੰਜਾਬੀ ਦੀ ਜੋ ਹੈ ਇੱਕ ਓਵਰਵਿਊ ਜਿਹਾ ਲੈ ਲਿਆ। ਪਹਿਲੀ ਕਲਾਸ ਦੇ ਵਿੱਚ ਆਪਾਂ ਕਰਿਆ ਸੀਗਾ ਓਵਰਵਿਊ ਆਫ ਪੰਜਾਬ, ਜਿਹਦੇ ਵਾਸਤੇ ਅਸੀਂ ਤੁਹਾਨੂੰ ਜੋ ਹੈ ਉਹ ਪੰਜਾਬ ਦੇ ਭਾਸ਼ਾ ਬਾਰੇ ਜੋ ਹੈ ਉਹ ਗੱਲਬਾਤ ਕਰੀ। ਦੂਸਰੀ ਕਲਾਸ ਦੇ ਵਿੱਚ ਆਪਾਂ ਪੰਜਾਬੀ ਲੈਂਗੁਏਜ ਸ਼ੁਰੂ ਕਰੀ ਹੈ, ਅਤੇ ਅੱਜ ਦੀ ਕਲਾਸ ਹੈ ਜਿਹੜਾ ਉਹ ਟਾਈਟਲ ਵੀ ਮੈਂ ਦੇ ਦਿੱਤਾ ਹੈ ਨਾ, ਪੰਜਾਬੀ ਲੈਂਗੁਏਜ ਜਿਹੜੀ ਗ੍ਰਾਮਰ ਹੈ ਉਹਦੇ ਵਿੱਚ ਸਾਡਾ ਸਭ ਤੋਂ ਪਹਿਲਾਂ ਜਿਹੜਾ ਟਾਈਪ ਹੈ ਉਹ ਹੈਗਾ ਧੁਨੀ ਬੋਧ, ਆਪਾਂ ਉਹ ਪੜ੍ਹਾਂਗੇ। ਤਾਂ ਲਾਸਟ ਕਲਾਸ ਜਿੱਥੇ ਤੱਕ ਮੈਨੂੰ ਯਾਦ ਆ ਬੇਟਾ, ਆਪਾਂ ਜੋ ਹੈ ਉਹ ਨਾਸਕੇ ਦੁੱਤ ਇਹਨਾਂ ਪਰ ਛੱਡੀ ਸੀਗੀ, ਹੈ ਨਾ। ਬਹੁਤ ਸੋਹਣੀ ਗੱਲ ਆ। ਉਸ ਤੋਂ ਹੀ ਅੱਗੇ ਆਪਾਂ ਅੱਜ ਦੀ ਕਲਾਸ ਜਿਹੜੀ ਹੈਗੀ ਉਹ ਸ਼ੁਰੂ ਕਰਦੇ ਹਾਂ। ਹੁਣ ਜਿਹੜੀ ਅੱਜ ਦੀ ਕਲਾਸ ਹੈ ਉਹਨੂੰ ਪਿੱਛੋਂ ਤੋਂ ਸ਼ੁਰੂ ਕਰਦੇ ਹਾਂ ਜੀ ਆਪਾਂ। ਤਾਂ ਮੈਨੂੰ ਦੱਸੋ ਕਿ ਪੰਜਾਬੀ ਭਾਸ਼ਾ ਹੈ ਜਿਹੜੀ ਉਹ ਕਿਹੜੀ ਲਿਪੀ ਦੇ ਵਿੱਚ ਲਿਖੀ ਜਾਂਦੀ ਹੈ? ਆਂਸਰ ਕਿਆ ਹੈ ਜੀ? ਗੁਰਮੁਖੀ ਲਿਪੀ ਦੇ ਵਿੱਚ ਲਿਖੀ ਜਾਂਦੀ ਹੈ ਨਾ। ਅਤੇ ਉਹਦੇ ਵਿੱਚ ਕਿੰਨੇ ਜਿਹੜੇ ਸਾਈਨਸ ਐਂਡ ਸਿੰਬਲ ਹੈ ਉਹ ਹੈਗੇ ਜੀ ਸਾਡੇ ਕੋਲ 35। ਅਤੇ ਹੋਇਆ ਕੀ ਕਿ ਭਾਸ਼ਾ ਦੀ ਸ਼ੁੱਧਤਾ ਵਾਸਤੇ ਸਾਡੇ ਸਭ ਸੁਪਨੇ ਦੇ ਵਿੱਚ ਸ਼ੇਰ ਨਹੀਂ ਆਉਂਦਾ, ਸ਼ੇਰ ਆਉਂਦਾ ਆ। ਤਾਂ ਫਿਰ ਆਪਾਂ ਬਿੰਦੀ ਲਾ ਕੇ ਸੱਸੇ ਦੇ ਪੈਰ ਬਿੰਦੀ ਸ਼ ਬਣਾ ਲਿਆ। ਹਿੰਦੀ ਦਾ ਸ਼ ਪੰਜਾਬੀ 'ਚ ਸੱਸੇ ਪੈਰ ਬਿੰਦੀ ਹੈ ਜੀ, ਹੈ ਨਾ। ਸਾਡਾ ਸੱਸਾ ਸੇਬ ਵਾਲਾ ਬਿੰਦੀ ਲੱਗ ਕੇ ਸ਼ ਬਣ ਜਾਂਦਾ ਆ। ਬਹੁਤ ਸੋਹਣੀ ਗੱਲ ਆ। ਹੁਣ ਜਿਹੜੀਆਂ ਇਹ ਬਿੰਦੀ ਟਿੱਪੀ ਅੱਧਕ ਹੈ ਇਹ ਕੀ ਹੈ, ਹੈ ਨਾ। ਇਹਨਾਂ ਨੂੰ ਅਸੀਂ ਲਗਾ ਮਾਤਰਾਵਾਂ ਆਖਦੇ ਹਾਂ। ਅੱਜ ਦੀ ਕਲਾਸ ਹੈ ਜਿਹੜੀ ਉਹ ਲਗਾ ਮਾਤਰਾਵਾਂ 'ਚ ਸ਼ੁਰੂ ਹੋਣੀ ਹੈ, ਕਿਉਂਕਿ ਜੇ ਤੁਸੀਂ ਧੁਨੀ ਬੋਧ ਪੜ੍ਹ ਰਹੇ ਹਾਂ ਤਾਂ ਧੁਨੀ ਬੋਧ ਵਿੱਚ ਸਵਰ ਵਿਅੰਜਨ ਆਪਾਂ ਪੜ੍ਹਨੇ ਹੈ ਜੀ। ਤੁਸੀਂ ਮੇਰੇ ਨਾਲ ਪਿਛਲੀ ਕਲਾਸ 'ਚ ਪੜ੍ਹਿਆ ਹੈ ਨਾ, ਊੜਾ ਆੜਾ ਏੜੀ ਸਵਰ ਆ। ਅਤੇ ਜਿਨ੍ਹਾਂ ਨੂੰ ਬੋਲਣ ਸਮੇਂ ਜਿਹੜੀ ਸਾਡੀ ਪ੍ਰਾਣ ਵਾਯੂ ਹੈ ਉਹ ਬਿਨਾਂ ਕਿਸੇ ਰੁਕਾਵਟ ਨਿਕਲੇ ਉਹ ਸਵਰ ਆ। ਜਿਨ੍ਹਾਂ ਨੂੰ ਬੋਲਣ ਲੱਗੇ ਰੁਕਾਵਟ ਮਹਿਸੂਸ ਹੋਵੇ ਉਹਨਾਂ ਨੂੰ ਵਿਅੰਜਨ ਜਾਂ ਕੌਨਸੋਨੈਂਟ ਕਹਿੰਦੇ। ਆਹੀ ਹੈ ਨਾ ਤੁਹਾਡਾ ਕੁਐਸਚਨ, ਆਹੀ ਹੈ ਜੀ। ਹੁਣ ਜਿਹੜੀ ਅਸੀਂ ਪਿਛਲੀ ਕਲਾਸ ਦੇ ਵਿੱਚ ਊੜਾ ਆੜਾ ਈੜੀ ਲਿਖੀ ਹੈ ਨਾ, ਆਪਾਂ ਇੱਥੇ ਰੰਗ ਲੈ ਲੈਂਦੇ ਹਾਂ ਜੀ ਪੀਲੇ ਰੰਗ ਦਾ, ਹੈ ਨਾ। ਕਾਲਾ ਲਿਆ ਹੋਇਆ ਹੈ, ਆਪਾਂ ਪੀਲਾ ਲੈਂਦੇ ਹਾਂ। ਊੜਾ ਆੜਾ ਅਤੇ ਈੜੀ। ਹੁਣ ਇਹ ਊੜਾ ਆੜਾ ਈੜੀ ਤਿੰਨ ਸਾਡੇ ਕੋਲ ਸਵਰ ਆ ਜਿਹੜੇ ਪੈਰਾਂ 'ਚ ਲੱਗਦੇ, ਉਹਨਾਂ ਨੂੰ ਦੁੱਤ ਅੱਖਰ ਕਹਿੰਦੇ ਆ ਨਾ। ਆਪਾਂ ਪਿਛਲੀ ਕਲਾਸ 'ਚ ਪੜ੍ਹਿਆ ਹਾਹਾ ਰਾਰਾ ਅਤੇ ਵਾਵਾ ਦੁੱਤ ਅੱਖਰ ਹੈ ਜੀ ਤੁਹਾਡੇ, ਬਿਲਕੁਲ ਹੈਗੇ ਆ। ਹੁਣ ਊੜਾ ਆੜਾ ਈੜੀ ਸਾਡੇ ਕੋਲ ਸਵਰ ਹੈ, ਤਾਂ ਇਹਨਾਂ ਸਵਰਾਂ ਤੋਂ ਹੀ ਪੂਰੀ ਦੀ ਪੂਰੀ ਭਾਸ਼ਾ ਬਣਨੀ ਹੈ ਜੀ ਸਾਡੀ। ਕਿਵੇਂ ਬਣਨੀ ਪੂਰੀ ਭਾਸ਼ਾ? ਅਸਲ 'ਚ ਭਾਸ਼ਾ ਹੈ ਕਿਆ? ਭਾਸ਼ਾ ਹੈ ਜਿਹੜੀ ਉਹ ਚਿੰਨ੍ਹਾਂ ਦਾ ਪ੍ਰਬੰਧ ਆ। ਚਿੰਨ੍ਹਾਂ ਦਾ ਪ੍ਰਬੰਧ ਕਿਆ ਹੁੰਦੀ ਹੈ ਜੀ ਸਾਡੇ ਕੋਲ? ਤੁਹਾਡਾ ਭਲਾ ਹੋ ਜੇ, ਸਸਿਊਰ ਨੇ ਇੱਕ ਤੁਹਾਨੂੰ ਉਹ ਦਿੱਤਾ ਹੈ, ਇੱਕ ਸੈਕਿੰਡ ਜ਼ਰਾ। ਸਸਿਊਰ ਨੇ ਤੁਹਾਨੂੰ ਇੱਕ ਭਾਸ਼ਾ ਦੀ ਥਿਊਰੀ ਦਿੱਤੀ ਹੈ, ਉਹਦੇ ਵਿੱਚ ਉਹ ਕਹਿੰਦਾ ਹੈ ਕਿ ਜਿਹੜੀ ਭਾਸ਼ਾ ਹੈ ਉਹ ਚਿੰਨ੍ਹਾਂ ਦਾ ਪ੍ਰਬੰਧ ਆ। ਤੁਹਾਡੇ ਕੋਲ ਹੈ ਨਾ, ਬਿਲਕੁਲ ਹੁੰਦੀ ਹੈ ਜੀ। ਹੁਣ ਸਾਡੇ ਕੋਲ ਚਿੰਨ੍ਹ ਹੈ ਕਿਹੜੇ ਚਿੰਨ੍ਹ? ਜਿਵੇਂ ਕਿ ਹੁਣ ਪੱਖਾ ਸਰਸਰ ਕਰ ਰਿਹਾ ਆ, ਹੈ ਨਾ। ਇਹ ਚਿੰਨ੍ਹਾਂ ਨੂੰ ਜਦੋਂ ਆਪਾਂ ਇਕੱਠਾ ਕਰ ਲੈਂਦੇ ਹਾਂ ਤਾਂ ਉਹ ਭਾਸ਼ਾ ਬਣ ਜਾਂਦੀ ਹੈ। ਊੜਾ ਆੜਾ ਈੜੀ ਸਵਰ ਆ, ਅਤੇ ਇਹਨਾਂ ਊੜਾ ਆੜਾ ਈੜੀ ਨੂੰ ਅਸੀਂ ਲਗਾ ਮਾਤਰਾਵਾਂ ਲਗਾਉਣੀਆਂ, ਹੈ ਨਾ। ਹੁਣ ਮੈਂ ਉਹਦੇ ਲਿਖ ਰਹੀ ਹਾਂ ਲਗਾ ਮਾਤਰਾਵਾਂ। ਤੁਹਾਨੂੰ ਇਹ ਠੀਕ ਦਿਖ ਰਿਹਾ? ਮੈਨੂੰ ਤਾਂ ਰਿਫਲੈਕਸ਼ਨ ਜੀ ਪੈ ਰਹੀ ਲਾਈਟ ਦੀ, ਤੁਹਾਨੂੰ ਇਹ ਠੀਕ ਦਿਖਣਾ ਚਾਹੀਦਾ। ਲਗਾ ਮਾਤਰਾਵਾਂ, ਰਾਈਟ। ਹੁਣ ਪੇਪਰ ਦਾ ਕੁਐਸਚਨ ਹੈ ਸਾਡੇ ਕੋਲ ਲਗਾ ਮਾਤਰਾਵਾਂ ਕਿੰਨੀਆਂ ਆ? ਇਹਦਾ ਆਂਸਰ ਸਿੱਧਾ ਹੀ ਸਿੱਧਾ, ਸਾਡੇ ਕੋਲ ਲਗਾ ਮਾਤਰਾਵਾਂ 10 ਹੈ।
ਲਗਾ ਮਾਤਰਾਵਾਂ ਕਿਹੜੀਆਂ ਹੈ ਜੀ, ਹੈ ਨਾ। ਹੁਣ ਮੈਂ ਉਰੇ ਇੱਕ ਲਿਖ ਰਹੀ ਹਾਂ ਸ਼ਬਦ ਮਾਂ। ਮਾਂ ਨੂੰ ਜਿਹੜਾ ਤੋੜ ਕੇ ਦੇਖੋ ਧੁਨੀਆਂ ਦੇ ਵਿੱਚ, ਮੰਮੇ ਨੂੰ ਕੰਨਾ ਪਲੱਸ ਆੜਾ, ਮਾਂ। ਹੁਣ ਮੈਂ ਉਰੇ ਲਿਖਾਂ ਰਾਮ। ਰਾਮ ਨੂੰ ਤੋੜੋ ਜਿਹੜਾ, ਰਾਰੇ ਨੂੰ ਕੰਨਾ, ਰਾਮ ਰਾਮ, ਹੈ ਨਾ। ਆ ਜਿਹੜਾ ਆੜਾ ਹੈ ਨਾ, ਇਹ ਹਰ ਜਗ੍ਹਾ ਆ, ਹਰ ਜੋ ਵੀ ਤੁਸੀਂ ਧੁਨੀ ਦਾ ਉਚਾਰਨ ਕਰਦੇ ਆ ਉਹਦੇ ਵਿੱਚ ਆੜਾ ਹੈਗਾ ਹੀ ਹੈਗਾ ਆ, ਠੀਕ ਹੈ ਨਾ। ਇਹਨੂੰ ਕਿਸੇ ਰੁਕਾਵਟ ਦੀ, ਕਿਸੇ ਬੈਰੀਅਰ ਦੀ, ਕਿਤੇ ਦੀ ਲੋੜ ਨਹੀਂ ਹੈਗੀ, ਹੈ ਨਾ। ਇਹ ਮੁਕਤ ਅਵਸਥਾ ਦੇ ਵਿੱਚ, ਐਵੇਂ ਯਾਦ ਕਰ ਲਓ ਜੀ ਤੁਸੀਂ, ਤਾਂ ਆੜਾ ਮੁਕਤਾ ਹੁੰਦਾ ਹੈ। ਪੇਪਰ ਦਾ ਕਿੰਨੀ ਵਾਰੀ ਆਇਆ ਕੁਐਸਚਨ ਆ, ਇਹਨੂੰ ਯਾਦ ਕਰਨੇ 'ਚ ਕਿਆ ਤੁਸੀਂ ਬਣਾ ਲੈਣੀ ਹੈ ਗੱਲ, ਕਿ ਦੇਖੋ ਇਹ ਮੁਕਤ ਹੈ, ਕਿਤੇ ਵੀ ਆ ਜਾਂਦਾ ਅਤੇ ਦਿਸਦਾ ਹੈ ਨਹੀਂ ਤੁਹਾਡੇ ਕੋਲ, ਹੈ ਨਾ। ਤਾਂ ਸਭ ਤੋਂ ਪਹਿਲੀ ਜਿਹੜੀ ਲਗਾ ਮਾਤਰਾ ਹੈ ਉਹ ਹੈਗੀ ਜੀ ਮੁਕਤਾ। ਮੁਕਤਾ ਮੁਕਤ ਤੋਂ ਬਣਾ ਸਕਦੇ ਹਾਂ ਤੁਸੀਂ, ਮੁਕਤਾ ਮੁਕਤੇ ਦਾ ਕੋਈ ਵੀ ਚਿੰਨ੍ਹ ਨਹੀਂ ਹੁੰਦਾ, ਹੈ ਨਾ। ਹੁਣ ਚਿੰਨ੍ਹ ਕੋਈ ਹੈ ਨਹੀਂ, ਚਿੰਨ੍ਹ ਨਹੀਂ, ਕੋਈ ਚਿੰਨ੍ਹ ਨਹੀਂ ਹੈ। ਮੁਕਤੇ ਨੂੰ ਤੁਸੀਂ ਕਿਵੇਂ ਦਿਖਾ ਸਕਦੇ ਹੈ ਪੰਜਾਬੀ ਭਾਸ਼ਾ 'ਚ, ਅਸੀਂ ਨਹੀਂ ਦਿਖਾ ਸਕਦੇ ਕਿਉਂਕਿ ਇਹਦਾ ਕੋਈ ਵੀ ਚਿੰਨ੍ਹ ਹੈ ਨਹੀਂ, ਠੀਕ ਹੈ ਨਾ। ਇਹਨੂੰ ਕਿਸੇ ਵੀ ਸਹਾਰੇ ਦੀ ਲੋੜ ਹੈ ਨਹੀਂ। ਹੁਣ ਮੈਂ ਬਜ਼ੁਰਗ ਹੋਈ ਜਾ ਰਹੀ ਹਾਂ, ਜਾਂ ਮੇਰੀ ਮਦਰ ਬਜ਼ੁਰਗ ਆ, ਜਾਂ ਆਪਣੇ ਕੋਈ ਵੀ ਆਸ ਪਾਸ ਦੇ ਵਿੱਚ ਬਜ਼ੁਰਗ ਵਿਅਕਤੀ ਹੈ, ਤਾਂ ਉਹ ਇੱਕ ਸਹਾਰੇ ਨਾਲ ਤੁਰਦਾ ਹੈ ਨਾ, ਡੰਡੇ ਦੇ ਨਾਲ ਤੁਰਦਾ ਆ, ਸੋਟੀ ਹੋ ਸਕਦੀ ਹੈ ਜੀ, ਛੜੀ ਹੋ ਸਕਦੀ ਹੈ, ਹੈ ਨਾ, ਬਿਲਕੁਲ ਠੀਕ ਆ। ਦੇਖੋ ਇਹਨੂੰ ਯਾਦ ਕਰਨ ਵਾਸਤੇ ਤੁਸੀਂ ਕਹਾਣੀਆਂ ਬਣਾਓ, ਹੈ ਨਾ, ਅਤੇ ਕਹਾਣੀਆਂ ਦੇ ਨਾਲ ਸਮਝ ਲਓ ਇਹਨੂੰ, ਜਾਂ ਫਿਰ ਵਾਹਿਗੁਰੂ ਤੁਹਾਡੀ ਬੁੱਧੀ ਇੰਨੀ ਉੱਚੀ ਕਰ ਦੇਵੇ ਕਿ ਤੁਸੀਂ ਇੱਕ ਵਾਰੀ ਕਿਹਾ ਸਮਝ ਲਓ ਮੇਰਾ। ਹੁਣ ਮੁਕਤਾ ਦਾ ਕੋਈ ਚਿੰਨ੍ਹ ਨਹੀਂ ਹੁੰਦਾ। ਅਗਲੀ ਲਗਾ ਮਾਤਰਾ ਹੈ ਜੀ ਕੰਨਾ। ਹੁਣ ਕੰਨਾ ਕਿਹਾ ਜਿਹਾ ਹੁੰਦਾ ਮੇਰਾ ਬੱਚਾ, ਇਹੋ ਜਿਹਾ ਹੁੰਦਾ, ਹੈ ਨਾ। ਮੈਂ ਉਰੇ ਇੱਕ ਇਗਜ਼ਾਮਪਲ ਲਿਖ ਰਹੀ ਹਾਂ, ਆਰਾਮ ਹੀ ਲਿਖ ਦੇਣਾ ਮੈਂ ਤਾਂ ਤੁਹਾਡੇ ਵਾਸਤੇ। ਰਾਰੇ ਨੂੰ ਕੰਨਾ ਅਤੇ ਮੰਮਾ ਰਾਮ। ਅਸਲ ਦੇ ਵਿੱਚ ਜਿਹੜੇ ਇਹ ਕੌਨਸੋਨੈਂਟ ਆ ਅਤੇ ਇਹ ਜਿਹੜੇ ਵੋਵਲਸ ਆ, ਜਿਹੜੇ ਇਹ ਸਵਰ ਆ, ਪੰਜਾਬੀ ਲੈਂਗੁਏਜ ਕਮਸ ਫਰੋਮ ਸੰਸਕ੍ਰਿਤ ਲੈਂਗੁਏਜ। ਪੰਜਾਬੀ ਭਾਸ਼ਾ ਸੰਸਕ੍ਰਿਤ ਤੋਂ ਨਿਕਲੀ ਹੈ, ਤਾਂ ਸੰਸਕ੍ਰਿਤ 'ਚੋਂ ਤਾਂ ਹਿੰਦੀ ਵੀ ਨਿਕਲੀ ਹੈ, ਹੈ ਨਾ। ਸੰਸਕ੍ਰਿਤ ਤੋਂ ਹੀ ਅਗਲੀਆਂ ਭਾਸ਼ਾਵਾਂ ਨਿਕਲੀਆਂ, ਚਾਹੇ ਉਹ ਪਾਲੀ ਹੈ, ਚਾਹੇ ਉਹ ਪ੍ਰਾਕਿਰਤ ਆ, ਚਾਹੇ ਉਹ ਖੜੀ ਬੋਲੀ ਹੈ, ਚਾਹੇ ਉਹ ਮੈਥਲੀ ਹੈ, ਚਾਹੇ ਉਹ ਬਿਹਾਰੀ ਹੈ, ਚਾਹੇ ਉਹ ਬ੍ਰਿਜ ਭਾਸ਼ਾ, ਚਾਹੇ ਉਹ ਹਿੰਦੀ ਹੈ। ਤਾਂ ਕਿਤੇ ਨਾ ਕਿਤੇ ਨਾ ਕਿਤੇ ਨਾ ਕਿਤੇ ਸਾਡੀ ਜਿਹੜੇ ਸਾਊਂਡਸ ਆ ਉਹ ਇੱਕ ਦੂਜੇ ਦੇ ਨਾਲ ਸਾਂਝ ਖਾਂਦੇ ਆ, ਹੈ ਨਾ। ਅਸਲ 'ਚ ਆਹ ਹਿੰਦੀ ਦਾ ਛੋਟਾ ਆ ਅਨਾਰ ਆ, ਆਹ ਬੜਾ ਆ ਆਮ ਆ, ਯਾਦ ਰੱਖਣਾ ਤੁਸੀਂ, ਹੈ ਨਾ। ਤਾਂ ਹਿੰਦੀ ਉਹ ਚੱਲ ਰਹੀ ਹੈ ਜਿਹੜੇ ਬੱਚੇ CBSE ਬੋਰਡ ਤੋਂ ਹੈ, ਅਤੇ ਜਿਨ੍ਹਾਂ ਦਾ ਪੰਜਾਬੀ ਦੇ ਨਾਲ ਥੋੜ੍ਹਾ ਜਿਹਾ ਰਿਸ਼ਤਾ ਕਮਜ਼ੋਰ ਆ। ਹਿੰਦੀ ਨਾਲ ਤਾਂ ਮਜ਼ਬੂਤ ਹੋਊਗਾ ਨਾ, ਹਿੰਦੀ ਤੋਂ ਹੀ ਤੁਸੀਂ ਪੰਜਾਬੀ ਸਿੱਖ ਸਕਦੇ, ਹੈ ਨਾ। ਮੁਕਤਾ ਦਾ ਕੋਈ ਚਿੰਨ੍ਹ ਨਹੀਂ ਹੈ। ਕੰਨਾ ਆ ਕੰਨਾ ਹੋ ਗਿਆ ਜੀ, ਆ ਹੁੰਦਾ ਜੀ ਕੰਨਾ। ਪੰਜਾਬੀ ਦੇ ਵਿੱਚ ਅੱਖਰ ਤੋਂ ਅੱਧਾ ਰੱਖਿਆ ਜਾਂਦਾ ਕੰਨਾ, ਠੀਕ ਹੈ ਨਾ, ਅੱਧਾ ਹੁੰਦਾ ਇਹ, ਹਿੰਦੀ 'ਚ ਇਹ ਪੂਰਾ ਹੁੰਦਾ ਹੈ ਅੱਖਰ ਦੇ ਬਰਾਬਰ ਦਾ। ਹੁਣ ਇਹ ਰਾਮ ਹੋ ਗਿਆ ਜੀ, ਹੋਰ ਕਿਆ ਲਿਖ ਸਕਦੇ ਤੁਸੀਂ ਉਰੇ? ਕੋਈ ਸਾਰ ਤਾਂ ਲੈ ਲਓ ਮੇਰੀ, ਸਾਰ ਸਮਰੀ, ਕਿਸੇ ਲੈਸਨ ਦੀ ਸਮਰੀ ਸਾਰ ਲਿਖੋ ਤੁਸੀਂ, ਇਹ ਸਾਰ ਹੋ ਗਿਆ ਹੈ ਜੀ, ਹੈ ਨਾ, ਵੈਰੀ ਗੁੱਡ। ਮੰਮੇ ਨੂੰ ਕੰਨਾ ਅਤੇ ਮੰਮੇ ਨੂੰ ਕੰਨਾ ਮਾਮਾ, ਦੇਖੋ ਇਹ ਡਬਲ ਆ ਗਿਆ ਜੀ ਤੁਹਾਡਾ, ਕੰਨਾ ਹੋ ਗਿਆ ਇਹ। ਹੁਣ ਕੰਨੇ ਤੋਂ ਬਾਅਦ ਅਗਲਾ ਕਿਆ ਹੈ ਜੀ ਸਾਡੇ ਕੋਲ? ਛੋਟਾ ਬੜਾ, ਛੋਟੀ ਈ ਛੋਟੀ ਈ, ਇਹਨੂੰ ਕਹਿੰਦੇ ਜੀ ਅਸੀਂ ਸਿਹਾਰੀ। ਹੁਣ ਜਿਹੜੀ ਸਿਹਾਰੀ ਹੈ ਬੀਬੀ, ਇਹਦੀ ਇਗਜ਼ਾਮਪਲ ਕਿਆ ਹੈ? ਮੈਂ ਤਾਂ ਸਿੰਪਲ ਉਹੀ ਲਿਖਾਣੀ ਜਿਹੜੀ ਤੁਹਾਨੂੰ ਪੇਪਰਾਂ ਦੇ ਵਿੱਚ ਆਮ ਹੀ ਆ ਜਾਂਦੀ ਹੁੰਦੀ ਹੈ, ਹੈ ਨਾ। ਬੜੇ ਚਿਰਾਂ ਦੀ ਗੱਲ ਆ ਕਿ ਇੱਕ ਪੇਪਰ ਸੀਗਾ ਮੇਰੇ ਦਿਮਾਗੋਂ ਨਿਕਲ ਗਿਆ ਹੈ ਨਾ, ਬੜੇ ਚਿਰਾਂ ਦੀ ਗੱਲ ਆ, ਆ ਗਿਆ ਜੀ ਚਿਰ, ਹੈ ਨਾ। ਆ ਹੁਣ ਜਦੋਂ ਮੈਂ ਟਰੈਵਲ ਕਰ ਰਹੀ ਤਾਂ ਰਾਹ ਵਿੱਚ ਮਿਠਾਈ ਦੀ ਦੁਕਾਨ ਦੇ ਉੱਪਰ ਪੋਸਟਰ ਲੱਗਿਆ, ਇੱਥੇ ਵਿਆਹ ਸ਼ਾਦੀਆਂ ਲਈ ਮਠਿਆਈ ਤਿਆਰ ਕੀਤੀ ਜਾਂਦੀ ਹੈ। ਕੀਤੀ ਨੂੰ ਉਹਨਾਂ ਨੇ ਸਿਹਾਰੀ ਪਾਈ ਹੋਈ, ਬਿਹਾਰੀ ਨਹੀਂ ਪਾਈ ਹੋਈ, ਹੈ ਨਾ।
ਤੇ ਚਿਰ ਹੋ ਗਿਆ ਜੀ, ਉਹ ਕੀਤੀ ਨਹੀਂ ਹੋ ਗਿਆ, ਉਹ ਕੱਤੀ ਜਾਂਦੀ ਹੈ ਨਾ। ਸਿਹਾਰੀ ਜਿਹੜੀ ਹੈਗੀ ਆ ਉਹ ਅੱਗੇ ਨੂੰ ਪੈਣੀ ਹੈ ਜੀ। ਚਿਰ, ਹੋਰ ਐਗਜ਼ਾਮਪਲ ਕਿਆ ਲਵਾਂ ਜੀ ਇਹਦੀ ਮੈਂ ਤੁਹਾਡੇ ਵਾਸਤੇ? ਲਓ ਜੀ, ਸਿਰ ਬਿਨਾਂ ਬੜਾ ਦੁਖਦਾ ਆ ਅੱਜ, ਹੈ ਨਾ। ਇਹ ਹੋ ਗਿਆ ਜੀ ਸਿਰ। ਅਗਲੀ ਹੈ ਜੀ ਤੁਹਾਡੀ ਬਿਹਾਰੀ। ਬਿਹਾਰੀ ਪਿੱਛੇ ਨੂੰ ਪੈਣੀ ਹੈ, ਠੀਕ ਹੈ ਨਾ। ਬਿਹਾਰੀ ਪਿੱਛੇ ਨੂੰ ਪੈਣੀ ਹੈ ਜੀ। ਹੁਣ ਆਹ ਇਹੀ ਐਗਜ਼ਾਮਪਲ ਮੈਂ ਥੱਲੇ ਲੈ ਰਹੀ ਹਾਂ ਤੁਹਾਨੂੰ ਸਮਝਾਉਣ ਵਾਸਤੇ, ਹੈ ਨਾ। ਤੁਹਾਨੂੰ ਸ਼ੁੱਧ ਸ਼ੁੱਧ ਆਉਣਾ। ਚੱਚੇ ਨੂੰ ਬਿਹਾਰੀ ਚੀਰ ਆ ਰਹਾ, ਚੀਰ। ਸਬਜ਼ੀ ਨੂੰ ਚੀਰ, ਅੰਬ ਨੂੰ ਚੀਰ, ਹੈ ਨਾ। ਗੱਠੇ ਨੂੰ ਚੀਰ, ਚੀਰਾ ਲਾ ਦਿਉ। ਚਿਰ, ਚੀਰ, ਦੇਖੋ ਸਾਊਂਡ ਲੰਬੀ ਗਈ ਨਾ, ਇਹ ਚੀਰ ਹੈ। ਹੁਣ ਆਹ ਸੱਸੇ ਨੂੰ ਸਿਹਾਰੀ ਤੀ, ਉਰੇ ਮੈਂ ਸੱਸੇ ਨੂੰ ਬਿਹਾਰੀ ਪਾ ਦੇਣੀ। ਇਹ ਹੋ ਗਿਆ ਜੀ ਸੀਰ, ਹੈ ਨਾ। ਸੀਰੀ, ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਸਾਡੇ ਸੀਰੀ। ਸੀਰ, ਸਿਰ, ਸੀਰ। ਪਿਰ, ਪੀਰ। ਹੁਣ ਸਮਝ ਰਹੇ ਹੈ? ਹੁਣ ਤੁਸੀਂ ਪੰਜਾਬੀ 'ਚ ਸ਼ੁੱਧ ਸ਼ੁੱਧ ਜਾਂ ਪੰਜਾਬੀ ਲਿਖਣੇ ਜਾਂ ਸਮਝਣ 'ਚ ਗਲਤੀ ਨਹੀਂ ਕਰੋਗੇ, ਰਾਈਟ। ਮੁਕਤਾ, ਕੰਨਾ, ਸਿਹਾਰੀ, ਬਿਹਾਰੀ। ਅਗਲਾ ਹੈ ਜੀ ਤੁਹਾਡਾ ਔਂਕੜ ਅਤੇ ਦੁਲੈਂਕੜ। ਔਂਕੜ ਅਤੇ ਦੁਲੈਂਕੜ, ਇਹ ਜੀ ਛੋਟਾ ਊ ਅਤੇ ਬੜਾ ਊ ਇਹ, ਹੈ ਨਾ। ਅਤੇ ਛੋਟਾ ਊ ਅਤੇ ਬੜਾ ਊ, ਔਂਕੜ ਅਤੇ ਦੁਲੈਂਕੜ। ਐਗਜ਼ਾਮਪਲ ਦੇਖੋ ਵੀ ਬੋਰਡ ਦੇ ਉੱਪਰ, ਹੈ ਨਾ। ਮੈਂ ਫਿਰ ਉਹੀ ਐਗਜ਼ਾਮਪਲ ਲਿਖ ਰਹੀ ਹਾਂ ਜੀ ਤੁਹਾਡੇ ਵਾਸਤੇ। ਤੱਤੇ ਨੂੰ ਇੱਕ ਔਂਕੜ ਰਾਰਾ, ਤੁਰ। ਤੁਰਨਾ ਨਹੀਂ ਆਉਂਦਾ, ਤੁਰ। ਪੱਪੇ ਨੂੰ ਇੱਕ ਔਂਕੜ ਅਤੇ ਰਾਰਾ, ਪੁਰ, ਠੀਕ ਹੈ ਨਾ। ਦੁਲੈਂਕੜ ਡਬਲ ਆ। ਹੁਣ ਮੈਂ ਇਹੀ ਐਗਜ਼ਾਮਪਲ ਥੱਲੇ ਲੈ ਰਹੀ ਹਾਂ। ਤੱਤੇ ਨੂੰ ਦੁਲੈਂਕੜ ਅਤੇ ਰਾਰਾ, ਤੂਰ। ਪੱਪੇ ਨੂੰ ਦੁਲੈਂਕੜ ਅਤੇ ਰਾਰਾ, ਪੂਰ। ਯਾਦ ਆ ਗਿਆ ਨਾ। ਹੁਣ ਦੇਖੋ ਇੱਥੇ ਫਿਰ ਐਗਜ਼ਾਮਪਲ। ਦੱਦੇ ਨੂੰ ਇੱਕ ਔਂਕੜ ਅਤੇ ਰਾਰਾ, ਦੁਰ। ਗੁਰਦਿਆਲ ਸਿੰਘ ਦੇ ਨਾਵਲਾਂ ਦੇ ਵਿੱਚ, ਅਣਹੋਏ ਨਾਵਲ ਦੇ ਵਿੱਚ ਇੱਕ ਡਾਇਲੋਗ ਹੈ ਕਿ ਦੁਰ ਦੁਰ ਕਰਦੀ ਫਿਰਦੀ ਹੈ, ਦੁਰ ਦੁਰ, ਹੈ ਨਾ। ਅਤੇ ਹੁਣ ਜੇ ਮੈਂ ਉਰੇ ਦੁਲੈਂਕੜ ਪਾ ਦੇਵਾਂ ਤਾਂ ਫਿਰ ਉਹ ਕਿਆ ਹੋ ਜਾਊਗਾ? ਦੂਰ, ਹੈ ਨਾ, ਦੂਰ ਗਈ, ਫੋਰ ਅਵੇ। ਹੁਣ ਆਪਾਂ ਕਿੰਨੇ ਕੁ ਸਿੱਖ ਲਏ ਹਾਂ ਜੀ? ਕੰਨਾ, ਸਿਹਾਰੀ, ਬਿਹਾਰੀ, ਔਂਕੜ ਅਤੇ ਦੁਲੈਂਕੜ। ਹੋਪ ਸੋ ਕਿ ਇਹ ਕਲੀਅਰ ਹੈ। ਅੱਗੇ ਚੱਲੀਏ ਜੀ ਆਪਾਂ, ਇਹਨੂੰ ਆਪਾਂ ਮਿਟਾ ਦਿੰਦੇ ਹਾਂ ਉਰੇ, ਅਤੇ ਆਪਾਂ ਅਗਲੀ ਇੱਥੇ ਲਿਖ ਲੈਂਦੇ ਮੇਰਾ ਬੇਟਾ। ਇਹ ਆਪਾਂ ਨੂੰ ਲੋੜ ਪੈਣੀ, ਆਪਾਂ ਇਹਨੂੰ ਨਹੀਂ ਮਿਟਾਉਣਾ। ਮੁਕਤਾ, ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ। ਅਗਲਾ ਮੇਰਾ ਗੁੱਡੂ ਹੈਗਾ ਹੈ ਜੀ ਲਾਂ, ਅਤੇ ਉਹ ਤੋਂ ਅਗਲਾ ਦੋਲਾਂ, ਹੈ ਨਾ। ਇਹਨੂੰ ਲਾਂ ਅਤੇ ਦੁਲਾਵਾਂ ਆਖਦੇ ਹਾਂ। ਲੱਲੇ ਨੂੰ ਕੰਨਾ ਉੱਪਰ ਬਿੰਦੀ ਲਾਂ, ਦੁਲਾਵੇਂ ਨੂੰ, ਦੱਦੇ ਨੂੰ ਔਂਕੜ, ਲੱਲੇ ਨੂੰ ਕੰਨਾ, ਵਾਵੇ ਨੂੰ ਕੰਧਾਂ ਉੱਪਰ ਬਿੰਦੀ, ਦੂ ਲਾਵਾਂ। ਇਹ ਕੁਛ ਨਹੀਂ ਹੈਗਾ ਜੀ ਲਾਵਾਂ ਦੁਲਾਵਾਂ, ਇੱਕ ਏ ਹੈ ਅਤੇ ਦੋ ਏ ਹੈ, ਹੈ ਨਾ। ਆਓ ਅਤੇ ਕਰੀਏ ਹੁਣ ਇਹਦੇ ਇਗਜ਼ਾਮਪਲ ਕਰੀਏ ਆਪਾਂ, ਇੱਕ ਲਾਂ ਅਤੇ ਦੋ ਲਾਂ ਦੀ, ਹੈ ਨਾ। ਬਹੁਤ ਬਹੁਤ ਈਜ਼ੀ ਐਗਜ਼ਾਮਪਲ ਲੈਂਦੇ ਹਾਂ ਆਪਾਂ, ਹੈ ਨਾ। ਹੇ ਰਾਮ, ਹੈ ਨਾ, ਹੇ ਕ੍ਰਿਸ਼ਨ ਮੁਰਾਰੀ, ਹੈ ਨਾ, ਯੇ ਕਿਆ ਦੇਖ ਲਿਆ ਮੈਨੇ, ਹੈ, ਡਬਲ ਹੋ ਗਈ ਨਾ ਸਾਊਂਡ, ਬਸ ਆਹੀ ਇਹਦੇ ਵਿੱਚ ਅੰਤਰ ਆ। ਇਹ ਹੋ ਗਿਆ ਜੀ ਤੁਹਾਡਾ ਹੇ, ਅਤੇ ਆਹ ਹੋ ਗਿਆ ਮੇਰਾ ਬੱਚਾ ਹੈ। ਇਹ ਹੋ ਗਿਆ ਜੀ ਮੈਂ, ਇਹ ਹੋ ਗਿਆ ਮੇਰਾ ਬੱਚਾ ਮੈਂ, ਠੀਕ ਹੈ ਨਾ। ਦੇਖੋ ਇੱਕ ਸੋਹਣੀ ਐਗਜ਼ਾਮਪਲ, ਜੇ ਕਰ ਔਰ ਜੈ, ਇੱਕ ਲਾਂ ਅਤੇ
ਦੋਲਾ। ਹੁਣ ਜੇ ਜੇਕਰ ਲਿਖਣਾ ਹੈ ਤਾਂ ਇੱਕ ਆਊਗਾ ਜੀ, ਹੈ ਨਾ। ਜੇ ਜੈਕਾਰਾ ਲਿਖਣਾ ਆ ਜਾਂ ਅਜੈ ਲਿਖਣਾ ਆ ਫਿਰ ਡਬਲ ਆਊਗਾ ਜੀ। ਇਹ ਕਿੰਨੇ ਹੋ ਗਏ ਮੇਰਾ ਬੱਚਾ? ਇਹ 1, 2, 3, 4, 5, 6, 7 ਅਤੇ 8, 2 ਰਹਿ ਗਏ ਨਾ, 10 ਹੀ ਲਿਖੇ ਆ ਮੈਂ। ਇੱਕ ਹੋੜਾ ਅਤੇ ਅਗਲਾ ਲਾਸਟ ਕਨੌੜਾ। ਹੋੜਾ ਅਤੇ ਕਨੌੜਾ, ਆਹ ਹੈ ਜੀ ਹੋੜੇ ਦਾ ਸਾਈਨ ਅਤੇ ਆਹ ਮੇਰਾ ਬੇਟਾ ਕਨੌੜਾ, ਡਬਲ। ਹੁਣ ਤੱਕ ਤੁਸੀਂ ਸਮਝ ਗਏ ਹੋਵੋਗੇ ਕਿ ਅਸਲ 'ਚ ਧੁਨੀਆਂ ਜਿਹੜੀਆਂ ਹੈਗੀਆਂ ਉਹ ਸਿੰਗਲ ਅਤੇ ਡਬਲ ਹੀ ਖੇਲ ਹੋ ਰਹੀਆਂ, ਅਤੇ ਹੁਣ ਵੀ ਅੱਗੇ ਸਿੰਗਲ ਅਤੇ ਡਬਲ ਹੀ ਖੇਲ ਹੋਣਗੀਆਂ, ਹੈ ਨਾ। ਇਹਨੂੰ ਸਮਝਣ ਵਾਸਤੇ ਚਲੋ ਆਪਾਂ ਪੰਜਾਬੀ ਪੜ੍ਹ ਰਹੇ ਹਾਂ ਅਤੇ ਆਪਾਂ ਉਹਦੇ ਵਿੱਚੋਂ ਇਗਜ਼ਾਮਪਲ ਲੈਂਦੇ ਹਾਂ, ਹੈ ਨਾ। ਨੇੜਲੀਆਂ ਜਾਂ ਰੀਅਲ ਲਾਈਫ ਦੀਆਂ ਇਗਜ਼ਾਮਪਲ ਲੈ ਕੇ ਪੜ੍ਹਨਾ ਬਹੁਤ ਹੀ ਆਸਾਨ ਰਹਿੰਦਾ ਸਾਡੇ ਵਾਸਤੇ। ਹੁਣ ਆਹ ਹੈਗਾ ਹੈ ਜੀ ਹੋੜਾ ਅਤੇ ਆਹ ਹੈਗਾ ਆ ਕਨੌੜਾ, ਹੈ ਨਾ, ਕਨੌੜਾ। ਹੋੜੇ ਦੀ ਇਗਜ਼ਾਮਪਲ ਬਹੁਤ ਸੋਹਣੀ ਹੈ, ਹੋੜੇ ਦੀ ਇਗਜ਼ਾਮਪਲ ਮੈਂ ਤੁਹਾਨੂੰ ਦਿੰਦੀ ਹਾਂ ਜੀ। ਮੇਰੇ ਨਾ ਪਿੰਡ ਪਿੱਪਲ ਦਾ ਦਰਖਤ ਹੈ ਅਤੇ ਉਹਦੇ ਉੱਪਰ ਮੋਰ ਆ ਜਾਂਦੇ ਆ, ਮੋਰ, ਹੈ ਨਾ। ਆ ਜਿਹੜਾ ਮੈਂ ਸੂਟ ਪਾਇਆ ਹੈ ਨਾ, ਤਾਂ ਮੈਂ ਉਹਨੂੰ ਕਿਹਾ ਸੀਗਾ ਦਰਜੀ ਨੂੰ ਕਿ ਇਹਦੇ ਨਾ ਇੱਥੇ ਗਲੇ ਪਰ ਅਤੇ ਮੇਰੀ ਬਾਹਾਂ ਦੇ ਉੱਪਰ ਨਾ ਕੋਰ ਲਾ ਦੀ, ਪਤਲੀ ਪਤਲੀ ਕੋਰ ਲਾ ਦੀ ਕੋਈ, ਹੈ ਨਾ, ਅਤੇ ਕੱਢ ਕੇ ਅਤੇ ਮੈਚਿੰਗ ਜਿਹੀ ਕਰ ਦੀ ਕੋਰ। ਲਾਹੌਰ ਛੱਡੋ ਯਾਰ, ਮੈਚਿੰਗ ਨੂੰ ਛੱਡੋ, ਸੂਟਾਂ ਸਾਟਾਂ ਦੀ ਗੱਲ ਨਹੀਂ ਕਰਨੀ ਆਪਾਂ, ਹੈ ਨਾ। ਆ ਮੇਰੀ ਉਂਗਲੀ ਹੈ ਨਾ ਜਿਹੜੀ ਇਹਦੇ ਪਰ ਕੋਰ ਪੱਕੀ ਹੋਈ ਹੈ, ਪੱਸ ਪੈ ਗਈ ਇਹਦੇ ਵਿੱਚ, ਕੋਰ ਪੱਕਣਾ, ਕੋਰ ਮੋਰ ਕੋਰ ਮੋਰ, ਯਾਦ ਹੋ ਗਿਆ ਨਾ, ਮੋਰ ਕੋਰ। ਹੁਣ ਦੇਖੋ ਮੈਂ ਕਿਆ ਬੋਲਦੀ ਹਾਂ, ਮੋਰ ਕੋਰ, ਮੋਰ ਮੋਰ ਕੋਰ ਕੋਰ, ਸਾਊਂਡ ਆ, ਸਭ ਕੁਝ ਸਾਊਂਡ ਦੇ ਉੱਪਰ ਖੜ੍ਹਾ ਆ। ਹੁਣ ਮੋਰ ਦਾ ਬਣ ਗਿਆ ਜੀ ਮੋਰ, ਅਤੇ ਕੋਰ ਦਾ ਬਣ ਗਿਆ ਕੌਰ। ਮੇਰਾ ਨਾਮ ਮਨਪ੍ਰੀਤ ਕੌਰ ਹੈ, ਮੇਰੇ ਮੋਰ ਦੁਖਦੇ ਹਨ, ਮੋਰ, ਹੈ ਨਾ। ਕਲੀਅਰ ਹੋ ਗਿਆ ਨਾ ਹੁਣ ਮੇਰਾ ਬੇਟਾ? ਆਈ ਹੋਣਾ ਹੈ ਚਮਕੌਰ ਸਾਹਿਬ, ਹੈ ਨਾ, ਚਮਕੌਰ ਸਾਹਿਬ। ਇਸੇ ਕਰਕੇ ਜਿਵੇਂ ਅਸੀਂ ਬੋਲਦੇ ਹਾਂ ਅਸੀਂ ਉਵੇਂ ਲਿਖਣਾ ਸ਼ੁਰੂ ਕਰਿਆ ਹੋਇਆ। ਅਸਲ ਸਾਡੀ ਨਾ ਜਿਹੜੀ ਪੰਜਾਬੀ ਜ਼ੁਬਾਨ ਆ ਉਹ ਸਾਫ਼ ਨਹੀਂ ਹੈਗੀ, ਅਤੇ ਜਦੋਂ ਵੀ ਕਿਸੇ ਭਾਸ਼ਾ ਨੂੰ ਅਸੀਂ ਬੋਲਣਾ ਆ ਨਾ, ਤਾਂ ਸਾਨੂੰ ਉਹਦੀ ਸ਼ੁੱਧਤਾ ਬਾਰੇ ਪਤਾ ਹੋਣਾ ਚਾਹੀਦਾ, ਤਾਂ ਅਸੀਂ ਉਹਨੂੰ ਜਿਹੜਾ ਹੈਗਾ ਆ ਉਹ ਸਾਫ਼ ਲਿਖ ਸਕਦੇ ਹਾਂ। ਸਾਫ਼ ਨੂੰ ਕਿਆ ਲਿਖ ਸਕਦੇ ਹਾਂ ਜੀ? ਅਸੀਂ ਸ਼ੁੱਧ ਰੂਪ ਦੇ ਵਿੱਚ ਲਿਖ ਸਕਦੇ ਹਾਂ। ਤਾਂ ਹੁਣ ਅਗਲਾ ਕੁਐਸਚਨ ਕਿਆ ਹੈ ਕਿ ਕਿਸੇ ਵੀ ਭਾਸ਼ਾ ਨੂੰ ਸ਼ੁੱਧ ਰੂਪ ਦੇ ਲਿਖਣ ਵਾਸਤੇ ਜੋ ਰੂਲਸ ਐਂਡ ਰੈਗੂਲੇਸ਼ਨਸ ਬਣਾਏ ਜਾਂਦੇ ਆ, ਮੇਰਾ ਬੇਟਾ ਉਹਨੂੰ ਕਿਆ ਆਖਦੇ ਆ? ਵਿਆਕਰਣ। ਆੜੇ ਦੇ ਉੱਪਰ ਲੈਣ ਲੱਗ ਗਈ, ਇਹ ਨਹੀਂ ਲਾਉਣੀ ਭਾਈ, ਠੀਕ ਹੈ ਨਾ। ਤਾਂ ਵਿਆਕਰਣ ਦੀ ਜਿਹੜੀ ਸਿੰਪਲ ਸਿੰਪਲ ਡੈਫੀਨੇਸ਼ਨ ਹੈ ਉਹ ਮੇਰਾ ਬੇਟਾ ਕਿਆ ਹੈ ਕਿ ਕਿਸੇ ਵੀ ਭਾਸ਼ਾ ਨੂੰ ਸ਼ੁੱਧ ਰੂਪ ਦੇ ਵਿੱਚ ਲਿਖਣ ਲਈ ਜੋ ਰੂਲਸ ਐਂਡ ਰੈਗੂਲੇਸ਼ਨਸ ਬਣਾਏ ਜਾਂਦੇ ਹਨ ਉਹਨਾਂ ਨੂੰ ਵਿਆਕਰਣ ਆਖਦੇ ਹਨ, ਹੈ ਨਾ। ਇਹ ਚੀਜ਼ਾਂ ਆਪ ਵੀ ਲਿਖ ਲੁਖ ਲਿਆ ਕਰੋ, ਨਹੀਂ ਮੇਰੀ 2 ਵਾਰ ਸੁਣ ਲਿਓ, ਤੁਹਾਨੂੰ ਉਹੀ ਯਾਦ ਹੋ ਜਾਣੀਆਂ ਇਹ। ਲਓ ਜੀ, ਇਹ ਹੋ ਗਿਆ ਜੀ ਲਗਾ ਮਾਤਰਾਵਾਂ। ਹੁਣ ਸਿੰਪਲ ਕੁਐਸਚਨ ਕਿਆ ਹੋਊਗਾ ਜੀ? ਕਿਹੜੀ ਮਾਤਰਾ ਜਿਹਦਾ ਚਿੰਨ੍ਹ ਕੋਈ ਨਹੀਂ ਉਹ ਹੈਗਾ ਹੈ ਜੀ ਮੁਕਤਾ। ਮੈਂ ਹੁਣੇ ਦੱਸਿਆ ਕਿ ਮੁਕਤਾ ਹਮੇਸ਼ਾ ਕਿਆ ਹੁੰਦਾ ਆ? ਆੜਾ ਹੁੰਦਾ ਆ, ਹੈ ਨਾ, ਆੜਾ ਮੁਕਤ ਆ। ਕੰਨਾ ਸਿਹਾਰੀ ਬਿਹਾਰੀ ਔਂਕੜ ਦੁਲੈਂਕੜ ਲਾਂ ਦੁਲਾਂ ਹੋੜਾ ਅਤੇ ਕਨੌੜਾ। ਇਹ ਹੈ ਜੀ ਤੁਹਾਡੇ ਕੋਲ 10 ਲਗਾ ਮਾਤਰਾਵਾਂ। ਬਿੰਦੀ ਟਿੱਪੀ ਅੱਧਕ ਲਗਾ ਅੱਖਰ ਆ, ਉਹ ਅਸੀਂ ਬਾਅਦ 'ਚ ਕਰਦੇ ਹਾਂ। ਹੁਣ ਆਹ 10 ਆ, ਅਗਲਾ ਕੁਐਸਚਨ ਐਗਜ਼ਾਮੀਨਰ ਦਾ ਇਹ ਹੈ ਕਿ ਇਹ 10 ਜਿਹੜੇ ਆ ਲਗਾ ਮਾਤਰਾਵਾਂ ਆ ਇਹ ਸਵਰਾਂ 'ਚ ਵੰਡਣੀਆਂ,
ਤਾਂ ਹੀ ਸਵਰ ਹੈ ਜਿਹੜੇ ਉਹ ਸਵਰ ਲਗਾ ਮਾਤਰਾਵਾਂ ਬਣਾਉਣਗੇ ਨਾ। ਤਾਂ ਸਵਰ ਲਗਾ ਮਾਤਰਾਵਾਂ ਬਣਾਉਣ ਵਾਸਤੇ ਆਓ ਜਿਹੜਾ ਅਸੀਂ ਉੜੇ ਆੜੇ ਈੜੀ ਨੂੰ ਆਹ 10 ਬਣ ਦਈਏ, ਹੈ ਨਾ। ਬਿਲਕੁਲ, ਮਤਲਬ ਕਿ 3 ਮੇਰੇ ਕੋਲ ਬਣਦੇ ਹੈ ਅਤੇ ਉਹਨਾਂ ਨੂੰ 10 ਰੁਪਏ ਵੰਡਣੇ ਹੈ, ਤਾਂ ਬਰਾਬਰ ਬਰਾਬਰ ਤਾਂ ਵੰਡੇ ਨਹੀਂ ਜਾ ਰਹੇ, ਹੈ ਨਾ, ਕਿਉਂਕਿ 3-3 ਤਾਂ 9 ਹੋ ਜਾਣੇ, 1 ਨੂੰ 4 ਚਲੇ ਜਾਣਗੇ, ਫਿਰ ਸਿੱਧੀ ਜੀ ਗੱਲ ਹੈ, ਹੈ ਨਾ, ਬਰਾਬਰ ਤਾਂ ਹੀ ਰੱਖਣੀ ਨਾ ਅਸੀਂ ਤਾਂ। ਬਿਲਕੁਲ ਠੀਕ ਹੈ। ਹੁਣ ਅਗਲਾ ਕੁਐਸਚਨ ਪੇਪਰ ਦੇ ਵਿੱਚ ਇਹ ਆਉਂਦਾ ਤੁਹਾਨੂੰ ਕਿ ਭਾਈ ਊੜੇ ਨਾਲ ਕਿੰਨੀਆਂ ਲਗਾ ਮਾਤਰਾਵਾਂ ਲੱਗਦੀਆਂ, ਆੜੇ ਨਾਲ ਕਿੰਨੀਆਂ ਅਤੇ ਈੜੀ ਨਾਲ ਕਿੰਨੀਆਂ ਲਗਾ ਮਾਤਰਾਵਾਂ ਲੱਗਦੀਆਂ ਆ। ਹੁਣ ਉਹਦੇ ਵਾਸਤੇ ਭਾਈ ਮੈਂ ਕਿਆ ਕਰਨਾ ਆ, ਇਹਨੂੰ ਛੋਟਾ ਕਰ ਦੇਣਾ ਹੈ ਅਤੇ ਆਪਾਂ ਜਿਹੜਾ ਹੈਗਾ ਆ ਉਹ ਅੱਗੇ ਲਿਖਣਾ ਸ਼ੁਰੂ ਕਰ ਦੇਣਾ ਆ। ਚੱਲ ਭਾਈ ਤੂੰ ਖੁੰਝੇ ਲੱਗ, ਠੀਕ ਹੈ ਨਾ, ਹੋਰ ਕਿਆ, ਚੱਲ ਪਰਾਂ ਹੋ। ਚਲੋ ਜੀ ਆਓ ਮੇਰਾ ਬੇਟਾ, 10 ਲਗਾ ਮਾਤਰਾਵਾਂ ਆ। ਦੇਖੋ ਜੋ ਮੈਂ ਤੁਹਾਨੂੰ ਪੜ੍ਹਾ ਰਹੀ ਨਾ ਬੇਟਾ, ਇਹ ਹੋ ਸਕਦਾ ਹੈ ਕਿ ਇਹਦੇ ਜਿਹੜੇ ਟਰੀਕਿਆਂ ਜਾਂ ਮੈਂ ਜਿਹੜੇ ਸ਼ੋਰਟਕੱਟ ਬਣਾਏ ਉਹ ਮੈਂ ਆਪ ਬਣਾਏ ਹੋਵਾਂ, ਤੁਸੀਂ ਵੀ ਆਪ ਬਣਾ ਸਕਦੇ, ਤੁਹਾਨੂੰ ਮੇਰੇ ਨਹੀਂ ਚੰਗੇ ਲੱਗਦੇ ਤੁਸੀਂ ਆਪ ਬਣਾ ਲਓ। 343, ਠੀਕ ਹੈ ਨਾ, ਤੁਸੀਂ ਆਮ ਹੀ ਪੜ੍ਹਦੇ ਆ ਜਦੋਂ ਮੈਥ ਜਾਂ ਰੀਜ਼ਨਿੰਗ ਪੜ੍ਹਦੇ ਆ, ਹੈ ਨਾ, ਇਹ ਬੜਾ ਫਰੈਂਡਲੀ ਜਿਹਾ ਨੰਬਰ ਹੈ ਤੁਹਾਡਾ। ਆ ਲਓ ਜੀ, ਇੱਥੇ ਸਭ ਤੋਂ ਪਹਿਲਾਂ 3 ਦੇ ਤੀਏ ਵਰਗਾ ਹੀ ਊੜਾ ਹੈ ਨਾ, ਇਹਨੂੰ ਉੱਪਰ ਨੂੰ ਐਂ ਕਰ ਦਿਉ ਤਾਂ ਊੜਾ ਨਹੀਂ ਬਣ ਗਿਆ, ਇਹ ਮੈਂ ਊੜਾ ਬਣਾ ਦਿੱਤਾ, ਹੈ ਨਾ। ਆਹ ਮੇਰਾ ਬੇਟਾ ਆੜਾ ਬਣ ਗਿਆ ਅਤੇ ਆਹ ਮੇਰਾ ਗੁੱਡੂ ਈੜੀ ਬਣ ਗਿਆ। ਊੜਾ ਆੜਾ ਈੜੀ 343 ਦਾ ਫਾਰਮੂਲਾ, ਤਾਂ ਇਹਨੂੰ ਦੇਖ ਕੇ ਪਤਾ ਚੱਲਦਾ ਵੀ ਊੜੇ ਨਾਲ ਕਿੰਨੀਆਂ ਲਗਾ ਮਾਤਰਾਵਾਂ, 3, ਆੜੇ ਨਾਲ ਕਿੰਨੀਆਂ, 4, ਈੜੀ ਨਾਲ ਕਿੰਨੀਆਂ, 3। ਪੇਪਰ ਦਾ ਕੁਐਸਚਨ ਹੈ ਊੜੇ ਨਾਲ ਕਿੰਨੀਆਂ ਲਗਾ ਮਾਤਰਾਵਾਂ ਲੱਗਦੀਆਂ ਹਨ, ਤਾਂ ਤੁਸੀਂ ਕਿਆ ਲਿਖਣਾ ਭਾਈ, 3। ਆੜੇ ਨਾਲ ਕਿੰਨੀਆਂ ਲੱਗਦੀਆਂ ਆ, 4, ਈੜੀ ਨਾਲ ਕਿੰਨੀਆਂ ਲੱਗਦੀਆਂ ਹੈ ਜੀ, 3। ਲਓ ਜੀ ਹੁਣ ਐਗਜ਼ਾਮੀਨਰ ਪੁੱਛਦਾ ਕਿਹੜੀਆਂ 3 ਲੱਗਦੀਆਂ। ਹਾਂ ਪੁੱਛ ਸਕਦਾ ਉਹ, ਹੈ ਨਾ, ਉਹਨੇ ਕੁਐਸਚਨ ਪੇਪਰ ਸੈੱਟ ਕਰਨਾ ਤਾਂ ਉਹ ਕੁਐਸਚਨ ਪਾਊਗਾ ਨਾ ਥੋੜ੍ਹੇ ਜਿਹੇ। ਉਹ ਊੜੇ ਨਾਲ ਕਿਹੜੀਆਂ 3, ਆੜੇ ਨਾਲ ਕਿਹੜੀਆਂ 3, ਈੜੀ ਦੇ ਨਾਲ ਕਿਹੜੀਆਂ 3, ਦੱਸੋ ਭਾਈ ਕਿਹੜੀਆਂ 3, ਹੈ ਨਾ। ਬਹੁਤ ਈਜ਼ੀ ਹੈ, ਇਹ ਵੀ ਬਹੁਤ ਸੋਹਣਾ, ਆਓ ਇਹਨੂੰ ਯਾਦ ਕਰੀਏ ਆਪਾਂ। ਊੜੇ 'ਤੇ ਸ਼ੁਰੂ ਕਰ ਲਓ ਜਾਂ ਈੜੀ 'ਤੇ ਸ਼ੁਰੂ ਕਰ ਲਓ, ਆੜੇ ਨੂੰ ਅਸੀਂ ਬਾਅਦ ਵਿੱਚ ਵੇਖ ਸਕਦੇ ਹਾਂ, ਠੀਕ ਹੈ, ਕਿਉਂਕਿ ਆੜਾ ਤਾਂ ਮੁਕਤ ਹੈ ਨਾ, ਇਹ ਤਾਂ ਕਿਸੇ ਬੰਦਿਸ਼ ਨਹੀਂ ਆਉਂਦਾ ਹੈਗਾ। ਹਾਂ ਸ਼ਾਬਾਸ਼ ਮੇਰਾ ਬੇਟਾ, ਜੇ ਦਿਮਾਗ ਦੇ ਵਿੱਚ ਗੱਲ ਬੈਠੀ ਹੋਈ ਹੈ ਨਾ। ਹੁਣ ਈੜੀ ਈਸ਼ਵਰ ਆ, ਮੈਂ ਕਿਵੇਂ ਯਾਦ ਕਰਦੀ ਹਾਂ, ਈੜੀ ਈਸ਼ਵਰ ਹੈ ਨਾ, ਈਸ਼ਵਰ ਦੇ ਸਪੈਲਿੰਗ ਆਹ ਹੁੰਦੇ ਆ, ਈਸ਼ਵਰ, ਕਿਉਂਕਿ ਹਿੰਦੀ ਦੇ ਵਿੱਚ ਸ਼ ਆ ਪੈਂਦਾ ਨਾ ਈਸ਼ਵਰ ਨੂੰ, ਅਤੇ ਬੜੀ ਈ ਪੈਂਦੀ ਹੈ ਈਸ਼ਵਰ ਨੂੰ, ਬੜੀ ਈ ਵਾਸਤੇ ਆਪਾਂ ਬਿਹਾਰੀ ਬਣਾਈ ਸੀਗੀ ਨਾ, ਅਤੇ ਸ਼ ਵਾਸਤੇ ਅਸੀਂ ਬਿੰਦੀ ਲਾ ਲਈ ਸੀਗੀ, ਆਹੀ ਹੈ ਨਾ, ਦੇਖੋ ਹਿੰਦੀ ਤੋਂ ਪੰਜਾਬੀ ਬਣੀ, ਹੋਰ ਕਿਆ ਕਹਾਣੀ ਹੈ। ਤਾਂ ਹੁਣ ਕਹਿੰਦੇ ਜੀ ਈਸ਼ਵਰ ਆ, ਅਤੇ ਉਹ ਜਿਹੜਾ ਵਾਹਿਗੁਰੂ ਹੈ, ਉਹ ਜਿਹੜਾ ਈਸ਼ਵਰ ਆ, ਉਹ ਹਰ ਵਕਤ ਜਦੋਂ ਵੀ ਮੈਂ ਕੋਈ ਕੰਮ ਕਰਨ ਲੱਗਾ ਤਾਂ ਉਹ ਮੇਰੇ 'ਤੇ ਮੂਹਰੇ ਖੜ੍ਹਾ ਆ, ਹੈ ਨਾ। ਮੇਰੀ ਮਾਤਾ ਅਕਸਰ ਕਹਿੰਦੀ ਹੁੰਦੀ ਹੈ ਕਿ ਹਰ ਕੰਮ ਕਰਨ ਵਾਸਤੇ ਪਰਮਾਤਮਾ ਦਾ ਨਾਂ ਲੈਣਾ ਜ਼ਰੂਰੀ ਹੈ, ਉਹ ਹਰ ਵਕਤ ਤੁਹਾਡੇ ਨਾਲ ਆ, ਹੈ ਨਾ। ਤਾਂ ਮੈਂ ਇਹਨੂੰ ਟ੍ਰਿਕ ਨੂੰ ਯਾਦ ਐਂ ਕਰ ਲਿਆ ਕਿ ਉਹ ਹਰ ਵਕਤ ਮੇਰੇ ਮੂਹਰੇ ਆ, ਹਰ ਵਕਤ ਮੇਰੇ ਪਿੱਛੇ ਹੈ, ਅਤੇ ਉਹਦਾ ਹੱਥ ਹੈ ਨਾ ਜਿਹੜਾ, ਉਹ ਹਰ ਵਕਤ ਮੇਰੇ ਸਿਰ ਦੇ ਉੱਪਰ ਆ, ਹੈ ਨਾ। ਵੈਰੀ ਗੁੱਡ। ਜੇ ਹੁਣ ਈਸ਼ਵਰ ਹਰ ਵਕਤ ਮੇਰੇ ਅੱਗੇ ਹੈ ਤਾਂ ਅੱਗੇ ਨੂੰ ਪੈਗੀ ਸਿਹਾਰੀ, ਹੁਣ ਈਸ਼ਵਰ ਹਰ ਵਕਤ ਮੇਰੇ ਪਿੱਛੇ ਹੈ ਤਾਂ ਪਿੱਛੇ ਨੂੰ ਪੈਗੀ ਬਿਹਾਰੀ,
ਹੁਣ ਜੇ ਈਸ਼ਵਰ ਦਾ ਹੱਥ ਹਰ ਵਕਤ ਮੇਰੇ ਸਿਰ ਦੇ ਉੱਪਰ ਹੈ ਤਾਂ ਫਿਰ ਇੱਕ ਲਾਂ, ਕਿਉਂਕਿ ਵਾਹਿਗੁਰੂ ਇੱਕ ਹੈ ਨਾ, ਏਕ ਓਅੰਕਾਰ, ਤਾਂ ਇੱਕ ਮੈਂ ਲਾਂ ਈੜੀ ਨੂੰ ਦਿੱਤੀ। ਕਲੀਅਰ ਹੋ ਗਈ ਗੱਲ? ਹੁਣ ਇੱਥੇ ਮੈਂ ਕੱਟ ਰਹੀ ਹਾਂ ਤੁਹਾਡੇ ਦੇਖਣੇ ਵਾਸਤੇ। ਆਹ ਮੈਂ ਈੜੀ ਨੂੰ ਦਿੱਤੀ, ਆਹ ਵੀ ਮੈਂ ਈੜੀ ਨੂੰ ਦਿੱਤੀ, ਅਤੇ ਆਹ ਵੀ ਮੈਂ ਈੜੀ ਨੂੰ ਦਿੱਤੀ, ਹੈ ਨਾ। ਇੱਥੇ ਮੈਂ ਤੁਹਾਡੇ ਵਾਸਤੇ ਲਿਖ ਵੀ ਦਿੰਦੀ ਹਾਂ ਕਿ ਆਹ ਵੀ ਈੜੀ ਕੋਲ ਆ, ਆਹ ਵੀ ਈੜੀ ਕੋਲ ਆ, ਆਹ ਵੀ ਈੜੀ ਕੋਲ ਆ। ਹੁਣ ਅੱਗੇ ਵਾਰੀ ਆ ਗਈ ਜੀ ਊੜੇ ਦੀ। ਏਕ ਓਅੰਕਾਰ, ਵਾਹਿਗੁਰੂ ਜਿਹੜਾ ਹੈਗਾ ਆ ਉਹ ਇੱਕ ਆ, ਹੈ ਨਾ, ਇੱਕ ਹੀ ਹੈ ਜੀ। ਅਤੇ ਉਹ ਬਾਬੇ ਨਾਨਕ ਨੇ ਸਾਨੂੰ ਕਿਹਾ ਆ, ਅਤੇ ਬਾਬੇ ਨਾਨਕ ਨੇ ਕਿਆ ਕਿਹਾ ਸੀਗਾ ਜੀ, ਏਕ ਓਅੰਕਾਰ ਵਾਸਤੇ ਜਿਹੜਾ ਊੜਾ ਆ ਨਾ ਉਹਦਾ ਮੂੰਹ ਉੱਪਰੋਂ ਖੋਲ੍ਹਿਆ, ਕਿਉਂਕਿ ਉਹਨਾਂ ਨੇ ਉਹਨੂੰ ਐਵੇਂ ਹੋੜਾ ਦੇਣਾ ਸੀਗਾ ਨਾ, ਤਾਂ ਊੜਾ ਦੇਖੋ ਦੇਖਣ ਨੂੰ ਐਵੇਂ ਦਾ ਹੈ, ਫਿਰ ਉਹਦੇ ਸਿਰ ਦੇ ਉੱਪਰ ਹੋੜਾ, ਉਹ ਕਿਵੇਂ ਦਾ ਲੱਗਦਾ ਨਾ। ਇਸ ਕਰਕੇ ਹੋੜਾ, ਊੜੇ ਦਾ ਮੂੰਹ ਖੁੱਲ੍ਹ ਗਿਆ ਨਾ ਉੱਪਰ, ਹੋੜਾ ਆ ਗਿਆ ਜੀ ਊੜੇ ਕੋਲ। ਹੁਣ ਜਿਸ ਦੇ ਉੱਪਰ ਉਸ ਵਾਹਿਗੁਰੂ ਦੀ ਕਿਰਪਾ ਹੋਵੇ, ਉਹਦੀ ਇੱਕ ਨੌਕਰੀ ਲੱਗਣੀ ਹੈ ਨਾ, ਉਹਦੀਆਂ ਦੋ ਲੱਗ ਜਾਣੀਆਂ, ਹੈ ਨਾ, ਦੂਰੀ ਦੂਰੀ ਕਿਰਪਾ ਹੋ ਜਾਣੀ ਉਹਦੇ ਪਰ, ਫਿਰ ਉਹਦਾ ਇੱਕ ਕੰਮ ਨਹੀਂ ਬਣਨਾ, ਉਹਦੇ ਦੋ ਕੰਮ ਬਣ ਜਾਣੇ ਆ। ਕਲੀਅਰ ਹੋ ਗਿਆ ਜੀ? ਤਾਂ ਊੜੇ ਨੂੰ ਵੀ ਕਿੰਨੀਆਂ ਦਿੱਤੀਆਂ? ਤਿੰਨ ਹੋ ਗਈਆਂ ਨਾ, ਤਿੰਨ ਬੋਰੀਆਂ। ਵੈਰੀ ਗੁੱਡ, ਇੱਥੇ ਜੀ ਕੱਟ ਕਰ ਦਿਉ। ਇੱਕ ਔਂਕੜ ਹੈ ਜੀ, ਅਤੇ ਇੱਕ ਦੁਲੈਂਕੜ ਆ ਜੀ ਊੜੇ ਕੋਲ, ਅਤੇ ਇੱਕ ਹੋੜਾ ਆ ਜੀ ਊੜੇ ਕੋਲ। ਬਾਕੀ ਬਚੇ ਭਾਈ ਚਾਰ, ਚੱਕੋ ਅਤੇ ਭਾਈ ਕਿਹਨੂੰ ਦੇ ਦਿਉ? ਚੁੱਪ ਕਰਕੇ ਆੜੇ ਨੂੰ ਦੇ ਦਿਉ। ਆੜਿਆ ਬਈ ਤੂੰ ਤਾਂ ਮੁਕਤ ਸੀਗਾ ਨਾ। ਹਾਂਜੀ, ਇਸ ਕਰਕੇ ਮੁਕਤਾ ਹਮੇਸ਼ਾ ਆੜਾ ਹੈ। ਹੋਰ ਕਿਆ ਬਚ ਗਿਆ? ਦੇਖੋ ਇਹਦਾ ਸਾਈਜ਼ ਦੇਖੋ ਤੁਸੀਂ ਯਾਦ ਕਰਨੇ ਵਾਸਤੇ ਨਾ, ਇਹ ਬੜਾ ਜਿਹਾ ਨਹੀਂ ਹੈਗਾ, ਇਹਨੂੰ ਕਿੰਗ ਸਾਈਜ਼ ਬੈੱਡ ਚਾਹੀਦਾ, ਹੈ ਨਾ। ਹੁਣ ਹੈ ਨਾ ਇਹਨੂੰ ਸਹਾਰਾ ਚਾਹੀਦਾ ਤੁਰਨੇ ਨੂੰ, ਇਹਨੂੰ ਕੰਨਾ ਦੇ ਦਿਉ। ਹਰ ਚੀਜ਼ ਡਬਲ ਜਿਹੜੀ ਰਹਿ ਗਈ ਉਹ ਇਹਨੂੰ ਦੇ ਦਿਉ। ਦੋ ਲਾਂ ਇਹਦੇ ਕੋਲ ਆ ਅਤੇ ਕਨੌੜਾ ਇਹਦੇ ਕੋਲ ਆ, ਕਿਉਂਕਿ ਡਬਲ ਸਾਊਂਡ ਸੀਗੀ। ਵੇਖੋ ਜੀ ਕਿੱਡਾ ਸੌਖੇ ਤਰੀਕੇ ਨਾਲ ਯਾਦ ਹੋ ਗਿਆ। ਊੜਾ ਆੜਾ ਈੜੀ, ਊੜੇ ਨੂੰ ਤਿੰਨ, ਆੜੇ ਨੂੰ ਚਾਰ, ਈੜੀ ਨੂੰ ਤਿੰਨ। ਦੇਖੋ ਆਹ ਚਾਰ ਹੋ ਗਈ ਨਾ, ਇੱਕ ਦੋ ਤਿੰਨ ਅਤੇ ਚਾਰ। ਲਓ ਜੀ ਇਹਨੂੰ ਇੱਕ ਵਾਰੀ ਹੁਣ ਤੁਸੀਂ ਰਿਪੀਟ ਕਰ ਲਓ, ਪੇਪਰ ਪਰ ਲਿਖ ਲਓ। ਕਲੀਅਰ ਹੋ ਗਿਆ ਆ ਕਿ ਊੜੇ ਨੂੰ ਮਿਲਦੀਆਂ ਆ ਜੀ ਤਿੰਨ, ਆੜੇ ਨੂੰ ਚਾਰ ਅਤੇ ਈੜੀ ਨੂੰ ਵੀ ਤਿੰਨ। ਕਲੀਅਰ ਹੈ ਜੀ? ਜਮੀ ਤੁਹਾਨੂੰ ਸਾਫ਼ ਵੀ ਦਿਸਦਾ ਆ, ਮੈਂ ਦੇਖ ਲਿਆ, ਠੀਕ ਹੈ। ਨਾਲ ਦੀ ਨਾਲ ਕਿਸੇ ਨੂੰ ਕੋਈ ਮਸਲਾ ਮਿਸਾਲ ਹੈ ਤਾਂ ਮੈਂ ਇੱਥੇ ਪੁੱਛ ਸਕਦਾ ਆ। ਵੈਸੇ ਕੋਈ ਮਸਲਾ ਮਿਸਾਲ ਹੋਣਾ ਨਹੀਂ ਚਾਹੀਦਾ, ਕਿਉਂਕਿ ਇੰਨਾ ਈਜ਼ੀ ਵੇ ਦੇ ਵਿੱਚ ਇਹ ਤੁਹਾਡੇ ਕੋਲ ਲਿਖਿਆ ਅਤੇ ਸਮਝਿਆ ਗਿਆ, ਹੈ ਨਾ। ਇਹ ਪੇਪਰ ਦਾ ਕੁਐਸਚਨ ਹੈ, ਊੜੇ ਨਾਲ ਇਹਨਾਂ ਵਿੱਚੋਂ ਕਿਹੜੀ ਮਾਤਰਾ ਨਹੀਂ ਲੱਗਦੀ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਹੜੀ ਲੱਗਦੀ ਹੈ। ਤਿੰਨ ਅਸੀਂ ਆਹ ਪਾ ਦੇਣੀਆਂ ਹੁੰਦੀਆਂ, ਇੱਕ ਅਸੀਂ ਇਹਦੇ ਕੋਲ ਐਵੇਂ ਚੱਕ ਕੇ ਪਾ ਦੇਣਾ ਹੁੰਦਾ ਆ, ਬਸ ਹੋਰ ਕਿਆ ਆ, ਹੈ ਨਾ। ਹੋਰ ਕਿਆ ਹੈ ਜੀ? ਊੜਾ ਆੜਾ ਈੜੀ ਇਹ ਹੈਗੀਆਂ ਜੀ ਲਗਾ ਮਾਤਰਾਵਾਂ, ਬਿਲਕੁਲ। ਹੁਣ ਇਹਨਾਂ ਲਗਾ ਮਾਤਰਾਵਾਂ ਤੋਂ ਬਾਅਦ ਸਾਡੇ ਕੋਲ ਲਗਾਖਰ ਹੁੰਦੇ ਆ, ਹੈ ਨਾ। ਲਗਾਖਰ, ਲਗਾਖਰਾਂ ਨੂੰ ਕਿਵੇਂ ਯਾਦ ਕਰ ਸਕਦੇ ਹਾਂ? ਉਹ ਅੱਖਰ ਹੈ ਜਿਹੜੇ ਲਗਾਂ ਤੋਂ ਬਿਨਾਂ ਨਹੀਂ ਆਉਂਦੇ, ਮਤਲਬ ਇਹ ਇਕੱਲੇ ਆਉਣ ਤੋਂ ਡਰਦੇ ਆ, ਅਤੇ ਇਹਨਾਂ ਨੂੰ ਆਉਣੇ ਵਾਸਤੇ ਨਾ ਇਹਨਾਂ ਦੀ ਮਦਦ ਦੀ ਲੋੜ ਹੁੰਦੀ ਆ, ਜਿਹੜੇ ਉੱਪਰ ਲਿਖੇ ਆ ਨਾ, ਇਹ ਇਕੱਲੇ ਨਹੀਂ ਆ ਸਕਦੀਆਂ। ਬਿੰਦੀ ਇਕੱਲੀ ਕਦੀ ਨਹੀਂ ਆਊਗੀ, ਆ ਦੇਖਿਓ, ਹੈ ਨਾ। ਔਂਕੜ ਨਾਲ ਆਊਗੀ ਜੀ ਬਿੰਦੀ ਤੁਹਾਡੇ ਕੋਲ, ਲਾਂ ਦੇ ਨਾਲ ਆਊਗੀ ਬਿੰਦੀ, ਹੈ ਨਾ, ਗੇਂਦ ਔਂਕੜ ਨਾਲ, ਉੱਨੀ ਔਰ ਬਿੰਦੀ ਹੋ ਗਿਆ। ਹਾਂ, ਉਸ ਤੋਂ ਬਾਅਦ ਟਿੱਪੀ ਹੁੰਦੀ ਹੈ ਜੀ ਸਾਡੇ ਕੋਲ, ਹੈ ਨਾ। ਟਿੱਪੀ ਕਦੀ ਇਕੱਲੀ ਨਹੀਂ ਆਊਗੀ, ਟਿੱਪੀ ਮੁਕਤਾ ਨਾਲ ਆ ਸਕਦੀ ਹੈ। ਚੱਚੇ ਪਰ ਟਿੱਪੀ ਨੰਨਾ ਚੰਨ। ਅਗਲਾ ਆ ਗਿਆ ਜੀ ਮੇਰਾ ਬੇਟਾ, ਤੇਰਾ ਭਲਾ ਹੋ ਜਾਏ। ਆਹ ਅੱਧਕ,
ਅੱਧਾ ਇਕੱਲੀ ਨਹੀਂ ਆਊਗੀ, ਹੈ ਨਾ, ਮੁਕਤੇ ਨਾਲ ਆਊਗੀ ਸੱਸੇ ਪਰ ਅੱਧਕ ਪੱਪਾ ਸੱਪ, ਸਿਹਾਰੀ ਨਾਲ ਆਜੂਗੀ ਵਾਵੇ ਨੂੰ ਸਿਹਾਰੀ ਉੱਪਰ ਅੱਧਕ ਚੱਚਾ ਵਿੱਚ। ਤਾਂ ਜਿਹੜੇ ਲਗਾਖਰ ਹੈ ਉਹ ਤਿੰਨ ਹੁੰਦੇ ਆ ਜੀ। ਉਹ ਕਿਹੜੇ ਕਿਹੜੇ ਹੁੰਦੇ ਆ ਭਾਈ ਤਿੰਨ? ਉਹ ਹੁਣੇ ਮੈਂ ਦੱਸਿਆ, ਬਿੰਦੀ ਇੱਕ ਥੱਲੇ ਲਾਈਨ ਲਗਾ ਲਓ, ਉਸ ਤੋਂ ਬਾਅਦ ਮੇਰਾ ਬੇਟਾ ਟਿੱਪੀ, ਔਰ ਟਿੱਪੀ ਨੂੰ ਪੁੱਠਾ ਕਰ ਲਓ ਅੱਧਕ। ਤਾਂ ਪੇਪਰ ਦਾ ਕੁਐਸਚਨ ਹੈ ਸਾਡੇ ਕੋਲ ਕਿੰਨੇ ਲਗਾਖਰ ਹੈ, ਤਾਂ ਤੁਸੀਂ ਕਿਆ ਲਿਖਣਾ ਹੈ ਜੀ? ਬਿੰਦੀ, ਟਿੱਪੀ ਅਤੇ ਅੱਧਕ। ਬਹੁਤ ਜ਼ਰੂਰੀ ਕੁਐਸਚਨ ਹੈ, ਅੱਧਕ 'ਚੋਂ ਕੁਐਸਚਨ ਕਈ ਵਾਰੀ ਆਇਆ, ਟਿੱਪੀ ਤੋਂ ਕੁਐਸਚਨ ਕਈ ਵਾਰੀ ਆਇਆ, ਹੈ ਨਾ। ਇਹ ਸਾਰੇ ਆਪਾਂ ਪੜ੍ਹ ਸਾਊਂਡ ਹੀ ਰਹੇ ਹਾਂ, ਹੈ ਨਾ, ਹਾਲੇ ਤੱਕ ਦੇਖੋ ਸਾਊਂਡ ਹੀ ਚੱਲੀ ਜਾਂਦਾ, ਹਾਲੇ ਤੱਕ ਧੁਨੀ ਪ੍ਰਬੰਧ ਹੀ ਚੱਲੀ ਜਾਂਦਾ, ਇਹ ਧੁਨੀ ਪ੍ਰਬੰਧ ਹੀ ਪੜ੍ਹ ਰਹੇ ਤੁਸੀਂ ਇਹ, ਠੀਕ ਹੈ। ਤਾਂ ਹੁਣ ਆ ਜੇ ਕਲੀਅਰ ਹੋ ਗਿਆ ਹੈ, ਫਿਰ ਅਗਲਾ ਜਿਹੜਾ ਤੁਹਾਡਾ ਟੋਪਿਕ ਆ ਜਾਂ ਇਸ ਕਲਾਸ ਦਾ ਅਗਲਾ ਜਿਹੜਾ ਸਬ ਟੋਪਿਕ ਹੈ ਉਹ ਹੈਗਾ ਮੇਰਾ ਬੇਟਾ ਲਗਾਖਰ। ਲਗਾਖਰ ਹੈ ਜੇ ਉਹ ਤਿੰਨ ਤਰ੍ਹਾਂ ਦੇ ਹੁੰਦੇ ਆ, ਉਹ ਡਿਟੇਲ 'ਚ ਪੜ੍ਹਾ ਦੇਣੇ ਮੈਂ ਤੁਹਾਨੂੰ। ਤੁਸੀਂ ਹੁਣ ਮੇਰਾ ਬੱਚਾ ਇਹਨੂੰ ਲਿਖ ਲਓ ਸਾਰੇ ਨੂੰ, ਲਿਖਣ ਤੋਂ ਬਾਅਦ ਹੁਣ ਆਪਾਂ ਲਗਾਖਰ ਕਰਦੇ ਹਾਂ। ਮੈਂ ਤੁਹਾਨੂੰ ਇਹ ਕਿੱਥੋਂ ਪੜ੍ਹਾ ਰਹੀ ਹਾਂ ਜੇ ਕਿਸੇ ਦੇ ਮਨ ਦੇ ਵਿੱਚ ਇਹ ਸਵਾਲ ਹੋਵੇ? ਮੈਂ ਤੁਹਾਨੂੰ ਪੰਜਾਬ ਸਰਕਾਰ ਦੀ ਜਿਹੜੀ ਓਫੀਸ਼ੀਅਲ ਬੁੱਕ ਆ, ਜੋ ਉਹਨਾਂ ਨੇ 9ਵੀਂ 10ਵੀਂ ਕਲਾਸ ਨੂੰ ਲਗਾਈ ਹੋਈ ਹੈ, ਮੇਰਾ ਜਿਹੜਾ ਪੜ੍ਹਾਉਣ ਦਾ ਸਾਰੇ ਦਾ ਸਾਰਾ ਇਹ ਮਟੀਰੀਅਲ ਹੈ, ਇਹ ਤੁਹਾਨੂੰ ਉਹ ਕਿਤਾਬ 'ਚੋਂ ਮਿਲ ਸਕਦਾ ਹੈ, ਹੈ ਨਾ। ਹੋਰ ਮੈਂ ਕਿਹੜੀ ਕਿਤਾਬ 'ਚੋਂ ਪੜ੍ਹਾ ਦੂੰਗੀ ਮੇਰਾ ਬੇਟਾ? ਸਰਕਾਰੀ ਕਿਤਾਬਾਂ 'ਚੋਂ ਪੜ੍ਹਾਉਂਦੀ ਮੈਂ, ਹੋਰ ਮੈਂ ਕਿਤੋਂ ਨਹੀਂ ਪੜ੍ਹਾਉਂਦੀ ਹੈਗੀ, ਠੀਕ ਹੈ ਨਾ। ਬਾਕੀ ਜਿਹੜੇ ਮਰਜ਼ੀ ਕੋਈ ਗਿਆਨੀ ਦੀਆਂ ਕਿਤਾਬਾਂ ਮਾਰਕੀਟ 'ਚ ਆਈਆਂ ਰਹਿਣ, ਆਪਾਂ ਉਹਨੂੰ ਹੈਲਪ ਵਾਸਤੇ ਯੂਜ਼ ਕਰਦੇ ਹਾਂ। ਮੇਨ ਸੋਰਸ ਵਾਸਤੇ ਆਪਾਂ ਸਰਕਾਰੀ ਕਿਤਾਬ ਹੀ ਵਰਤੀ ਹੈ ਤਾਂ ਵਧੀਆ ਗੱਲ ਆ। ਤੁਸੀਂ CBSE ਬੋਰਡ ਦੀ 9ਵੀਂ 10ਵੀਂ ਦੀ ਕਿਤਾਬ ਪੜ੍ਹਨੀ ਹੈ ਅਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ, ਹੋਰ ਕੋਈ ਪੜ੍ਹਨੇ ਦੀ ਲੋੜ ਕੋਈ ਨਹੀਂ ਹੈਗੀ ਜੀ, ਠੀਕ ਹੈ ਨਾ। ਕਿਉਂਕਿ ਸਰਕਾਰੀ ਕਿਤਾਬਾਂ ਤੋਂ ਇਲਾਵਾ ਤੁਸੀਂ ਕੋਈ ਵੀ ਕਿਤਾਬ ਪੜ੍ਹੋ ਉਹਦਾ ਕੋਈ ਲੈਣਾ ਦੇਣਾ ਜ਼ਿਆਦਾ ਕੋਈ ਹੁੰਦਾ ਨਹੀਂ ਹੈਗਾ, ਹੈ ਨਾ। ਹੈਲਪ ਵਾਸਤੇ ਲੈ ਸਕਦੇ ਹਾਂ, ਮੇਨ ਸੋਰਸ ਤੁਹਾਡਾ ਜਿਹੜਾ ਹੈਗਾ ਸਰਕਾਰੀ ਕਿਤਾਬ ਹੀ ਹੋਣੀ ਚਾਹੀਦੀ ਹੈ। ਆਓ ਜੀ ਅਗਲਾ ਕੁਐਸਚਨ ਹੈ ਜੀ ਸਾਡੇ ਕੋਲ ਬਿੰਦੀ, ਉਸ ਤੋਂ ਬਾਅਦ ਅੱਗੇ ਬੀਬੀ ਪਿਆਰੀ ਟਿੱਪੀ ਅਤੇ ਲਾਸਟ 'ਚ ਬੀਬੀ ਪਿਆਰੀ ਅੱਧਕ। ਪਹਿਲਾਂ ਤਾਂ ਇਹ ਕੁਐਸਚਨ ਆਉਂਦਾ ਕਿ ਬਿੰਦੀ ਹੈ ਜਿਹੜੀ ਉਹ ਕਿੰਨੀਆਂ ਲਗਾ ਮਾਤਰਾਵਾਂ ਨਾਲ ਲੱਗਦੀ ਹੈ, ਹੈ ਨਾ। ਬਿੰਦੀ ਹੈ ਜਿਹੜੀ ਉਹ ਕਿੰਨੀਆਂ ਲਗਾ ਮਾਤਰਾਵਾਂ ਨਾਲ ਲੱਗਦੀ ਹੈ ਜੀ, ਇਹੀ ਕੁਐਸਚਨ ਆਉਂਦਾ ਤੁਹਾਨੂੰ ਸਭ ਤੋਂ ਪਹਿਲਾਂ। ਤਾਂ ਬਿੰਦੀ ਵਾਸਤੇ ਤਾਂ ਚਲੋ ਮੇਰੇ ਮੱਥੇ 'ਤੇ ਬਿੰਦੀ ਲਗਾਓ। ਕੋਮੋਲਿਕਾ ਇੱਕ ਕੈਰੈਕਟਰ ਹੁੰਦਾ ਸੀਗਾ, ਕਿਸੇ ਨੂੰ ਯਾਦ ਹੋਵੇ ਜੇ, ਹੈ ਨਾ। ਉਹ ਐਵੇਂ ਦੀ ਬਿੰਦੀਆਂ ਲਾਉਂਦੀ ਹੁੰਦੀ ਸੀਗੀ, ਟੇਢੀਆਂ ਮੇਢੀਆਂ ਜੇ ਸੱਪ ਜੇ ਬਣੇ ਹੋਏ ਨਾ, ਮੈਂ ਉੱਥੋਂ ਹੀ ਯਾਦ ਕਰਿਆ ਹੋਇਆ ਇਹ ਕੁਐਸਚਨ। ਉਹ ਐਵੇਂ ਲੰਮੀਆਂ ਜੇ ਬਣਾਉਂਦੀ ਹੁੰਦੀ ਹੈ ਨਾ, ਤਾਂ 6 ਦੇ ਛੀਕੇ ਵਰਗੀ ਵੀ ਮੈਂ ਦੇਖੀ ਉਹਦੇ ਮੱਥੇ 'ਤੇ ਬਿੰਦੀ ਲੱਗੀ ਹੋਈ। ਤਾਂ ਬਿੰਦੀ ਹੈ ਜਿਹੜੀ ਉਹ 6 ਲਗਾ ਮਾਤਰਾਵਾਂ ਨਾਲ ਲੱਗਦੀ ਹੈ, ਹੈ ਨਾ। ਤਾਂ ਸਿੱਧਾ ਜਿਹਾ ਕੁਐਸਚਨ ਹੈ ਕਿ ਬਿੰਦੀ ਬੀਬੀ ਤੈਨੂੰ 6 ਦਾ ਛੀਕਾ ਦੇ ਦੇਣਾ, ਮੈਂ ਇੱਥੇ ਦੇ ਦੇਣਾ, ਚਲੋ ਇੱਥੇ, ਹੈ ਨਾ। ਐਵੇਂ ਯਾਦ ਕਰ ਲਓ, ਮੈਂ ਐਵੇਂ ਯਾਦ ਕਰਿਆ ਹੋਇਆ ਯਾਰ, ਤੁਸੀਂ ਕੋਈ ਹੋਰ ਤਰੀਕਾ ਵੀ ਯਾਦ ਕਰ ਸਕਦੇ। ਟਿੱਪੀ ਵਾਸਤੇ ਵੀ ਮੈਂ ਆਮ ਹੀ ਲੋਕਲ, ਹੈ ਨਾ, ਮੇਰੀ ਦਾਦੀ ਸਾਨੂੰ ਇੱਕ ਕਹਾ ਬੁਝਾਰਤ ਜੀ ਪਾਉਂਦੀ ਹੁੰਦੀ ਕਿ ਚਾਰ ਕੋਠੇ ਟੱਪ ਕੇ, ਹੈ ਨਾ, ਕੜਾਹ ਖਾਣ ਗਈ ਸੀ, ਐਵੇਂ ਕਹਿੰਦੀ ਹੁੰਦੀ ਕੁਛ। ਤਾਂ ਜਿਹੜੀ ਆਹ ਹੈ ਜੇ ਟਿੱਪੀ ਭੈਣ, ਇਹ 4 ਨਾਲ ਲੱਗਦੀ ਹੈ, ਹੈ ਨਾ। ਅੱਧਕ ਹੈ ਜਿਹੜੀ ਉਹ 3 ਨਾਲ ਆਊਗੀ, ਕਿਤੇ ਕਿਤੇ ਤੁਹਾਨੂੰ 4 ਵੀ ਮਿਲਦਾ ਆ। ਮੈਂ ਤੁਹਾਨੂੰ ਸਾਰੇ ਦਾ ਸਾਰਾ ਸਰਕਾਰੀ ਕਿਤਾਬ 'ਚੋਂ ਪੜ੍ਹਾ ਰਹੀ ਹਾਂ ਜੀ ਇਹ, ਠੀਕ ਹੈ। ਹੁਣ ਅਗਲਾ ਕੁਐਸਚਨ ਹੈ ਜੀ, ਇਹ 4 ਨਾਲ ਕਿਵੇਂ ਲੱਗਦਾ ਉਹ ਵੀ ਦੱਸ ਦਿੰਦੀ ਹੈ, ਹੈ ਨਾ। ਤਾਂ ਹੁਣ ਪਹਿਲਾਂ ਸਭ ਤੋਂ ਜ਼ਿਆਦਾ ਜਿਹੜੀ ਮਾਤਾ ਇਹ ਬੀਬੀ ਪੁੱਛੀ ਜਾਂਦੀ ਉਹ ਹੈਗੀ ਬਿੰਦੀ, ਹੈ ਨਾ, ਕਮਲਿਕਾ 6 ਨੰਬਰ ਵਾਲੀ।
ਤਾਂ ਹੁਣ ਪੇਪਰ ਦਾ ਕੁਐਸਚਨ ਇਹ ਹੈ ਕਿ ਜਿਹੜੀ ਬਿੰਦੀ ਹੈ ਉਹ ਕਿੰਨਿਆਂ ਨਾਲ ਲੱਗਦੀ ਹੈ, ਕਿੰਨੇ ਲਗਾ ਮਾਤਰਾਵਾਂ ਨਾਲ? 6 ਨਾਲ। ਆਹ ਹੀ ਆ ਉਹ ਲਗਾ ਮਾਤਰਾਵਾਂ, ਕਿਤੇ ਦੂਰ ਨਹੀਂ ਜਾਣਾ, ਤਾਂ ਹੀ ਮੈਂ ਇਹਨਾਂ ਨੂੰ ਬਹੁਤਾ ਦੂਰ ਨਹੀਂ ਕਰਿਆ ਹੈਗਾ, ਹੈ ਨਾ? ਇਹ ਤੁਹਾਡੇ ਕੋਲ ਹੀ ਹੈ ਜੀ ਉਰੇ, ਇਹ ਕਿਤੇ ਨਹੀਂ ਚੱਲੇ ਹੈਗੇ। ਇਹ ਥੋੜ੍ਹਾ ਜਿਹਾ ਇਹਨਾਂ ਨੂੰ ਬੜਾ ਕਰ ਦਿੰਦੀ ਹਾਂ ਤੁਹਾਡੇ ਵਾਸਤੇ, ਮੈਂ ਫਿਰ ਉਹ ਚਲੇ ਗਈਆਂ, ਗਾਇਬ ਹੋ ਗਈਆਂ। ਇਹਨਾਂ ਦਸਾਂ ਦੇ ਵਿੱਚੋਂ 6 ਸਿੱਧੀ ਸਿੱਧੀ ਬਿੰਦੀ ਲੈਗੀ, ਇਹਨਾਂ ਦਸਾਂ ਦੇ ਵਿੱਚੋਂ 6 ਸਿੱਧੀ ਸਿੱਧੀ ਬਿੰਦੀ ਦੇ ਕੋਲ ਆ। ਤੇ ਚਲੋ ਫਿਰ ਲਿਖੋ ਭਾਈ, ਹੈ ਨਾ, ਕਿੱਥੇ ਕਿੱਥੇ ਲੱਗਦੀ ਹੈ ਜੀ ਬਿੰਦੀ ਤੁਹਾਡੇ ਕੋਲ? 6 ਨਾਲ ਬਿੰਦੀ ਲੱਗਦੀ ਹੈ ਜੀ। ਆਓ ਲਾਈਏ ਫਿਰ ਬਿੰਦੀ ਨੂੰ, ਐਗਜ਼ਾਮਪਲ ਦੇ ਨਾਲ ਲਾ ਕੇ ਚੱਲਦੇ ਹਾਂ ਬਿੰਦੀ ਨੂੰ, ਹੈ ਨਾ। ਆਹ ਬਿੰਦੀ ਹੈ ਜੀ, ਸਭ ਤੋਂ ਪਹਿਲਾਂ ਮੈਂ ਬਿੰਦੀ ਨੂੰ ਲਾ ਦੇਣਾ ਹੈ ਕੰਨੇ ਦੇ ਨਾਲ। ਕੰਨੇ ਨਾਲ ਬਿੰਦੀ ਲੱਗਦੀ ਹੈ, ਹਾਂ। ਐਗਜ਼ਾਮਪਲ ਦਿਓ ਮੈਡਮ ਜੀ, ਐਂ ਨਹੀਂ ਪਤਾ ਚੱਲਣਾ ਹੈਗਾ। ਹੁਣ ਮੈਂ ਇਹਦੇ ਹੀ ਮੂਹਰੇ ਐਗਜ਼ਾਮਪਲ ਲਿਖਦੀ, ਕਿਉਂਕਿ ਜਗ੍ਹਾ ਥੋੜ੍ਹੀ ਜਿਹੀ ਘੱਟ ਆ। ਥੱਥੇ ਨੂੰ ਕੰਨਾ, ਥਾਂ ਉੱਪਰ ਬਿੰਦੀ, ਥਾਂ, ਹੈ ਨਾ। ਗੱਗੇ ਨੂੰ ਕੰਨਾ, ਗਾਂ ਉੱਪਰ ਬਿੰਦੀ, ਗਾਂ। ਲੱਗ ਗਈ ਨਾ ਕੰਨੇ ਦੇ ਨਾਲ, ਹਾਂ। ਇੱਕ ਤਾਂ ਕੰਨੇ ਨਾਲ ਲੱਗ ਗਈ ਹੈ ਜੀ। ਅਗਲੀ ਅਗਲੀ ਦੇਖੀਏ ਜੀ, ਕਾਹਦੇ ਨਾਲ ਲੱਗਦੀ ਹੈ? ਪਹਿਲਾਂ ਆਪਾਂ ਬਿੰਦੀ ਹੋਈ ਲਿਖ ਲੈਂਦੇ ਹਾਂ, ਹੈ ਨਾ। ਕੰਨੇ ਤੋਂ ਬਾਅਦ ਜੀ ਅਗਲੀ ਦੇਖੋ ਕਾਹਦੇ ਨਾਲ ਲੱਗਦੀ ਹੈ ਜੀ ਇਹ? ਅਗਲੀ ਕਹਿੰਦੇ ਜੀ ਇਹ ਲੱਗ ਗਈ ਹੈ ਜੀ ਬਿਹਾਰੀ ਦੇ ਨਾਲ। ਬਿਹਾਰੀ ਇੱਧਰ ਨੂੰ ਪੈਂਦੀ ਹੈ। ਲਓ ਜੀ, ਬਿਹਾਰੀ ਦੀ ਐਗਜ਼ਾਮਪਲ ਲਿਓ ਜੀ, ਬਿੰਦੀ ਦੇ ਨਾਲ ਬਿਹਾਰੀ ਕਿੱਧਰ ਨੂੰ ਲੱਗਦੀ ਹੁੰਦੀ ਹੈ ਜੀ? ਬਿਲਕੁਲ ਲੱਗਦੀ ਹੈ ਨੰਨੇ ਨੂੰ ਬਿਹਾਰੀ, ਉੱਪਰ ਬਿੰਦੀ, ਦੱਦਾ ਨੀਂਦ। ਸਰਕਾਰੀ ਕਿਤਾਬ ਦੀ ਐਗਜ਼ਾਮਪਲ ਹੈ, ਮੈਂ ਕੋਈ ਆਪਣੇ ਕੋਲੋਂ ਨਹੀਂ ਦੇ ਰਹੀ, ਤੁਹਾਡੇ ਕੋਲੋਂ, ਠੀਕ ਹੈ ਨਾ। ਨੀਂਦ ਤੋਂ ਬਾਅਦ ਪੱਪੇ ਨੂੰ ਬਿਹਾਰੀ, ਉੱਪਰ ਬਿੰਦੀ, ਘੱਗਾ ਪੀਂਘ, ਹੈ ਨਾ। ਬਿਲਕੁਲ ਲੱਗਦੀ ਹੈ ਜੀ। ਅਸੀਂ ਤੁਸੀਂ, ਕਦੇ ਅਸੀਂ ਤੁਸੀਂ ਵਰਡ ਲਿਖ ਕੇ ਦੇਖੋ, ਬਿੰਦੀ ਲੱਗਦੀ ਹੈ ਜੀ ਬਿਹਾਰੀ ਦੇ ਨਾਲ। ਅਗਲਾ ਹੈ ਜੀ ਤੁਹਾਡੇ ਕੋਲ ਲਾਂ, ਇੱਕ ਲਾਂ। ਹੁਣੇ ਮੈਂ ਦੱਸਿਆ ਸੀਗਾ ਇੱਕ ਲਾਂ ਦੀ ਤਾਂ ਐਗਜ਼ਾਮਪਲ। ਗੱਗੇ ਨੂੰ ਇੱਕ ਲਾਂ, ਉੱਪਰ ਬਿੰਦੀ, ਦੱਦਾ ਗੇਂਦ। ਅਗਲੀ ਲਿਖੋ ਜੀ, ਸਰਕਾਰੀ ਕਿਤਾਬ ਹੈ ਦੇਖੋ ਇਹ, ਕੋਈ ਮੈਂ ਕਿੱਧਰੋਂ ਹੋਰ ਪਾਸੇ ਨਹੀਂ ਲੈ ਕੇ ਆਈ ਹੈਗੀ, ਹੈ ਨਾ। ਤੁਸੀਂ ਕਦੀ ਕਿਸੇ ਪੋਇਮ ਦਾ ਕੇਂਦਰੀ ਭਾਵ ਲਿਖਿਆ? ਕੇਂਦਰ, ਸੈਂਟਰ, ਹੈ ਨਾ। ਇੱਕ ਲਾਂ ਦੇ ਨਾਲ ਦੇਖੋ ਬਿੰਦੀ ਲੱਗੀ ਹੋਈ ਆ। ਅਗਲਾ ਲਿਖੋ ਜੀ ਚੌਥਾ ਨੰਬਰ, ਦੋ ਲਾਂ ਦੇ ਨਾਲ ਵੀ ਬਿੰਦੀ ਲੱਗਦੀ ਹੈ ਭਾਈ। ਦੋ ਲਾਂ ਦੀ ਐਗਜ਼ਾਮਪਲ ਕਿਆ ਹੈ ਜੀ? ਕੈਂਚੀ ਵਾਂਗੂ ਜ਼ਬਾਨ ਚੱਲਦੀ ਹੈ। ਕੱਕੇ ਨੂੰ ਦੋ ਲਾਵਾਂ ਬਿੰਦੀ, ਅਤੇ ਚੱਚਾ ਕੈਂਚੀ। ਲੱਗ ਗਈ ਨਾ ਇਹਨੂੰ ਬਿੰਦੀ? ਅਗਲੀ ਐਗਜ਼ਾਮਪਲ ਲਿਖੋ ਭਾਈ ਬਿੰਦੀ ਦੀ। ਮਹਾਰਾਜਾ ਬੈਂਡ, ਮੇਰੇ ਪਿੰਡ ਮਹਾਰਾਜਾ ਬੈਂਡ ਹੈ, ਇੱਕ ਵਿਆਹ ਸ਼ਾਦੀਆਂ ਨੂੰ ਬੁਲਾਉਂਦੇ ਹੁੰਦੇ ਅਸੀਂ ਉਹਨੂੰ, ਹੈ ਨਾ। ਪੂਰੀ 35, ਆ ਲਓ ਜੀ, ਹੈ ਨਾ। ਪੈਂਦਾ, 35, ਪੈਦਾ, ਪੈਂਦਾ, ਮੀਂਹ ਪੈਂਦਾ ਹੈ, ਬਿੰਦੀ ਲੱਗਣੀ ਹੈ। ਕਿੰਨੇ ਹੋ ਗਏ ਭਾਈ ਇਹ? ਇੱਕ ਹੋ ਗਿਆ ਜੀ ਤੁਹਾਡਾ, ਇੱਕ ਕੰਨਾ, ਬਿਹਾਰੀ, ਲਾਂ ਦੁਲਾਂ। ਅਗਲਾ ਲਿਖੋ ਭਾਈ ਤੁਹਾਡਾ, ਹੋੜਾ ਅਤੇ ਕਨੌੜਾ। ਹੋੜੇ ਨੂੰ ਲਾਓ ਭਾਈ ਜੀ ਬਿੰਦੀ, ਬਹੁਤ ਬਿਲਕੁਲ, ਹੈ ਨਾ। ਕਦੋਂ, ਕੈਦੋਂ, ਵਾਰਿਸ ਸ਼ਾਹ ਦੀ ਹੀਰ ਦੇ ਵਿੱਚ ਕਰੈਕਟਰ ਹੈ ਨਾ, ਕੈਦੋਂ ਬਿੰਦੀ ਲੱਗਦੀ ਹੈ। ਹੋਰ ਜੀ, ਕਦੋਂ ਤੋਂ ਬਾਅਦ ਹੋਂਦ ਨੂੰ ਬਿੰਦੀ ਲੱਗਦੀ ਹੈ। ਲਾਤੀ ਲਾਤੀ ਹੋਂਦ ਨੂੰ ਬਿੰਦੀ ਮੈਂ, ਹੈ ਨਾ। ਜਦੋਂ ਕਦੋਂ ਤੁਹਾਡਾ ਦਿਲ ਕਰੇ ਤੁਸੀਂ ਪੜ੍ਹਨਾ ਸ਼ੁਰੂ ਕਰੋ, ਲਓ ਜੀ ਬਿੰਦੀ ਲੱਗ ਗਈ। ਹੋੜੇ ਵਾਸਤੇ ਬਿੰਦੀ, ਆ ਹੁਣ ਨਾ ਅਸੀਂ ਜੌਂ ਬੀਜੇ ਹਾਂ ਭਾਈ, ਹੈ ਨਾ, ਜੌਂ। ਲਓ ਲੱਗ ਗਈ ਬਿੰਦੀ। ਹੋਰ ਇਗਜ਼ਾਮ ਕਹਿੰਦਾ ਹੈ ਜੀ ਚੌਂਕ ਦੇ ਉੱਪਰ ਬੱਤੀ ਲੱਗੀ ਹੋਈ ਹੈ, ਚੌਂਕ, ਹੈ ਨਾ।
ਢੋਂਗ ਕੱਢਦਾ ਹੈ, ਢੋਂਗ ਢੋਂਗ। ਬਿੰਦੀ ਸਭ ਤੋਂ ਵੱਧ ਪੁੱਛੇ ਜਾਣ ਦਾ ਕਾਰਨ ਹੀ ਇਹੀ ਹੈ ਕਿ ਇਹ ਸਭ ਤੋਂ ਵੱਧ ਲਗਾ ਮਾਤਰਾਵਾਂ ਦੇ ਨਾਲ ਜਿਹੜੀ ਹੈਗੀ ਹੈ ਉਹ ਆਪਣੀ ਮੌਜੂਦਗੀ ਪ੍ਰਗਟ ਕਰਦੀ ਹੈ। ਬਿੰਦੀ ਹੈ ਜਿਹੜੀ ਉਹ ਫਿਰ ਯਾਦ ਰੱਖੋ ਭਾਈ, ਉਹ ਕਮੋਲਿਕਾ ਜੇ ਵਾਲੀ ਐਂ ਜਿਹੀ ਕਰਕੇ ਐਂ ਜਿਹੀ ਲਾਉਂਦੀ ਹੁੰਦੀ ਸੀਗੀ ਉਹ ਬਿੰਦੀ, ਤਾਂ ਮੈਨੂੰ ਉਹ 6 ਦਾ 6 ਜਿਹਾ ਬਣਾਉਂਦਾ ਦਿਖਦਾ ਸੀਗਾ, ਤਾਂ ਬਿੰਦੀ 6 ਨਾਲ ਲੱਗਦੀ ਹੈ। ਕਹਾਣੀ ਖਤਮ ਹੋ ਗਈ ਹੈ। ਤੁਸੀਂ ਜਦੋਂ ਪੇਪਰ ਅਟੈਂਪਟ ਕਰਨਾ ਨਾ, ਉਹਦੇ 'ਚ ਲੰਬਾ ਚੌੜਾ ਕੁਐਸਚਨ ਆਂਸਰ ਹੁੰਦੇ ਆ, ਉੱਥੋਂ ਵੀ ਕੱਢ ਲਿਆ ਕਰੋ ਬਿੰਦੀ ਲੱਗਦੀ ਹੁੰਦੀ ਹੈ ਉੱਥੋਂ, ਹੈ ਨਾ, ਕਿਉਂਕਿ ਜਿਹੜੇ ਐਗਜ਼ਾਮੀਨਰ ਨੇ ਪੇਪਰ ਪਾਉਣਾ ਹੈ ਪੰਜਾਬੀ 'ਚ ਲਿਖੂਗਾ ਤਾਂ ਉੱਥੋਂ ਬਿੰਦੀਆਂ ਟਿੱਪੀਆਂ ਤਾਂ ਉਹ ਕੰਮ ਕਰੂਗਾ ਹੀ। ਬਿੰਦੀ ਹੋ ਗਈ ਹੈ ਜੀ, ਅਗਲਾ ਕੰਮ ਆ ਗਿਆ ਜੀ ਟਿੱਪੀ ਦਾ, ਹੈ ਨਾ। 4 ਕੋਠੇ ਟੱਪ ਕੇ ਜਾਊਗੀ ਤਾਂ ਇਹ ਸਿੱਧੀ ਸਿੱਧੀ 4 ਨਾਲ ਲੱਗੂਗੀ ਜੀ। ਜੇ ਕਿਸੇ ਨੇ ਇਹਨੂੰ ਲਿਖ ਲਿਆ ਹੈ ਤਾਂ ਫਿਰ ਭਾਈ ਅੱਗੇ ਜਿਹੜਾ ਕੰਮ ਆ ਉਹ ਟਿੱਪੀ ਦਾ ਕਰ ਦੇਣਾ ਹੈ ਜੀ ਆਪਾਂ। ਦੇਖੋ ਇੱਕ ਮੈਂ ਤੁਹਾਨੂੰ ਨਾ ਇਹਦੀ ਸਿੰਪਲ ਉਦਾਹਰਨ ਦੇਵਾਂ। ਗਾਂ ਗਾ, ਇਹਨੂੰ ਇਹਦਾ ਹੁਣ ਸਮਝ ਵੀ ਲਓ ਮਹੱਤਵ, ਹੈ ਨਾ। ਮੈਂ ਗੀਤ ਗਾ ਰਹੀ ਹਾਂ, ਗਾ ਰਹੀ ਹਾਂ, ਗਾਂ ਤਾਂ ਹੋ ਗਈ ਨਾ ਸਾਡੀ ਕਾਓ, ਗਾ ਰਹੀ ਹਾਂ, ਹੈ ਨਾ। ਜਾ ਜਾ, ਜਾਂਦਾ ਜਾਦਾ, ਸਮਝ ਰਹੇ ਹੈ ਇਹਦਾ ਇੰਪੋਰਟੈਂਸ ਕਿੰਨੀ ਹੈ ਜੀ ਸਾਡੀ ਜ਼ਿੰਦਗੀ ਦੇ ਵਿੱਚ ਬਿੰਦੀ ਦੀ। ਲਓ ਹੁਣ ਸਿਆਲ ਸ਼ੁਰੂ ਹੋ ਗਿਆ ਨਾ, ਸਾਡੇ ਘਰਾਂ ਦੇ ਵਿੱਚ ਨਾ ਸਾਗ ਬਹੁਤ ਬਣਨਾ, ਹੁਣ ਹਰ ਤੀਏ ਦਿਨ ਸਾਗ ਦੇ ਸਾਗ, ਹੈ ਨਾ, ਖੇਤਾਂ 'ਚੋਂ ਆ ਜਾਣਾ ਸਾਗ, ਅਸੀਂ ਖਾਈ ਵੀ ਜਾਣਾ ਸਾਗ ਬਾਬੇ ਦੀ ਕਿਰਪਾ ਨਾਲ, ਸਾਗ ਇਹ। ਹੁਣ ਜਿਵੇਂ ਪਰ ਬਿੰਦੀ ਲਾਦਮਾ, ਹਾਏ ਮੇਰੀ ਸਾਗ ਲਾਉਂਦਾ ਆ, ਹਾਏ ਮੇਰੀ ਨਕਲ ਕਰਦਾ ਆ, ਹੈ ਨਾ। ਬਿਗਲਾ ਅਤੇ ਰੰਗਾ ਦੋ ਕੈਰੈਕਟਰ ਹੁੰਦੇ ਨਾ, ਉਹ ਨਕਲ ਕਰਦੇ ਹੁੰਦੇ ਇੱਕ ਦੂਜੇ ਦੀ। ਪੇਪਰ ਦਾ ਕੁਐਸਚਨ ਹੈ ਕਿ ਉਹਨਾਂ ਦੇ ਹੱਥ ਵਿੱਚ ਜਿਹੜਾ ਇੱਕ ਉਹ ਫੜਿਆ ਹੁੰਦਾ ਆ ਚਮੜੇ ਦਾ ਟੂਲ ਜਿਹਾ, ਉਹਨੂੰ ਕੀ ਕਹਿੰਦੇ, ਚਮੋਟਾ ਕਹਿੰਦੇ ਉਹਨੂੰ, ਹੈ ਨਾ। ਰੰਗਾ ਅਤੇ ਬਿਗਲਾ ਤੁਹਾਨੂੰ ਕਲਚਰ 'ਚ ਕਰਾਵਾਂਗੇ ਆਪਾਂ, ਸੱਭਿਆਚਾਰ ਦੇ ਵਿੱਚ ਕਰਾਵਾਂਗੇ ਇਹ ਟੋਪਿਕ। ਤਾਂ ਦੇਖੋ ਬਿੰਦੀ ਦਾ ਕਿੱਡਾ ਮਹੱਤਵ ਆ। ਇਹ ਬਿੰਦੀ ਲੱਗ ਗਈ ਤਾਂ ਕਿਆ ਹੋ ਗਿਆ, ਮੀਨਿੰਗ ਚੇਂਜ ਹੋ ਗਿਆ, ਸਾਗ ਹੋ ਗਿਆ ਇਹ। ਸਾਗ ਸਾਡੇ ਘਰਾਂ 'ਚ ਸਾਗ ਨਹੀਂ ਬਣਦਾ, ਸਾਗ ਬਣਦਾ ਸਾਗ, ਹੈ ਨਾ। ਹੋਰ ਇਗਜ਼ਾਮਪਲ ਦੇਵਾਂ ਤੁਹਾਨੂੰ ਇੱਥੇ ਹੁਣ ਇਹਦੀ ਬਿੰਦੀ ਦੀ। ਬੱਬੇ ਨੂੰ ਕੰਨਾ ਗੱਗਾ, ਬਾਗ, ਹੈ ਨਾ, ਬਾਗਾਂ ਦਾ ਰਾਜਾ ਮੇਰਾ ਬਾਬਲ। ਬਾਂਗ, ਬਾਂਗ ਹੁੰਦਾ ਹੈ ਉਹ ਮੁਰਗਾ ਕੁਕੜੂ ਕੁੜੂ ਕਰਦਾ ਨਾ, ਬਾਂਗ ਦਿੰਦਾ ਹੈ ਬਾਂਗ। ਤਾਂ ਦੇਖੋ ਜੇ ਤੁਸੀਂ ਬਿੰਦੀ ਕਿਤੇ ਵੀ ਲਾਈ ਜਾਓਗੇ ਤਾਂ ਉਹਦਾ ਮੀਨਿੰਗ ਹੈ ਜਿਹੜਾ ਉਹ ਪੂਰਾ ਪੂਰਾ ਬਦਲ ਜਾਣਾ ਆ। ਇਹਦੇ ਵਿੱਚ ਐਡੀ ਤਾਕਤ ਆ। ਇੱਕ ਪੰਜਾਬੀ ਗਾਣਾ ਵੀ ਤਾਂ ਸੁਣਿਆ ਨਾ ਆਪਾਂ ਕਿ ਸਾਡੀ ਤਾਂ ਬਿੰਦੀ ਵੀ ਬੋਲਦੀ ਹੈ ਭਾਈ, ਹੈ ਨਾ, ਤਾਂ ਉਹ ਬਿੰਦੀ ਬੋਲਦੀ ਹੈ ਸਾਡੀ। ਸਾਡੇ ਪੰਜਾਬੀ ਦੇ ਵਿੱਚ ਕੋਈ ਵੀ ਸਾਇਲੈਂਟ ਨਹੀਂ ਹੈਗਾ ਆ, ਜਿਵੇਂ ਚਾਈਨੀਜ਼ ਜਾਂ ਇੰਗਲਿਸ਼ ਦੇ ਵੀ ਤੁਹਾਨੂੰ ਕਿੰਨੇ ਵਰਡ ਸਾਇਲੈਂਟ ਮਿਲਦੇ ਆ, ਪੰਜਾਬੀ 'ਚ ਸਭ ਕੁਝ ਬੋਲਦਾ, ਬਿੰਦੀ ਵੀ ਬੋਲਦੀ ਹੈ ਭਾਈ। ਹੋਪਸ ਹੋ ਕਿ ਹੁਣ ਤੁਸੀਂ ਸਮਝ ਗਏ ਹੋਵੋਗੇ ਮੈਂ ਕੀ ਕਹਿਣਾ ਚਾਹੁੰਦੀ ਹਾਂ, ਬਿੰਦੀ ਦੀ ਮਹੱਤਤਾ ਕਿੰਨੀ ਜ਼ਿਆਦਾ ਹੈ, ਠੀਕ ਹੈ ਨਾ। ਅਤੇ ਹੁਣ ਭਾਈ ਇਹਦੀ ਮਹੱਤਤਾ ਨੂੰ ਆਪਾਂ ਬਰਕਰਾਰ ਕਰਦੇ ਹੋਏ ਅਗਲਾ ਜਿਹੜਾ ਹੈਗਾ ਹੈ ਆਪਾਂ ਉਹ ਕਰ ਲੈਣਾ ਹੈ ਵੀ ਟਿੱਪੀ। ਆਹ ਭੈਣੇ ਟਿੱਪੀ ਅਤੇ ਤੇਰਾ ਹੁਣ ਕੰਮ ਕਰੀਏ, ਹੈ ਨਾ, ਅਤੇ ਤੈਨੂੰ ਟਪਾਈਏ 4 ਕੋਠੇ, ਹੈ ਨਾ। ਹਾਂ ਯਾਦ ਆ ਗਿਆ ਮੈਨੂੰ, ਬਿੱਲੀ ਨਾ ਜਦੋਂ ਬੱਚੇ ਦਿੰਦੀ ਹੈ ਤਾਂ ਉਹਨੂੰ 7 ਘੱਟ ਪਾਉਂਦੀ ਹੈ, ਉੱਥੋਂ ਯਾਦ ਆ ਗਿਆ ਮੈਨੂੰ, ਹੈ ਨਾ, ਟੱਪਣਾ। ਆਹ ਹੋ ਗਈ ਜੀ ਤੁਹਾਡੀ ਟਿੱਪੀ, ਐਵੇਂ ਪੁੱਠੀ ਜੀ ਹੁੰਦੀ ਹੈ, ਇਹਨੂੰ ਟਿੱਪੀ ਕਹਿੰਦੇ ਆ। ਹੁਣ ਟਿੱਪੀ ਜਿਹੜੀ ਬੀਬੀ ਹੈ
ਉਹ ਚਾਰ ਕੋਠੇ ਟੱਪਦੀ ਹੈ ਨਾ, ਫਿਰ ਉਵੇਂ ਹੀ ਬਣਾ ਲੈਣਾ ਮੈਂ ਆਹ ਚਕੋਠਾ ਜਿਹਾ ਜਿਹੜਾ ਮੈਂ ਪਹਿਲਾਂ ਬਣਾਇਆ ਸੀਗਾ, ਹੈ ਨਾ। ਇਹ ਚਾਰ ਦੇ ਨਾਲ ਲੱਗਦੀ ਹੈ, ਆਹ ਇਹਦੇ ਸਪੈਲਿੰਗ ਹੈ। ਟਿੱਪੀ ਦੇ ਆਪ ਵਾਸਤੇ ਟਿੱਪੀ ਨੂੰ ਅੱਧਕ ਦੀ ਲੋੜ ਹੈ, ਦੇਖ ਲਓ, ਹੈ ਨਾ। ਹਾਂਜੀ, ਜੇ ਟਿੰਪੀ ਹੋ ਗਿਆ ਹੈ, ਟਿੰਪੀ, ਇਹ ਟਿੱਪੀ ਹੈ ਸਪੈਲਿੰਗ। ਹੁਣ ਟਿੱਪੀ ਬੀਬੀ ਤੂੰ ਚਾਰ ਨਾਲ ਲੱਗਦੀ ਆ? ਹਾਂਜੀ, ਮੈਂ ਤਾਂ ਚਾਰ ਨਾਲ ਲੱਗਦੀ ਹਾਂ ਭਾਈ। ਆ ਜਾ ਵੀਰੇ, ਤੈਨੂੰ ਪੜ੍ਹੀਏ ਤਾਂ ਸਭ ਤੋਂ ਪਹਿਲਾਂ ਜੇ ਟਿੱਪੀ ਮੁਕਤੇ ਨਾਲ ਲੱਗਦੀ ਹੈ, ਸੱਸੇ ਪਰ ਟਿੱਪੀ ਨੰਨਾ ਸੰਨ, ਸੰਨ ਮਤਲਬ 1996 ਵਾਲਾ ਸੰਨ, ਹੈ ਨਾ, ਇਹ ਹੋ ਗਿਆ ਜੀ ਸੰਨ। ਮੁਕਤੇ ਦੇ ਨਾਲ ਲੱਗਦੀ ਹੈ ਨਾ, ਤਾਂ ਚੱਚੇ ਪਰ ਟਿੱਪੀ ਨੰਨਾ ਚੰਨ, ਚੱਚੇ ਪਰ ਟਿੱਪੀ ਦੱਦਾ ਚੰਦ, ਇਹ ਲੱਗ ਗਏ ਜੀ ਮੁਕਤੇ ਦੇ ਨਾਲ। ਤਾਂ ਪਹਿਲਾਂ ਕਿਆ ਆ ਗਿਆ ਜੀ ਤੁਹਾਡਾ? ਮੁਕਤਾ। ਇਹ ਮੁਕਤੇ ਦੇ ਨਾਲ ਲੱਗ ਗਈ ਭਰਾ, ਠੀਕ ਹੈ ਜੀ। ਹੋਰ ਐਗਜ਼ਾਮਪਲਾਂ ਲੈ ਲਓ ਸਰਕਾਰੀ ਕਿਤਾਬ 'ਚੋਂ, ਹੈ ਨਾ। ਅੰਬ ਦਾ ਅਚਾਰ ਨਾਲ ਪਰੌਂਠੇ ਖਾ ਕੇ ਆਈ ਹਾਂ ਮੈਂ, ਆੜੇ ਪਰ ਟਿੱਪੀ ਬੱਬਾ ਅੰਬ। ਮੁਕਤਾ ਹੈ ਜੀ ਇਹ, ਬਿਲਕੁਲ ਹੈ। ਦੰਦ ਦੁਖਦੇ ਹੈ ਜੀ ਮੇਰੇ, ਮੈਂ ਜਾ ਕੇ ਚੈੱਕ ਕਰਾਉਣਾ, ਦੱਦੇ ਪਰ ਟਿੱਪੀ ਦੱਦਾ ਦੰਦ, ਹੈ ਨਾ। ਕੰਧ ਮੂਲ, ਹੈ ਨਾ, ਬਾਬੇ ਨਾਨਕ ਦੀ ਬਾਣੀ 'ਚ ਹੈ, ਕੰਧ ਮੂਲ ਚੁਣ ਖਾਊਂ, ਹੈ ਨਾ। ਹਰਣੀ ਹੋਵਾਂ ਬਣ ਬਸਾਂ, ਕੰਧ ਮੂਲ ਚੁਣ ਖਾਊਂ। ਤਾਂ ਕੱਕੇ ਪਰ ਟਿੱਪੀ ਦੱਦਾ ਕੰਧ, ਸਮਝ ਰਹੇ ਨਾ, ਇਹ ਤਾਂ ਸੌਖਾ ਹੀ ਹੈ। ਅੱਗੇ ਚੱਲੀਏ ਜੀ। ਅਗਲੀ ਟਿੱਪੀ ਭਾਈ ਕਿਆ ਕਹਿੰਦੀ ਹੈ? ਕਹਿੰਦੀ ਜੀ ਸਿਹਾਰੀ ਦੇ ਨਾਲ ਲੱਗੂੰਗੀ ਜੀ। ਬਿਲਕੁਲ ਲੱਗਦੀ ਹੈ ਜੀ, ਹੈ ਨਾ। ਆਓ ਜੀ ਸਿਹਾਰੀ ਦੇ ਨਾਲ ਲਾਈਏ ਟਿੱਪੀ ਭੈਣ ਜੀ ਨੂੰ। ਸਿਹਾਰੀ ਵਾਲਾ ਜਿਹੜਾ ਇਗਜ਼ਾਮਪਲ ਹੈ ਉਹ ਮੇਰੇ ਪਿੰਡ ਤੋਂ ਸ਼ੁਰੂ ਹੁੰਦਾ ਹੈ। ਪਹਿਲਾਂ ਪੱਪੇ ਨੂੰ ਸਿਹਾਰੀ, ਉੱਪਰ ਟਿੱਪੀ, ਹੈ ਨਾ। ਪਿੰਡ, ਪਿੰਡਦਾਨ, ਪਿੰਡ, ਹੈ ਨਾ। ਅੱਗੇ ਲਾਓ ਜੀ ਭਾਈ, ਈੜੀ ਨੂੰ ਬਿਹਾਰੀ, ਉੱਪਰ ਟਿੱਪੀ, ਝੱਜਾ ਇੰਜ ਬਣਾ ਲਓ। ਇੰਜ, ਮੈਂ ਉਹਦੇ ਇੰਜਣ ਲਿਖ ਰਹੀ ਹਾਂ, ਹੈ ਨਾ। ਲਓ ਜੀ, ਇੰਜਣ ਹੋ ਗਿਆ ਜੀ ਤੁਹਾਡਾ, ਬਿਲਕੁਲ ਹੋ ਗਿਆ। ਬਿੰਦੀ ਨਹੀਂ ਲੱਗਣੀ ਭਾਈ, ਜ਼ਿਆਦਾ ਬਿੰਦੀ ਲਾ ਛੱਡੀ। ਇੰਜਣ, ਇੰਜ ਕਰ ਲਓ ਤੁਸੀਂ ਇਹਨੂੰ, ਜੇ ਤੁਹਾਨੂੰ ਲੱਗਦਾ ਨਾ ਵੀ ਇਹ ਲੰਬਾ ਹੋ ਗਿਆ, ਅਸੀਂ ਦੋ ਸ਼ਬਦ ਹੀ ਉਹ ਪੜ੍ਹਨਾ। ਇੰਜ, ਛਿੰਜ, ਹੈ ਨਾ। ਇਹ ਨਾਲ ਇੱਥੇ ਨਾਲ ਲੱਗਣੀਆਂ ਹੈ। ਹੁਣ ਇਹ ਸਮਾਰਟ ਬੋਰਡ ਦੀ ਸੁੱਖ ਘੱਟ ਹੈ ਅਤੇ ਦੁੱਖ ਜ਼ਿਆਦਾ ਆ, ਹੈ ਨਾ, ਕਿਉਂਕਿ ਇਹ ਹੋਰੇ ਪਾਸੇ ਜਾਈ ਜਾਂਦਾ ਹੁੰਦਾ ਲਿਖਣ ਟਾਈਮ। ਆ ਬੇਟਾ ਨਾਲ ਲੱਗਣੀ ਹੈ ਇਹਦੇ, ਇਹ, ਹੈ ਨਾ। ਇੰਜ, ਕਿੰਜ, ਛਿੰਜ, ਮੈਂ ਉਹਦੇ ਛਿੰਜ ਲੱਗੀ ਸੀਗੀ ਲਿਖਣ, ਕਿਉਂਕਿ ਪਹਿਲਵਾਨ ਜਿੱਥੇ ਆਪਣੇ ਜੌਹਰ ਦਿਖਾਉਂਦੇ ਆ ਉਹ ਛਿੰਜ ਹੁੰਦੀ ਹੈ। ਲਓ ਜੀ, ਇਹ ਹੋ ਗਈ ਜੀ ਮੁਕਤਾ ਹੋ ਗਈ ਹੈ ਜੀ, ਸਿਹਾਰੀ ਹੋ ਗਈ ਹੈ ਜੀ। ਅਗਲਾ ਹੈਗਾ ਜੀ ਔਂਕੜ ਅਤੇ ਦੁਲੈਂਕੜ। ਔਂਕੜ ਅਤੇ ਦੁਲੈਂਕੜ, ਔਂਕੜ ਦੁਲੈਂਕੜ ਊੜੇ ਵਾਲੇ ਆ ਇਹ। ਆਓ ਜੀ, ਊੜੇ ਵਾਲੇ ਆ, ਬਿਲਕੁਲ। ਕੱਕੇ ਨੂੰ ਔਂਕੜ ਕੂ, ਹੁਣ ਇਹ ਕਿਆ ਲੱਗ ਰਹੀ ਹੈ? ਟਿੱਪੀ ਲੱਗ ਰਹੀ ਹੈ, ਤਾਂ ਕੱਕੇ ਨੂੰ ਔਂਕੜ ਤਾਂ ਲੱਗਣਾ ਹੀ ਲੱਗਣਾ ਹੈ, ਉੱਪਰ ਟਿੱਪੀ, ਹੈ ਨਾ। ਕੂ, ਕੁੰਜ, ਕੁੰਡ, ਕੁੰਡ ਲਿਖਣਾ ਮੈਂ ਉਰੇ, ਹੈ ਨਾ। ਕੁੰਡ, ਕੁੰਡ ਉਹ ਹੁੰਦਾ ਆ ਕੋਈ ਪਾਣੀ ਵਾਲਾ, ਹੈ ਨਾ, ਕੁੰਡ। ਵੈਰੀ ਗੁੱਡ, ਕੁੰਡ, ਕੁੰਡਾ ਨਹੀਂ ਕਿਹਾ ਮੈਂ ਉਹਨੂੰ, ਡਬਲ ਆਊਗਾ ਫਿਰ। ਹੁਣ ਜੇ ਕੁੰਡ ਲਿਖਿਆ ਤਾਂ ਹਾਥੀ ਦੀ ਕਿਆ ਆ ਜਾਊਗੀ ਜੀ ਫਿਰ ਉਰੇ? ਸੁੰਡ ਆ ਜਾਊਗੀ ਹਾਥੀ ਦੀ, ਹੈ ਨਾ। ਸੁੰਡ ਇੱਕ ਉਹ ਵੀ ਹੁੰਦੀ ਹੈ, ਹਰਬ ਵੀ ਹੁੰਦੀ ਹੈ, ਹੈ ਨਾ। ਨੱਕ ਨੂੰ ਕਦੀ ਸੁੰਘ ਕੇ ਦੇਖਿਓ, ਨੱਕ ਨੂੰ ਛਿੱਕਣ ਲੱਗ ਜਾਂਦੀ ਹੈ ਜਦ ਸੁੰਡ ਅਸੀਂ ਕੁੱਟਦੇ ਹਾਂ ਘਰੇ ਨਾ ਆਪਣੇ, ਉਹਦੇ 'ਚ ਪਾਉਣੇ ਵਾਸਤੇ। ਆ ਹੁਣ ਸਿਆਲਾਂ ਦੇ ਵਿੱਚ ਤੇਰਾ ਭਲਾ ਹੋ ਜੇ, ਪਿੰਨੀਆਂ ਦੇ ਵਿੱਚ ਪਾਉਣਾ ਅਸੀਂ। ਹੁਣ ਜਿਹੜਾ ਡਬਲ ਆ, ਹੈ ਨਾ, ਸਿਆਲ ਆ ਜਾਣਾ ਤਾਂ ਰੂੰ ਹੈ ਨਾ ਜਿਹੜੀ, ਉਹਦੇ ਨਾਲ ਅਸੀਂ ਆਪਣੇ ਗੱਦੇ ਭਰਾਉਣੇ ਆ। ਰੂੰ, ਉੱਪਰ ਟਿੱਪੀ ਅਤੇ ਥੱਲੇ ਦੁਲੈਂਕੜ, ਰੂੰ, ਹੈ ਨਾ। ਦੇਖੋ ਹੁਣ ਜਿਹੜਾ ਹੋਰ ਕਰੋ ਇਹਨੂੰ, ਮੰਮੇ ਨੂੰ ਦੁਲੈਂਕੜ, ਉੱਪਰ ਟਿੱਪੀ, ਗੱਗਾ ਗੱਗੇ ਨੂੰ ਪਾਤੀ ਬਿਹਾਰੀ। ਕਿਆ ਬਣ ਗਿਆ? ਮੂੰਗੀ ਦੀ ਦਾਲ, ਮੂੰਗੀ ਨਹੀਂ, ਮੂੰਗੀ ਦੀ।
ਡਬਲ ਸਾਊਂਡ ਕਹਿੰਦਾ ਸੀ ਮੂੰਗੀ ਦੀ ਦਾਲ, ਮੂੰਗੀ ਦੀ ਦਾਲ। ਡੂੰਘਾ ਜਿਹਾ ਕੁੱਕਰ ਲੈ ਕੇ ਆਇਓ ਭਾਈ, ਡੂੰਘਾ ਜਿਹਾ, ਮੇਰੀ ਮਾਂ ਮੈਨੂੰ ਕਹਿੰਦੀ ਕੁੱਕਰ ਲੈਣਾ ਆ, ਡੂੰਘਾ ਜਿਹਾ ਕੁੱਕਰ ਲੈ ਕੇ ਆਈ ਦਾਲ, ਨਹੀਂ ਤਾਂ ਉੱਬਲ ਉੱਬਲ ਕੇ ਬਾਹਰ ਆਈ ਜਾਂਦੀ ਹੈ ਨਾ। ਡੂੰਘਾ ਜੇ ਇੱਕ ਲਗਾ ਫਿਰ ਡੂਗਾ, ਇਹ ਡਬਲ ਹੈ ਤਾਂ ਡੂੰਘਾ। ਹੁਣ ਭਾਈ ਟਿੱਪੀ ਤੂੰ ਚਾਰ ਨਾਲ ਲੱਗੀ, ਕਿਹਦੇ ਕਿਹਦੇ ਨਾਲ ਲੱਗੀ ਹੈ? ਮੁਕਤੇ ਦੇ ਨਾਲ ਲੱਗੀ ਹੈ ਜੀ, ਤੂੰ ਬਿਹਾਰੀ ਦੇ ਨਾਲ, ਸੋਰੀ ਸਿਹਾਰੀ ਦੇ ਨਾਲ ਲੱਗੀ, ਉਹ ਬਿਹਾਰੀ ਦੇ ਨਾਲ ਲੱਗੀ ਸੀਗੀ ਹੈ ਨਾ, ਅਤੇ ਇੱਕ ਔਂਕੜ ਅਤੇ ਦੂਜਾ ਦੁਲੈਂਕੜ। ਤੁਸੀਂ ਲਿਖ ਕੇ ਵੀ ਕਰ ਸਕਦੇ ਹਾਂ, ਕੋਈ ਬੜਾ ਇਹਦੇ ਵਿੱਚ ਹਿਸਾਬ ਕਿਤਾਬ ਮੈਨੂੰ ਤਾਂ ਦਿਖਦਾ ਨਹੀਂ ਹੈਗਾ। ਹਲੋ ਹੈ ਨਾ, ਆਪਣੇ ਆਪ ਵੀ ਤਾਂ ਲਿਖ ਕੇ ਕਰ ਸਕਦੇ ਹਾਂ ਤੁਸੀਂ ਕਿ ਨਹੀਂ, ਤੁਸੀਂ ਕੁਛ ਨਹੀਂ ਕਰ ਸਕਦੇ ਹੈਗੇ? ਕਰ ਸਕਦੇ ਹਾਂ ਭਾਈ, ਅਸੀਂ ਕਾਹਤੇ ਨਹੀਂ ਕਰ ਸਕਦੇ ਹੈਗੇ, ਬਿਲਕੁਲ ਕਰ ਸਕਦੇ ਹਾਂ ਅਸੀਂ। ਠੀਕ ਹੈ ਜੀ, ਹੁਣ ਤੁਹਾਡੀ ਟਿੱਪੀ ਹੋ ਗਈ ਹੈ ਜੀ, ਤੁਹਾਡਾ ਬਿੰਦੀ ਹੋ ਗਈ, ਇੱਕ ਰਹਿ ਗਈ ਅੱਧਕ। ਹੁਣ ਅੱਧਕ ਪੜ੍ਹਨ ਤੋਂ ਪਹਿਲਾਂ ਆਓ ਅਸੀਂ ਇਹਦਾ ਵੀ ਜਿਹੜਾ ਇੰਪੋਰਟੈਂਸ ਆ ਉਹ ਦੇਖ ਲਈਏ, ਹੈ ਨਾ, ਕਿਹਦਾ? ਆ ਬੀਬੀ ਟਿੱਪੀ ਦਾ। ਮੈਂ ਅਤੇ ਪਿਤਾ ਜੀ ਬਾਜ਼ਾਰ ਗਏ ਸਨ, ਮੈਂ ਅਤੇ ਪਿਤਾ ਜੀ ਬਾਜ਼ਾਰ ਗਏ ਸਨ ਤੋਂ ਬਾਅਦ ਮੇਰਾ ਜਨਮ ਸੰਨ 1996 ਦਾ ਹੈ। ਸੰਨ ਉਰੇ ਈਅਰ ਹੈ ਅਤੇ ਉਰੇ ਵਾਜ਼ਵਰ ਵਾਲਾ ਵਰ ਹੈ। ਦੇਖੋ ਮੀਨਿੰਗ ਚੇਂਜ ਹੋ ਗਿਆ ਨਾ ਉਰੇ ਆਪਣਾ, ਬਿਲਕੁਲ ਹੋ ਗਿਆ ਜੀ ਮੀਨਿੰਗ ਚੇਂਜ। ਇਹ ਜਿਹੜੀ ਟਿੱਪੀ ਹੈ ਇਹ ਨੇਜ਼ਲ ਸਾਊਂਡ ਹੈ, ਹੈ ਨਾ, ਅਨਾਸਕੀ ਹੈ ਜੀ ਇਹ ਵੀ। ਜਿਵੇਂ ਤੁਸੀਂ ਪਿਛਲੀ ਵਾਰੀ ਮੇਰੇ ਨਾਲ 5 ਅਨਾਸਕੀ ਕਰੇ ਸੀਗੇ ਨਾ, ਇਹ ਵੀ ਜਿਹੜੀ ਹੈਗੀ ਆ ਉਹ ਨਾਸਕੀ ਹੀ ਹੈਗੀ ਹੈ। ਜਦੋਂ ਅਸੀਂ ਨੇਜ਼ਲ ਸਾਊਂਡ ਆ ਤਾਂ ਅਸੀਂ ਟਿੱਪੀ ਔਰ ਬਿੰਦੀ ਦੀ ਵਰਤੋਂ ਕਰਨੀ ਹੈ। ਹੁਣ ਇਗਜ਼ਾਮੀਨਰ ਪੇਪਰ 'ਚ ਪੁੱਛਦਾ, ਪਟਵਾਰੀ ਦਾ ਪੇਪਰ ਸੀਗਾ ਜਾਂ ਫਿਰ ਇੱਕ ਹੋਇਆ ਸੀਗਾ ਐਕਸਾਈਜ਼ ਇੰਸਪੈਕਟਰ ਦਾ, ਹੈ ਨਾ, ਉਹਦੀ ਆਂਸਰ ਕੀ ਜਦੋਂ ਮੈਂ ਬਣਾਈ ਤਾਂ ਉਹਦੇ 'ਚ ਕੁਸਚਨ ਸੀਗਾ ਇਹ ਕਿ ਜਦੋਂ ਅਸੀਂ ਪੰਜਾਬੀ ਭਾਸ਼ਾ ਦੇ ਵਿੱਚ ਜਾਂ ਗੁਰਮੁਖੀ ਲਿਪੀ ਦੇ ਵਿੱਚ ਕਿਸੇ ਸ਼ਬਦ ਨੂੰ ਦੋਹਰਾ ਕਰਕੇ ਬੋਲਣਾ ਹੋਵੇ ਅਤੇ ਦਬਾਅ ਦੇ ਵਿੱਚ ਰੱਖਣਾ ਹੋਵੇ ਉਦੋਂ ਕਿਹੜੀ ਲਗਾਖਰ ਦੀ ਵਰਤੋਂ ਹੁੰਦੀ ਹੈ? ਤੁਹਾਡਾ ਆਂਸਰ ਹੈ ਜੀ ਅੱਧਕ ਦੀ ਹੁੰਦੀ ਹੈ, ਹੈ ਨਾ, ਅੱਧਕ ਦੀ। ਉਰੋ ਤੋਂ ਮੈਂ ਕਲਾਸ ਸ਼ੁਰੂ ਕਰਦੀ ਹਾਂ, ਟਿੱਪੀ ਦੇ ਉੱਪਰ ਵੀ ਅੱਧਕ ਆ। ਟਿੱਪੀ ਇੰਗਲਿਸ਼ ਦੇ ਵਿੱਚ ਨਾ ਅਸੀਂ ਡਬਲ ਐਫ ਡਬਲ ਈ ਡਬਲ ਆਈ ਦੀ ਇਸਤੇਮਾਲ ਕਰਦੇ ਹਾਂ ਕਿਉਂਕਿ ਦੋਹਰਾ ਉਚਾਰਨ ਕਰਨਾ। ਪੰਜਾਬੀ ਦੇ ਵਿੱਚ ਕੋਈ ਡਬਲ ਨਹੀਂ ਹੈਗਾ, ਪੰਜਾਬੀ ਦੇ ਵਿੱਚ ਇੱਕ ਅੱਧਕ ਹੈ ਜਿਹੜੀ ਸਾਰਿਆਂ ਨੂੰ ਡਬਲ ਕਰ ਦਿੰਦੀ ਹੈ ਭਾਈ, ਹੈ ਨਾ, ਐਡੀ ਤਾਕਤ ਹੈ ਅੱਧਕ ਦੇ ਵਿੱਚ ਕਿ ਇਹ ਡਬਲ ਕਰ ਦਿੰਦੀ ਹੈ। ਆਓ ਅੱਧਕ ਦੇ ਉੱਪਰ ਗੱਲ ਕਰੀਏ, ਬਿੰਦੀ ਤੋਂ ਬਾਅਦ ਸਭ ਤੋਂ ਜ਼ਿਆਦਾ ਕੁਸਚਨ ਅੱਧਕ ਪਰ ਆਇਆ ਪੇਪਰ 'ਚ। ਦੇਖਣ ਨੂੰ ਅੱਧਕ ਐਵੇਂ ਦੀ ਹੁੰਦੀ ਹੈ, ਆਹ ਅੱਧਕ ਦੇ ਸਪੈਲਿੰਗ ਹੈ। ਅੱਧਕ ਹੈ ਜਿਹੜੀ ਉਹ, ਆਓ ਜੀ ਦੇਖੋ, ਮੈਂ ਤੁਹਾਨੂੰ ਕਿਹਾ ਕਿ 3 ਨਾਲ ਲੱਗਦੀ ਹੈ, ਹੈ ਨਾ। ਮੈਂ ਆਹ ਪੈੱਨ ਚਲਾ ਰਹੀ ਹਾਂ, ਹੈ ਨਾ, ਅਤੇ ਇੱਕ ਆਪਾਂ ਗੇਂਦ ਲਿਖੀ ਸੀਗੀ, ਗੇਂਦ ਦੇ ਨਾਲ ਇੱਦਾਂ ਲਿਖੋ ਇਹਨੂੰ, ਇੱਥੇ ਮੈਨੂੰ ਲਿਖਣ 'ਚ ਆਸਾਨੀ ਹੋ ਜਾਊਗੀ। ਕਿੰਨਿਆਂ ਦੇ ਨਾਲ ਲਗਾਉਣੀ ਹੈ ਜੀ ਤੁਸੀਂ ਇਹ? 3 ਦੇ ਨਾਲ ਲਗਾਉਣੀ ਹੈ ਅੱਧਕ। ਆਓ ਜੀ ਅੱਧਕ ਦੇ ਉੱਪਰ ਗੱਲ ਕਰੀਏ। ਸਭ ਤੋਂ ਪਹਿਲਾਂ ਸਰਕਾਰੀ ਕਿਤਾਬ ਦੇ ਉੱਪਰ ਅੱਧਕ, ਸੱਸੇ ਪਰਾਧਕ ਪੱਪਾ ਸੱਪ ਹੈ। ਹੁਣ ਸੱਸੇ ਪਰਾਧਕ ਪੱਪਾ ਸੱਪ ਕਿਆ ਹੈ? ਮੁਕਤਾ। ਦੇਖੋ ਮੁਕਤਾ ਹੈ ਨਾ, ਮੁਕਤਾ ਬਿੰਦੀ ਨਾਲ ਵੀ ਲੱਗਦਾ ਹੈ, ਮੁਕਤਾ ਟਿੱਪੀ ਨਾਲ ਵੀ ਲੱਗਦਾ ਹੈ, ਅਤੇ ਮੁਕਤਾ ਅੱਧਕ ਨਾਲ ਵੀ ਲੱਗਿਆ ਜੀ ਮੁਕਤਾ। ਸੱਪ ਹੈ ਨਾ,
ਪੱਪੇ ਪਰਾਧਕ ਤੱਤਾ ਪੱਤ, ਸ਼ਾਹ ਬਿਨਾ ਪੱਤ ਨਹੀਂ ਗੁਰੂ ਬਿਨਾ ਗੱਤ ਨਹੀਂ, ਹੈ ਨਾ, ਪੱਤ ਗੱਤ, ਹੈ ਨਾ, ਸੱਤ, ਸੈਵਨ ਹੁੰਦਾ ਸੱਤ, ਆ ਸੈਵਨ ਹੁੰਦਾ ਸੱਤ, ਇਹ ਹੋ ਗਿਆ ਜੀ ਮੁਕਤਾ। ਅੱਗੇ ਹੈ ਜੀ ਤੁਹਾਡਾ ਸਿਹਾਰੀ, ਹੈ ਨਾ, ਤੱਦੇ ਨੂੰ ਸਿਹਾਰੀ ਉੱਪਰ ਆਦਕ ਫਿਰ ਲੱਲਾ, ਲੱਲੇ ਨੂੰ ਬਿਹਾਰੀ ਪਾਤੀ ਮੈਂ, ਕਿਆ ਬਣ ਗਿਆ ਜੀ ਇਹ ਦਿੱਲੀ। ਚੱਲ ਇਹਨੂੰ ਹੋਰ ਸਿੰਪਲ ਕਰ ਲਓ, ਸੱਸੇ ਨੂੰ ਸਿਹਾਰੀ ਉੱਪਰ ਆਦਕ ਧੱਦਾ ਸਿੱਧ, ਹੋਰ ਜੀ ਨੰਨੇ ਨੂੰ ਸਿਹਾਰੀ ਉੱਪਰ ਆਦਕ ਕੱਕਾ ਨਿੱਕ, ਨਿੱਕ ਸੁੱਕ, ਨਿੱਕ ਸੁੱਕ, ਹੈ ਨਾ, ਨਿੱਕ ਸੁੱਕ, ਲਓ ਜੀ ਆਹ ਬਣ ਗਿਆ ਨਿੱਕ ਸੁੱਕ, ਨਿੱਕ ਸੁੱਕ। ਵਾਵੇ ਨੂੰ ਸਿਹਾਰੀ ਉੱਪਰ ਆਦਕ ਚੱਚਾ ਵਿੱਚ, ਹੈ ਨਾ। ਅੱਗੇ ਆਓ ਜੀ ਤੁਸੀਂ ਭਾਈ, ਕਹਿੰਦੇ ਜੀ ਔਂਕੜ ਹੈ ਜੀ, ਔਂਕੜ ਪੈ ਗਿਆ ਪੈਰ 'ਚ, ਅੱਧਕ ਪਾਤੀ ਸਿਰ ਦੇ ਉੱਪਰ, ਤੱਤੇ ਨੂੰ ਪਾ ਦਿਓ ਕੰਨਾ, ਕਿਆ ਬਣ ਗਿਆ ਕੁੱਤਾ, ਬਿਲਕੁਲ ਠੀਕ ਬਣ ਗਿਆ ਭਾਈ, ਹੈ ਨਾ। ਬੱਬੇ ਨੂੰ ਪਾ ਦਿਓ ਔਂਕੜ, ਉੱਪਰ ਪਾ ਦਿਓ ਅੱਧਕ ਅਤੇ ਲੱਲਾ ਪਾ ਦਿਓ, ਹੈ ਨਾ, ਬੁੱਲਾ, ਬੁੱਲੇ ਸ਼ਾਹ, ਬੁੱਲਾ ਬਣ ਗਿਆ ਜੀ ਇਹ। ਲਓ ਬੁੱਲੇ ਤੋਂ ਮੈਂ ਇੱਕ ਹੋਰ ਬਣਾ ਦਿੰਦੀ ਹਾਂ, ਬੱਬੇ ਨੂੰ ਔਂਕੜ ਕੱਕਾ ਲੱਲਾ ਬੁੱਕਲ ਬਣ ਗਈ ਨਾ, ਹੈ ਨਾ, ਬੁੱਕ ਡਿਪੂ, ਐਲ ਹਟਾ ਦਿਓ ਜੇ ਉਹਦੇ 'ਤੇ ਤਾਂ ਬੁੱਕ ਡਿਪੂ, ਕਿਹੜਾ ਬੁੱਕ ਡਿਪੂ, ਰਾਜਾ ਬੁੱਕ ਡਿਪੂ, ਕਰਮ ਬੁੱਕ ਡਿਪੂ, ਐਵੇਂ ਦਾ ਸਾਹਿਬ ਬੁੱਕ ਡਿਪੂ ਆ ਗਿਆ ਜੀ ਤੁਹਾਡਾ। ਅੱਗੇ ਆ ਗਿਆ ਜੀ ਤੁਹਾਡਾ ਦੋ ਲਾਂ, ਦੋ ਲਾਂ ਦੇ ਨਾਲ ਵੀ ਜਿਹੜੀ ਹੈਗੀ ਹੈ ਜੀ ਉਹ ਲੱਗਦੀ ਹੈ ਅੱਧਕ, ਗੱਗੇ ਨੂੰ ਪੈਨ ਤੋਂ ਹੀ ਸ਼ੁਰੂ ਕਰੋ, ਗੱਗਾ ਛੱਡੋ ਤੁਸੀਂ, ਪੱਪੇ ਨੂੰ ਦੋ ਲਾਂ ਉੱਪਰ ਆਦਕ ਨੰਨਾ ਪੈਨ, ਅਸੀਂ ਜਦੋਂ ਐੱਮ ਏ ਕਰਦੇ ਹੁੰਦੇ ਨਾ ਤਾਂ ਅਸੀਂ ਪੰਜਾਬੀ 'ਚ ਲਿਖਦੇ ਹੁੰਦੇ, ਹੈ ਨਾ, ਐੱਮ ਏ, ਐੱਮ, ਠੀਕ ਹੈ ਨਾ, ਸਰਕਾਰੀ ਕਿਤਾਬ ਦੀ ਇਗਜ਼ਾਮਪਲ ਹੈ ਭਾਈ, ਸਰਕਾਰੀ ਕਿਤਾਬ ਕਹਿੰਦੀ ਹੈ ਗੱਗੇ ਨੂੰ ਦੋ ਲਾਵਾਂ ਸੱਸਾ ਗੈਸ, ਠੀਕ ਹੈ ਜੀ, ਪੈੱਨ ਹੈੱਡ, ਸੈਕਟਰੀਏਟ ਗਏ ਕਦੀ ਚੰਡੀਗੜ੍ਹ, ਸੈਕਟਰ ਦੋ, ਸੈਟ, ਪੈੱਨ ਮੈਂ ਲਿਖਤਾ, ਗੁਰਮੁਖੀ ਵਿੱਚ ਲਿਖਣ ਲਈ ਦੁਲਾਵਾਂ ਲਗ ਨਾਲ ਵੀ ਅੱਧਕ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਕਿ ਪੈੱਨ, ਸੈੱਟ, ਸੈਕਟਰ, ਗੈਸ, ਹੈੱਡ, ਪੈੱਨ, ਲਓ ਜੀ ਸਰਕਾਰੀ ਕਿਤਾਬ ਤੋਂ ਵੱਧ ਕੁਛ ਨਹੀਂ ਬੋਲਦੀ ਹੈਗੀ। ਮੰਮਾ ਨੰਨੇ ਨੂੰ ਇੱਕ ਔਂਕੜ ਉੱਪਰ ਆਦਕ ਖੱਖਾ ਮਨੁੱਖ, ਦੇਖੋ ਆ ਮੰਮਾ ਤਾਂ ਅਗੇਤਰ ਹੈ ਨਾ, ਨੁੱਖ, ਨੁੱਖ, ਮੰਮਾ ਲੱਗ ਗਿਆ ਮਨੁੱਖ, ਹੈ ਨਾ, ਆਹ ਔਂਕੜ ਦੀ ਇੱਕ ਐਗਜ਼ਾਮਪਲ ਮੈਂ ਹੋਰ ਲਿਖਤੀ ਹੈ ਜੀ।
ਠੀਕ ਹੈ ਜੀ, ਬਿਲਕੁਲ ਇਹ ਲਓ ਜੀ। ਇਹਦੇ ਵਿੱਚੋਂ 2 ਨੰਬਰ ਦਾ ਕੁਐਸਚਨ ਪੱਕਾ ਹੀ ਪਿਆ ਤੁਹਾਡੇ ਕੋਲ, ਠੀਕ ਹੈ, ਕਿ ਕਿੰਨੀਆਂ ਲੱਗਦੀਆਂ ਜੀ ਊੜੇ ਨਾਲ, ਕਿੰਨੀਆਂ ਲੱਗਦੀਆਂ ਆੜੇ ਨਾਲ ਅਤੇ ਕਿੰਨੀਆਂ ਲੱਗਦੀਆਂ ਈੜੀ ਨਾਲ, ਠੀਕ ਹੈ ਨਾ। ਅਤੇ ਆਹ ਅੱਧਕ ਆ, ਇਹਦਾ ਮੈਂ ਤੁਹਾਨੂੰ ਕਿਆ ਦੱਸਿਆ ਹੈ, ਜਦੋਂ ਉਚਾਰਨ ਦੋਹਰਾ ਕਰਨਾ ਹੋਵੇ, ਹੈ ਨਾ, ਉਚਾਰਨ ਦੋਹਰਾ ਕਰਨਾ ਹੋਵੇ, ਦੋਹਰੇ ਨੂੰ ਉਹ ਦਬਵਾਂ ਵੀ ਲਿਖ ਸਕਦਾ, ਜਿਵੇਂ ਉਹਨੇ ਸਰਕਾਰੀ ਕਿਤਾਬ 'ਚ ਲਿਖਿਆ, ਮੈਂ ਪੜ੍ਹ ਕੇ ਵੀ ਦੱਸ ਦਿੰਦੀ ਤੁਹਾਨੂੰ ਭਾਈ। ਉਹ ਲਿਖਦਾ ਆ ਕਿ ਦਬਾ ਜਾਂ ਬਲ, ਹੈ ਨਾ, ਉਹਨੇ ਲਿਖਿਆ ਨਾ ਦਬਵਾਂ, ਉਹਨੇ ਲਿਖਿਆ ਦਬਾ, ਇਹ ਐਵੇਂ ਆਇਆ ਵਾ ਸੀਗਾ, ਠੀਕ ਹੈ ਨਾ। ਅੱਧਕ ਦੀ ਵਰਤੋਂ ਕਿਸੇ ਅੱਖਰ ਦੀ ਆਵਾਜ਼ ਨੂੰ ਦੁੱਗਣੀ ਕਰਨ ਜਾਂ ਦਬਾ ਜਾਂ ਬਲ ਦੇਣੇ ਵਾਸਤੇ ਕੀਤੀ ਜਾਂਦੀ ਹੈ ਜੀ, ਠੀਕ ਹੈ ਨਾ। ਇਹ 3 ਨਾਲ ਲੱਗਦੀ ਹੈ, ਉਹ ਅਸੀਂ ਕਰ ਦਿੱਤਾ ਹੈ। ਲਓ ਜੀ, ਇੱਕ ਹੋਰ ਤੁਹਾਨੂੰ ਇਗਜ਼ਾਮਪਲ ਦੇਵਾਂ ਇਹਦੀ, ਪੰਜਾਬੀ ਸਿੱਖਣ ਵਾਸਤੇ ਇੱਕ ਬਹੁਤ ਸੋਹਣੀ ਇਗਜ਼ਾਮਪਲ ਹੈ ਤੁਹਾਡੇ ਕੋਲ। ਵਾਵੇ ਪਰ ਆਦਕ ਟੈਂਕਾ ਵੱਟ, ਹੈ ਨਾ। ਵੱਟ ਕਿਆ ਹੁੰਦਾ ਯਾਰ, ਅੱਜ ਕਿੰਨਾ ਵੱਟ ਹੋਇਆ ਹੋਇਆ ਗਰਮੀ ਦਾ, ਹੈ ਨਾ, ਵੱਟ। ਅਤੇ ਮੇਰੇ ਕੁੜਤੇ 'ਚ ਵੱਟ ਪਏ ਪਏ ਹੈ, ਹੈ ਨਾ, ਸਿਲਵੱਟਾਂ ਪਈਆਂ ਹੋਈਆਂ, ਮੇਰੇ ਮੂੰਹ 'ਤੇ ਵੱਟ ਪੈ ਗਏ ਹੈ, ਅਤੇ ਰੱਸੀ ਵੱਟ ਲੈਣੀ ਹੈ ਅਸੀਂ, ਅਸੀਂ ਮੁੱਛਾਂ ਵੱਟੀ ਜਾਣੀਆਂ ਆ, ਹੈ ਨਾ, ਅਤੇ ਅਸੀਂ ਸੇਮੀਆਂ ਵੱਟੀ ਜਾਣੀ ਆ, ਸਾਡੇ ਖੇਤਾਂ 'ਚ ਇੱਕ ਵੱਟ ਹੁੰਦੀ ਆ, ਵੱਟੋ ਵੱਟ ਚੱਲਣਾ ਹੈ ਜੀ ਅਸੀਂ, ਹੈ ਨਾ। ਤਾਂ ਵੱਟ ਦੇਖੋ ਕਿੰਨੇ ਹੀ ਮੀਨਿੰਗ ਹੈ ਇਹਦੇ। ਪੰਜਾਬੀ ਪੜ੍ਹਦੇ ਆ ਤੁਸੀਂ, ਹੈ ਨਾ, ਪੰਜਾਬੀ ਜੁੱਤੀ, ਗੁੱਤ, ਆ ਦੇਖੋ ਜੀ ਗੁੱਤ ਆ ਜਾਣਾ ਉਰੇ, ਹੈ ਨਾ। ਲਓ ਜੀ, ਇਸ ਤੋਂ ਆਸਾਨ ਤਾਂ ਮੈਨੂੰ ਲੱਗਦਾ ਨਹੀਂ ਕਿ ਤੁਹਾਨੂੰ ਸਿੰਪਲ ਕੋਈ ਵਰਡ ਮਿਲ ਸਕਦਾ ਆ। ਤੁਸੀਂ ਇਹਨੂੰ ਪੇਪਰ ਦੇ ਉੱਪਰ ਲਿਖੋ ਅਤੇ ਤੁਹਾਡਾ ਜਿਹੜਾ ਹੈਗਾ ਆ ਉਹ ਲਗਾ ਮਾਤਰਾਵਾਂ ਵਾਲਾ ਜਿਹੜਾ ਕੋਨਸੈਪਟ ਹੈ ਉਹ ਅੱਜ ਹੋ ਗਿਆ ਹੈ ਜੀ ਖਤਮ। ਊੜੇ ਨਾਲ ਲੱਗਦੀਆਂ 3, ਆੜੇ ਨਾਲ 4 ਅਤੇ ਈੜੀ ਨਾਲ 3, ਕਿਹੜੀਆਂ ਕਿਹੜੀਆਂ ਉਹ ਮੈਂ ਤੁਹਾਨੂੰ ਇੱਥੇ ਦੱਸ ਦਿੱਤੀਆਂ ਹੈ ਜੀ, ਹੈ ਨਾ। ਇਹ ਤੁਸੀਂ ਇਹਨੂੰ ਮੁੜ ਮੁੜ ਕੇ ਪੜ੍ਹ ਪੜ੍ਹ ਕੇ ਦੇਖੀ ਜਾਓ, ਕੋਈ ਔਖਾ ਇਹਦੇ ਵਿੱਚ ਹੈ ਨਹੀਂ। 2 ਵਾਰ ਦੇਖੋਗੇ ਤਾਂ 3 ਕੁ 3 ਕੁ ਵਾਰ ਆਪੇ ਹੀ ਤੁਹਾਨੂੰ ਹੈਗਾ ਜਿਹੜਾ ਉਹ ਕਲੀਅਰ ਹੋ ਜਾਣਾ ਹੈ, ਹੈ ਨਾ। ਤਾਂ ਹੁਣ ਆਪਾਂ ਚੱਲੀਏ ਕਿ ਆਪਾਂ ਕਰ ਕਿਆ ਰਹੇ ਹਾਂ। ਆਪਾਂ ਕਰ ਰਹੇ ਹਾਂ ਜੀ ਪੰਜਾਬੀ ਲੈਂਗੁਏਜ ਦੀ ਵਿਆਕਰਣ, ਹੈ ਨਾ। ਅਸਲ 'ਚ ਵਿਆਕਰਣ ਦੀਆਂ ਨਾ ਕੁਝ ਸ਼੍ਰੇਣੀਆਂ ਹੁੰਦੀਆਂ, ਸ਼੍ਰੇਣੀਆਂ ਮਤਲਬ ਟਾਈਪਸ ਹੁੰਦੀਆਂ ਉਹਦੀਆਂ, ਹੈ ਨਾ, ਅੱਗੇ ਕਲਾਸੀਫਾਈਡ ਕਰ ਸਕਦੇ ਹਾਂ। ਤਾਂ ਤੁਹਾਡੇ ਕੋਲ ਜਿਹੜਾ ਆਪਾਂ ਅਗਲੀ ਕਲਾਸ 'ਚ ਕਰੂੰਗੇ, ਦੇਖੋ ਹੁਣ ਨਾ ਇਹਨੂੰ ਲਿਖਣ ਟਾਈਮ ਤੁਸੀਂ ਆਪ ਹੁਣ ਥੋੜ੍ਹਾ ਜਿਹਾ ਨਾ ਦਿਮਾਗ ਲਗਾਓ। ਵਾਵੇ ਨੂੰ ਕਿਆ ਪਾਈ ਆ ਮੈਂ, ਸਿਹਾਰੀ, ਹੈ ਨਾ, ਵਾਵੇ ਨੂੰ ਸਿਹਾਰੀ, ਆੜੇ ਨੂੰ ਕੰਨਾ। ਦੇਖੋ ਮੁਕਤੇ ਦੇ ਨਾਲ ਕੰਨਾ ਲੱਗ ਗਿਆ ਨਾ, ਤਾਂ ਹੁਣ ਜਿਹੜੀ ਸਿਹਾਰੀ ਹੈ, ਅੱਛਾ ਸਿਹਾਈ ਤਾਂ ਤੁਸੀਂ ਕਰ ਨਹੀਂ ਰਹੇ, ਤੁਸੀਂ ਬਿੰਦੀਆਂ ਟਿੱਪੀਆਂ ਕਰਨੀਆਂ, ਹੈ ਨਾ। ਤਾਂ ਦੇਖੋ ਕੰਨੇ ਦੇ ਨਾਲ ਕਿਆ ਲੱਗੀ ਹੈ, ਬਿੰਦੀ ਲਾਈ ਹੈ ਨਾ ਕੰਨੇ ਨਾਲ ਬਿੰਦੀ, ਤੁਸੀਂ ਉਹ ਦੇਖੋ ਲਾਈ ਹੈ ਕੰਨੇ ਨਾਲ ਬਿੰਦੀ, ਮਾਂ ਗਾਂ। ਵਿਆਕਰਣ ਦੀਆਂ ਸ਼੍ਰੇਣੀਆਂ ਤੁਸੀਂ ਦੇਖੋ, ਲਾਂ ਫਿਰ ਕੰਨਾ ਆ ਗਿਆ, ਜਿਹੜੇ ਆਹਾ ਵਾਲਾ ਨਹੀਂ ਕਰਨਾ ਹੈਗਾ, ਇਹ ਤਾਂ ਸ਼੍ਰੇਣੀਆਂ ਵਾਲਾ ਆ, ਹੈ ਨਾ, ਜਿਹੜਾ ਆਪਾਂ ਧਵਨੀ ਨਵੀਂ ਬਣਾਈ ਹੈ। ਹੁਣ ਵਿਆਕਰਣ ਦੀਆਂ ਨਾ 4 ਸ਼੍ਰੇਣੀਆਂ ਹੁੰਦੀਆਂ ਭਾਈ, ਮਤਲਬ ਤੁਸੀਂ ਵਿਆਕਰਣ ਨੂੰ ਕਿੰਨੇ ਭਾਗਾਂ 'ਚ ਵੰਡ ਕੇ ਪੜ੍ਹਨਾ ਹੈ ਜੇ ਪੰਜਾਬੀ ਭਾਸ਼ਾ ਸਿੱਖਣੀ ਹੈ, 4 ਭਾਗਾਂ 'ਚ। ਪਹਿਲਾ ਜਿਹੜਾ ਹੈਗਾ ਆ ਉਹਨੂੰ ਕਹਿੰਦੇ ਆ ਧੁਨੀ ਬੋਧ, ਹੋ ਗਿਆ ਤੁਹਾਡਾ ਖਤਮ ਇਹ, ਹੈ ਨਾ, ਗੱਲਾਂ ਗੱਲਾਂ 'ਚ ਹੀ। ਧੁਨੀ ਬੋਧ ਹੁੰਦਾ ਹੈ ਜੀ ਪਹਿਲਾ, ਦੂਜਾ ਹੁੰਦਾ ਹੈ ਜੀ ਸ਼ਬਦ ਬੋਧ, ਅੱਖਰ ਬੋਧ ਕਹਿੰਦੇ ਅਸੀਂ ਇਸਨੇ। ਤੀਸਰਾ ਮੇਰਾ ਬੇਟਾ ਹੁੰਦਾ ਹੈ ਵਾਕ ਬੋਧ, ਅਤੇ ਚੌਥਾ ਮੇਰਾ ਬੱਚਾ ਹੁੰਦਾ ਆ ਅਰਥ ਬੋਧ, ਹੈ ਨਾ। ਤਾਂ ਦੇਖੋ ਜਿਹੜਾ ਧੁਨੀ ਬੋਧ ਆ
ਉਹ ਤਾਂ ਕਾਮਨ ਸੈਂਸ ਦੀ ਗੱਲ ਹੈ ਤੁਹਾਡੇ ਕੋਲ ਕਿ ਉਹਦੇ ਵਿੱਚ ਅਸੀਂ ਕਾਹਦੀ ਗੱਲ ਕਰੋਂਗੇ, ਅਸੀਂ ਉਹਦੇ ਵਿੱਚ ਧੁਨੀਆਂ ਦੀ ਗੱਲ ਕਰੋਂਗੇ, ਹੈ ਨਾ। ਤਾਂ ਧੁਨੀਆਂ ਕਿੰਨੇ ਪ੍ਰਕਾਰ ਦੀਆਂ ਸਾਡੇ ਕੋਲ, ਦੇਖੋ ਤੁਸੀਂ ਹੁਣ ਮੈਂ ਬੋਲ ਰਹੀ ਹਾਂ, ਤੁਹਾਨੂੰ ਸਮਝ ਆ ਰਹੀ ਹੈ ਤਾਂ ਇਹ ਸਾਰਥਕ ਹੀ ਆ। ਆਊ ਆਈ ਆਊ ਆਈ, ਤੁਹਾਨੂੰ ਸਮਝ ਨਹੀਂ ਆ ਰਹੀ, ਇਹ ਨਿਰਾਰਥਕ ਆ, ਤਾਂ ਮੀਨਿੰਗ ਲੈਸ ਔਰ ਮੀਨਿੰਗ ਫੁੱਲ ਹੋ ਜਾਊਂਗੀਆਂ ਧੁਨੀਆਂ, ਹੈ ਨਾ। ਤਾਂ ਧੁਨੀਆਂ ਤੁਹਾਡੇ ਕੋਲ ਦੋ ਤਰ੍ਹਾਂ ਦੀਆਂ ਹੁੰਦੀਆਂ, ਮੀਨਿੰਗ ਲੈਸ ਔਰ ਮੀਨਿੰਗ ਫੁੱਲ। ਇਹਨੂੰ ਤੁਸੀਂ ਸਾਰਥਕ ਮੀਨਿੰਗ ਫੁੱਲ ਆ, ਅਤੇ ਜਿਹੜੀਆਂ ਨਿਰਾਰਥਕ ਆ ਉਹ ਕਿਆ ਹੈ ਜੀ, ਮੀਨਿੰਗ ਲੈਸ ਹੈ ਜੀ। ਅਤੇ ਭਾਸ਼ਾ ਹੈ ਜਿਹੜੀ ਉਹ ਐਵੇਂ ਬਣਦੀ ਹੈ, ਕਿਵੇਂ ਬਣਦੀ ਹੈ ਜੀ, ਉਹ ਧੁਨੀਆਂ ਤੋਂ ਬਣਦੀ ਹੈ ਨਾ। ਬਿਲਕੁਲ, ਧੁਨੀਆਂ ਤੋਂ ਬਣਦੀ ਹੈ ਭਾਸ਼ਾ। ਦੇਖੋ ਇੱਕ ਸਾਊਂਡ ਆਈ, ਹੈ ਨਾ। ਇਹ ਦੋ ਮਿਲ ਕੇ ਕਿਆ ਬਣਾਇਆ, ਧੁਨੀਆਂ ਨੇ ਕਿਆ ਬਣਾਇਆ, ਅੱਗੇ ਇੱਕ ਸ਼ਬਦ ਬਣਾਇਆ ਹੂੰ। ਔਰ ਜਦੋਂ ਹੂੰ ਹੂੰ ਹੋ ਰਹੀ ਹੈ, ਇਹ ਕਿਆ ਬਣ ਗਿਆ, ਇੱਕ ਵਾਕ। ਤਾਂ ਵਾਕ ਸਭ ਤੋਂ ਵੱਡੀ ਇਕਾਈ ਹੈ, ਜਿਹੜੀ ਸਾਊਂਡ ਆ ਉਹ ਸਭ ਤੋਂ ਛੋਟੀ ਇਕਾਈ ਹੈ। ਜੇ ਵਾਕ ਨਾ ਬਣਦਾ ਫਿਰ ਇਹ ਨਿਰਾਰਥਕ ਹੈ, ਜਦੋਂ ਵਾਕ ਬਣ ਗਿਆ ਤਾਂ ਇਹ ਸਾਰਥਕ ਆ। ਹੁਣ ਜਿਹੜੀ ਭਾਸ਼ਾ ਆ ਉਹ ਕਾਹਦੇ ਨਾਲ ਬਣੀ ਹੈ, ਸਾਰਥਕ ਨਾਲ ਬਣੀ ਹੈ। ਅਤੇ ਸਾਰਥਕ ਕਿਆ ਹੈ ਸਾਡੇ ਕੋਲ, ਸਵਰ ਔਰ ਵਿਅੰਜਨ ਹੀ ਹੈ ਨਾ। ਸਵਰ ਔਰ ਵਿਅੰਜਨ ਤੁਸੀਂ ਪੜ੍ਹ ਲਏ ਨਾ ਮੇਰੇ ਨਾਲ, ਤਾਂ ਸਵਰ ਔਰ ਵਿਅੰਜਨ ਆ ਜਿਹੜੇ ਉਹ ਸਾਰਥਕ ਧੁਨੀਆਂ ਆ। ਤਾਂ ਤੁਹਾਨੂੰ ਪੇਪਰ 'ਚ ਕੁਸਚਨ ਆਇਆ ਕਿ ਧੁਨੀਆਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ, ਉੱਥੇ ਨਿਊਮੈਰੀਕਲ 'ਚ ਆਂਸਰ ਹੋਊਗਾ ਟੂ, ਟੂ ਨੂੰ ਟਿੱਕ ਕਰ ਦਿਓ, ਠੀਕ ਹੈ ਨਾ। ਖੰਡੀ ਅਖੰਡੀ ਵੀ ਕਹਿੰਦੇ ਇਹਨਾਂ ਨੂੰ ਆਪਾਂ, ਸਾਰਥਕ ਨਿਰਾਰਥਕ ਵੀ ਕਹਿੰਦੇ ਆਪਾਂ ਇਹਨਾਂ ਨੂੰ। ਹੁਣ ਤੁਸੀਂ ਇਹਦੇ ਵਿੱਚ ਸਵਰ ਵਿਅੰਜਨ ਪੜ੍ਹੇ ਆ ਮੇਰੇ ਨਾਲ, ਹਾਂ ਅਸੀਂ ਸਵਰ ਵਿਅੰਜਨ ਪੜ੍ਹੇ ਆ ਜੀ, ਸਵਰ ਵਿਅੰਜਨ ਪੜ੍ਹੇ ਆ। ਹੋਰ ਧੁਨੀਆਂ ਕਿਹੜੀਆਂ ਪੜ੍ਹੀਆਂ ਤੁਸੀਂ, ਅਨਾਨਾਸਕੀ ਧੁਨੀਆਂ, ਹੈ ਨਾ, ਨਾਸਕੀ ਨੇਜ਼ਲਸ ਪੜ੍ਹੀਆਂ ਮੇਰੇ ਨਾਲ, ਲਗਾਖਰ ਪੜ੍ਹੇ ਆ, ਦੁੱਤੱਖਰ ਪੜ੍ਹੇ ਆ, ਅੱਧੀਆਂ ਧੁਨੀਆਂ ਪੜ੍ਹੀਆਂ ਜਿਹੜੀਆਂ ਪੈਰਾਂ 'ਚ ਲੱਗਦੀਆਂ, ਦੁੱਤੱਖਰ ਹੀ ਹੈ ਨਾ ਉਹ, ਅੱਧੀਆਂ ਧੁਨੀਆਂ ਆ, ਗਲਤ ਸਾਊਂਡ ਪਰ ਹੀ ਰੁਕੀ ਹੈ ਨਾ ਸਾਰੀ ਦੀ ਸਾਰੀ, ਉਹ ਤੁਸੀਂ ਮੇਰੇ ਨਾਲ ਪੜ੍ਹ ਲਿਆ ਜੀ। ਨਵੀਆਂ ਧੁਨੀਆਂ ਪੜ੍ਹ ਲਈਆਂ, ਸ਼ੁੱਧ ਧੁਨੀਆਂ ਪੜ੍ਹ ਲਈਆਂ ਤੁਸੀਂ, ਸ਼ੇਰ ਦੀ ਜਗ੍ਹਾ ਸ਼ੇਰ ਪੜ੍ਹ ਲਿਆ ਤੁਸੀਂ, ਉਹ ਵੀ ਇਹੀ ਆ। ਕ ਖ ਗ ਕੰਠੀ ਪੜ੍ਹ ਲਈਆਂ, ਚ ਛ ਜ ਤਾਲ ਵੀ ਪੜ੍ਹ ਲਈਆਂ, ਟ ਠ ਡ ਉਲਟ ਜੀ ਵੀ ਪੜ੍ਹੀਆਂ, ਪ ਫ ਬ ਹੋਂਠੀ ਪੜ੍ਹੀਆਂ, ਤ ਥ ਦ ਦੰਤੀ ਪੜ੍ਹ ਲਈਆਂ, ਇਹ ਸਾਰੀਆਂ ਧੁਨੀਆਂ ਹੀ ਪੜ੍ਹੀਆਂ ਹੈ। ਕਹਿਣ ਦਾ ਭਾਵ ਇਹ ਹੈ ਕਿ ਤੁਸੀਂ ਆਹ ਵਾਲਾ ਜਿਹੜਾ ਚੈਪਟਰ ਹੈ ਉਹ ਪੜ੍ਹ ਚੁੱਕੇ ਹੈ, ਤੁਹਾਨੂੰ ਪਤਾ ਹੀ ਨਹੀਂ ਲੱਗਿਆ ਗੱਲਾਂ ਗੱਲਾਂ ਦੇ ਵਿੱਚ। ਭਾਈ ਤੁਸੀਂ ਧੁਨੀ ਬੋਧ ਨੂੰ ਪੜ੍ਹ ਲਿਆ ਆ, ਧੁਨੀ ਕਿਵੇਂ ਕੰਮ ਕਰਦੀ ਹੈ ਤੁਸੀਂ ਪੜ੍ਹ ਲਿਆ ਆ ਇਹ, ਠੀਕ ਹੈ ਨਾ। ਦੇਖੋ ਹੁਣ ਤੁਸੀਂ ਕੋਈ ਇੱਥੇ UGC ਨੈੱਟ ਦੀ ਤਿਆਰੀ ਤਾਂ ਮੇਰੇ ਨਾਲ ਕਰ ਨਹੀਂ ਰਹੇ ਹੈਗੇ, ਹੈ ਨਾ। ਆਪਾਂ ਤੁਹਾਨੂੰ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰਵਾ ਰਹੇ ਹਾਂ, ਗਰੁੱਪ C ਦੇ ਪੇਪਰ, ਪਰ ਇਹ ਤੁਹਾਨੂੰ UGC ਨੈੱਟ ਵਾਸਤੇ ਵੀ ਕੰਮ ਆ ਜਾਣਾ ਆ। ਉਹਦੇ 'ਚ ਅਸੀਂ ਕਿਆ ਕਰਨਾ, UGC ਨੈੱਟ ਦਾ ਜਿਹੜਾ ਬੈਚ ਚਲਾ ਦੂੰਗੇ ਜੀ ਅਸੀਂ, ਉਹਦੇ ਵਿੱਚ ਅਸੀਂ ਇਹਨੂੰ ਡਿਟੇਲ 'ਚ ਪੜ੍ਹਾ ਦਾਂਗੇ ਫਿਰ ਹੁਣ, ਹੈ ਨਾ। ਪਰ ਜਿਹੜੇ ਤੁਸੀਂ ਕਲਰਕ ਹੈ ਜਾਂ ਪਟਵਾਰੀ ਹੈ ਜਾਂ ਕੋਂਸਟੇਬਲ ਹੈ ਜਾਂ ਹੋਰ ਵੀ ਗਰੁੱਪ C ਦੀਆਂ, ਕਿਸੇ ਵੀ ਚੰਡੀਗੜ੍ਹ ਦੀਆਂ ਜਾਂ ਪੰਜਾਬ ਦੀਆਂ ਪੋਸਟਾਂ ਆ, ਉਹਦੇ 'ਚ ਸਫੀਸ਼ੈਂਟ ਆ, ਐਗਜ਼ਾਮੀਨਰ ਇਹ 'ਤੇ ਵੱਧ ਨਹੀਂ ਪਾ ਸਕਦਾ, ਯਾਦ ਰੱਖਿਓ, ਹੈ ਨਾ। ਕਿਉਂਕਿ 10th ਲੈਵਲ ਦਾ ਹੀ ਸਾਡੇ ਕੋਲ ਜਿਹੜਾ ਹੈਗਾ ਉਹ ਕੁਐਸਚਨ ਹੁੰਦਾ ਆ। ਹੁਣ ਧੁਨੀ ਬੋਧ ਦੇ ਵਿੱਚ ਅਸੀਂ ਆਹ ਸਾਰਾ ਕੁਝ ਪੜ੍ਹ ਲਿਆ, ਤਾਂ ਕੋਮਨ ਸੈਂਸ ਦੀ ਗੱਲ ਆ, ਅਸੀਂ ਧੁਨੀ ਬੋਧ ਪੜ੍ਹ ਚੁੱਕੇ ਹਾਂ। ਸ਼ਬਦ ਬੋਧ ਦੇ ਵਿੱਚ ਪਾਰਟਸ ਔਫ ਸਪੀਚ ਹੈ, ਤੁਹਾਨੂੰ ਇੰਗਲਿਸ਼ ਵਾਲੇ ਸਰ ਜਾਂ ਮੈਡਮ ਪੜ੍ਹਾਉਂਦੇ ਹੀ ਹੋਣੇ ਆ, ਹੈ ਨਾ, ਕਦੀ ਤੁਸੀਂ ਪੜ੍ਹਿਆ ਹੋਣਾ ਆਪਣੀ ਜ਼ਿੰਦਗੀ ਦੇ ਵਿੱਚ। ਨਾਊਨ ਪਰ ਨਾਊਨ, ਓਬਜੈਕਟਿਵ ਐਡਵਰਬ ਪੜ੍ਹੇ ਆ ਨਾ, ਕੰਜੰਕਸ਼ਨਸ ਵਗੈਰਾ, ਇਹ ਸਾਰੀਆਂ ਤੁਹਾਡੀਆਂ। ਇਹ ਸ਼ਬਦ ਬੋਧ ਹੈ ਮੇਰਾ ਬੇਟਾ। ਸ਼ਬਦ ਬੋਧ ਦਾ ਮਤਲਬ ਕਿਆ ਹੈ ਜੀ, ਨਾਮ ਪ੍ਰਣਾਮ, ਹੈ ਨਾ। ਹੁਣ ਮੇਰਾ ਨਾਮ ਮਨੀ ਹੈ, ਹੁਣ ਜੇ ਮੇਰਾ ਨਾਮ ਮਨੀ ਹੈ ਤਾਂ ਮੈਂ ਇੱਥੇ ਲਿਖ ਦਿੰਦੀ ਹਾਂ ਮਨੀ, ਹੈ ਨਾ। ਹੁਣ ਮਨੀ ਤੋਂ ਕਿ ਪਤਾ ਚੱਲਦਾ ਕਿ ਮੇਰਾ ਜੈਂਡਰ ਕਿਆ ਹੈ, ਮੈਂ ਮੇਲ ਹੈ ਕਿ ਫੀਮੇਲ ਹੈ, ਹੈ ਨਾ। ਹੁਣ ਇਹ ਤੋਂ ਜੈਂਡਰ ਪਤਾ ਚੱਲ ਜੂਗਾ, ਦੇਖੋ ਜ਼ਰਾ।
ਕਿਰਨ ਤੋਂ ਪਤਾ ਚੱਲਦਾ ਹੈ ਕਿ ਇਹ 99% ਕੁੜੀ ਹੋ ਸਕਦੀ ਹੈ ਨਾ। ਮੁੰਡੇ ਦਾ ਨਾਮ ਵੀ ਹੋ ਸਕਦਾ ਕਿਰਨਦੀਪ ਸਿੰਘ, ਪਰ ਜ਼ਿਆਦਾਤਰ ਕੁੜੀ ਦਾ ਨਾਮ ਕਿਰਨ ਹੋ ਸਕਦਾ ਹੈ ਨਾ, ਸੂਰਜ ਦੀ ਕਿਰਨ। ਹੁਣ ਇੱਕ ਹੋਰ ਨਾਮ ਲਿਖ ਦਿੰਦੀ, ਚਲੋ ਮੈਂ ਤੁਹਾਡੇ ਵਾਸਤੇ, ਟੀਨਾ। ਟੀਨਾ ਤਾਂ ਨਹੀਂ ਮੁੰਡਾ ਹੋ ਸਕਦਾ, ਟੀਨਾ ਤਾਂ 110% ਹੈ ਜਿਹੜੀ ਉਹ ਕੁੜੀ ਹੀ ਕੁੜੀ ਹੈ। ਨਾਮ ਹੈ ਨਾ ਚੀਜ਼ ਦਾ, ਫੋਨ ਹੈ ਜਿਹੜਾ, ਹੈ ਨਾ, ਤਾਰ, ਗਲਾਸ, ਪਾਣੀ, ਚਾਬੀ, ਜਿੰਦਰਾ। ਇਹ ਜਿਹੜੇ ਨਾਮ ਹੈ ਨਾ ਸਾਡੇ ਕੋਲ, ਇਹ ਭਾਈ ਸਾਨੂੰ ਕਿਸੇ ਵੀ ਚੀਜ਼ ਦੀ ਜਿਹੜੀ ਆਇਡੈਂਟੀਫਿਕੇਸ਼ਨ ਆ, ਉਹਦੀ ਪਹਿਚਾਣ ਆ, ਉਹ ਦੱਸਦੇ ਹਾਂ। ਅਸੀਂ ਆਪ ਇਹ ਬਣਾਏ ਹਾਂ। ਹੁਣ ਪੈੱਨ ਹੈ, ਫਿਰ ਪੈਨਸਿਲ ਆ, ਹੈ ਨਾ। ਦੇਖੋ ਇਹਦੇ 'ਚੋਂ ਕਿੰਨਾ ਸੋਹਣਾ ਲਿੰਗ ਨਿਕਲਦਾ ਹੈ। ਪੇਪਰ 'ਚ ਕੁਸਚਨ ਆਉਂਦਾ ਇਹ ਤੁਹਾਨੂੰ, ਹੈ ਨਾ, ਨਾਮ ਦੇ ਆਧਾਰ 'ਤੇ ਲਿੰਗਾਂ ਦੀ ਵੰਡ ਕਰਦੇ ਹਾਂ ਅਸੀਂ, ਕਦੇ ਨਹੀਂ ਕਰਦੇ, ਬਿਲਕੁਲ ਪੇਪਰ 'ਚ ਲਿਖਦੇ ਹਾਂ ਅਸੀਂ ਇਹ। ਹੁਣ ਜਿਹੜਾ ਸ਼ਬਦ ਬੋਧ ਆ, ਇਹਦੇ ਵਿੱਚ ਮੇਰਾ ਗੁੱਡੂ ਸਭ ਤੋਂ ਪਹਿਲਾਂ ਹੀ ਜਿਹੜਾ ਟੋਪਿਕ ਹੈ ਤੁਹਾਡਾ, ਉਹ ਹੋਊਗਾ ਜੀ ਨਾਮ, ਹੈ ਨਾ। ਨਾਮ ਹੁਣੇ ਹੀ ਮੈਂ ਲਿਖਿਆ ਤੁਹਾਨੂੰ। ਨਾਮ ਕਿਆ ਹੈ ਜੀ? ਜਦੋਂ ਆਪਾਂ ਕਿਸੇ ਚੀਜ਼ ਨੂੰ ਪੁਕਾਰਨਾ ਹੈ, ਪਛਾਣਨਾ ਹੈ, ਉਹਦਾ ਨਾਂ ਹੋਣਾ ਚਾਹੀਦਾ। ਹੁਣ ਕਈ ਵਾਰੀ ਸਾਨੂੰ ਕੋਈ ਬੁਲਾ ਲਵੇ, ਕੁੜੀਏ ਆਹ ਕੰਮ ਕਰਦੇ, ਕੁੜੀਏ ਆਹ ਕੰਮ ਕਰਦੇ, ਹੈ ਨਾ, ਅਸੀਂ ਕਹਿੰਦੇ ਹੁੰਦੇ ਮੇਰਾ ਨਾਂ ਵੀ ਹੈ ਕੋਈ, ਮੇਰਾ ਹੀ, ਮੇਰੀ ਇੱਕ ਪਛਾਣ ਆ। ਮਤਲਬ ਅਸੀਂ ਚੀਜ਼ਾਂ ਨੂੰ ਪਛਾਣ ਦਿੱਤੀ ਹੋਈ ਹੈ। ਇਹਦਾ ਨਾਂ ਫੋਨ ਆ, ਹੈ ਨਾ, ਇਹਦਾ ਨਾਂ ਸਾਬਣ ਨਹੀਂ ਹੈਗਾ। ਜੇ ਇਹਦਾ ਨਾਂ ਸਾਬਣ ਹੁੰਦਾ ਅਸੀਂ ਇਹਨੂੰ ਸਾਬਣ ਕਹੀ ਜਾਂਦੇ, ਹੈ ਨਾ। ਇਹਦਾ ਨਾਂ ਬੋਰਡ ਆ, ਇਹਦਾ ਨਾਂ ਫੱਟੀ ਨਹੀਂ ਹੈਗਾ, ਅਸੀਂ ਇਹਨੂੰ ਬੋਰਡ ਕਹਿੰਦੇ ਹਾਂ। ਹਰ ਚੀਜ਼ ਦੀ ਵੱਖਰੀ ਪਛਾਣ ਵਾਸਤੇ ਅਸੀਂ ਆਪ ਨਾਮ ਦਿੱਤੇ ਹੋਏ ਹਾਂ, ਦੈਟਸ ਕਾਲਡ ਨਾਊਨ। ਤਾਂ ਸ਼ਬਦ ਬੋਧ ਵਿੱਚ ਜਿਹੜਾ ਮੇਰਾ ਰਾਜਾ ਪੁੱਤ ਆ, ਉਹ ਪਹਿਲਾ ਜਿਹੜਾ ਤੁਹਾਡਾ ਟੋਪਿਕ ਰਹੂਗਾ, ਉਹ ਰਹੂਗਾ ਜੀ ਨਾਮ, ਠੀਕ ਹੈ ਨਾ। ਤਾਂ ਨਾਮ ਹੈ ਜਿਹੜਾ ਤੁਸੀਂ ਆਮ ਹੀ ਪੜ੍ਹਿਆ ਪੇਪਰਾਂ ਦੇ ਵਿੱਚ ਬਚਪਨ ਦੇ ਵਿੱਚ, ਕੀ ਇਹ 5 ਤਰ੍ਹਾਂ ਦਾ ਹੁੰਦਾ ਹੈ ਨਾ, ਨਾਮ। ਨਾਮ ਹੁੰਦਾ ਹੈ 5 ਤਰ੍ਹਾਂ ਦਾ, ਠੀਕ ਹੈ ਨਾ। ਇਹ ਵੈਸੇ ਮੈਂ ਕਰਾਉਣਾ ਹੀ, ਤੁਸੀਂ ਓਵਰਵਿਊ ਲੈ ਲਓ, ਕਰਾਂਗੇ ਆਪਾਂ ਅਗਲੀ ਕਲਾਸ 'ਚ, ਹੈ ਨਾ। ਹੁਣ ਤੁਸੀਂ ਥੱਕ ਵੀ ਗਏ ਹੋਣੇ, ਮੈਂ ਵੀ ਥੱਕ ਗਈ ਹਾਂ ਪੁੱਤ, ਹੈ ਨਾ, ਕੰਮ ਧੰਦਾ ਜਿਹਾ ਕਰਕੇ। ਔਰ 11:20 ਹੋਏ, ਵੈਸੇ 10 ਮਿੰਟ ਪਏ ਹੈ ਆਪਣੇ ਕੋਲ। ਦੇਖਾਂ, ਹੋ ਗਈ ਹੈ 1 ਘੰਟੇ ਦੀ ਕਲਾਸ, ਹੋ ਗਈ ਹੈ, ਬਹੁਤ ਹੈ ਬਸ 1 ਘੰਟੇ ਦੀ। ਤਾਂ ਜਿਹੜਾ ਨਾਮ ਹੈ ਮੇਰਾ ਬੇਟਾ, ਉਹ 5 ਤਰ੍ਹਾਂ ਦਾ ਹੁੰਦਾ ਤੁਹਾਡੇ ਕੋਲ, ਠੀਕ ਹੈ ਨਾ। ਜਿਵੇਂ ਕਿ ਮੈਂ ਆਪਣੇ ਨਾਮ ਤੋਂ ਹੀ ਸ਼ੁਰੂ ਕਰਾਂ, ਮਨੀ। ਮਨੀ ਮੇਰਾ ਨਾਮ ਹੈ, ਇੱਕ ਆਮ ਨਾਮ ਹੈ, ਇਹਨੂੰ ਕੋਈ ਨਹੀਂ ਜਾਣਦਾ, ਹੈ ਨਾ। ਹੁਣ ਜੇ ਮੈਂ ਇਹਦੀ ਜਗ੍ਹਾ ਲਿਖ ਦਵਾਂ ਉਰੇ, ਭਾਈ ਮਨੀ ਸਿੰਘ ਜੀ। ਭਾਈ ਮਨੀ ਸਿੰਘ ਜੀ ਨੂੰ ਸਾਰੇ ਜਾਣਦੇ ਆ, ਹੈ ਨਾ। ਭਾਈ ਮਨੀ ਸਿੰਘ ਜੀ ਇਹ ਕਿਆ ਹੈ ਜੀ ਸਾਡੇ ਕੋਲ? ਖਾਸ ਨਾਮ ਆ, ਭਾਈ ਮਨੀ ਸਿੰਘ ਜੀ ਖਾਸ ਨਾਮ ਆ, ਹੈ ਨਾ। ਇੱਕ ਹੁੰਦਾ ਪੈਸਾ ਮਨੀ, ਢੇਰ ਲੱਗਿਆ ਹੋਇਆ ਪੈਸੇ ਦਾ ਜੀ ਸਾਡੇ ਕੋਲ, ਢੇਰ ਲੱਗਿਆ ਹੋਇਆ, ਹੈ ਨਾ, ਇਕੱਠ ਆ ਕਿਸੇ ਚੀਜ਼ ਦਾ। ਤਾਂ ਜਦੋਂ ਚੀਜ਼ਾਂ ਦਾ ਇਕੱਠ ਹੋ ਜਾਂਦਾ ਹੈ ਜੀ, ਫਿਰ ਇਕੱਠਵਾਚਕ ਹੋ ਜਾਂਦੇ ਆ। ਜਿਹੜੀਆਂ ਚੀਜ਼ਾਂ ਤੋਲੀਆਂ ਜਾ ਸਕਦੀਆਂ ਆ, ਗਿਣੀਆਂ ਨਹੀਂ ਜਾ ਸਕਦੀਆਂ, ਮਿਣੀਆਂ ਜਾ ਸਕਦੀਆਂ, ਉਹ ਫਿਰ ਕਿਆ ਹੈ ਭਾਈ? ਉਹ ਵਸਤੂਵਾਚਕ ਆ ਜੀ ਤੁਹਾਡੇ ਕੋਲ, ਜਿਹਨੂੰ ਮਹਿਸੂਸ ਕੀਤਾ ਜਾ ਸਕਦਾ, ਮੈਂ ਬਹੁਤ ਅਮੀਰ ਹਾਂ, ਮੈਨੂੰ ਬਹੁਤ ਸਬਰ ਸੰਤੋਖ ਆ, ਉਹ ਭਾਵਵਾਚਕ ਹੋ ਜਾਣਗੇ ਜੀ। ਨਾਮ 5 ਤਰ੍ਹਾਂ ਦੇ ਹੁੰਦੇ, ਇੱਕ ਕੁਸਚਨ ਨਾਮ 'ਚੋਂ ਆਉਂਦਾ ਹੀ ਆਉਂਦਾ ਆ, ਠੀਕ ਹੈ ਨਾ। ਮੈਂ ਤੁਹਾਨੂੰ ਨਾ ਇੱਕ ਸ਼ੇਅਰ ਕਰ ਰਹੀ ਹਾਂ PDF, ਅਸਲ 'ਚ ਇਸੀ ਕਿਤਾਬ ਦਾ ਆ, ਸਰਕਾਰੀ ਕਿਤਾਬ ਦਾ PDF ਹੈ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ, ਮੈਂ ਡਾਊਨਲੋਡ ਕਰਿਆ ਹੈ, ਠੀਕ ਹੈ ਨਾ। ਔਰ ਉਹ ਤੁਸੀਂ ਸਾਰਿਆਂ ਨੇ ਪੜ੍ਹ ਲੈਣਾ, ਜਿਹਦੇ ਕੋਈ ਲਾਗੇ ਚਾਗੇ ਕੋਈ ਸਰਕਾਰੀ ਸਕੂਲ ਦਾ ਬੱਚਾ ਹੈਗਾ, ਉਹਦੀ ਕਿਤਾਬ ਤੁਸੀਂ ਲੈ ਵੀ ਸਕਦੇ ਹਾਂ, ਠੀਕ ਹੈ। ਹੋਪਸ ਹੋ ਗਏ ਤੁਹਾਨੂੰ ਮੇਰਾ ਬੱਚਾ, ਮੈਂ ਜਿੰਨਾ ਕੁ ਸਮਝਾਇਆ ਉਹ ਸਮਝ ਆ ਗਿਆ ਹੋਊਗਾ। ਆਪਣਾ ਖਿਆਲ ਰੱਖਣਾ ਆ, ਪੜ੍ਹਦੇ ਰਹਿਣਾ ਆ,
ਔਰ ਹਰ ਰੋਜ਼ ਪੜ੍ਹਨਾ ਆ, ਹੈ ਨਾ। ਮੌਸਮ ਹੁਣ ਥੋੜ੍ਹਾ ਜਿਹਾ ਬਦਲ ਗਿਆ ਹੈ, ਆਪਣਾ ਖਿਆਲ ਰੱਖਣਾ। ਰੋਜ਼ ਦੇ 2-3 ਘੰਟੇ ਤੁਸੀਂ ਪੜ੍ਹਨੇ ਹੀ ਪੜ੍ਹਨੇ ਆ, ਬਾਕੀ ਮੈਂ ਤਾਂ ਤੁਹਾਡੇ ਵਾਸਤੇ ਹਾਜ਼ਰ ਹੀ ਹਾਂ ਹਰ ਵਕਤ, ਹੈ ਨਾ ਮੇਰਾ ਬੇਟਾ। ਔਰ ਕਦੋਂ ਵੀ ਲੱਗੇ ਨਾ ਕਿ ਹਾਂ ਮਨ ਨਹੀਂ ਲੱਗ ਰਿਹਾ ਪੜ੍ਹਾਈ ਦੇ ਵਿੱਚ, ਤਾਂ ਆਪਣੇ ਆਪ ਨੂੰ ਤਿਆਰ ਕਰੋ, ਥੋੜ੍ਹਾ ਛੱਡ ਦਿਓ, ਥੋੜ੍ਹਾ ਬ੍ਰੇਕ ਲੈ ਲਓ ਚੀਜ਼ਾਂ ਦੇ ਵਿੱਚ। ਪਰ ਕੋਸ਼ਿਸ਼ ਕਰਨ ਵਾਲਾ ਬੰਦਾ ਹੈ ਨਾ ਜਿਹੜਾ, ਉਹ ਯਾਦ ਰੱਖਿਓ, ਉਹ ਹਮੇਸ਼ਾ ਜੰਗ ਨੂੰ ਜਿੱਤ ਜਾਂਦਾ ਆ। ਉਹੀ ਜਿੱਤਦਾ ਆ ਜੋ ਮੈਦਾਨ ਦੇ ਵਿੱਚ ਮੌਜੂਦ ਰਹਿੰਦਾ ਆ। ਮੈਦਾਨ ਜਿਹੜੇ ਛੱਡ ਕੇ ਚਲੇ ਜਾਂਦੇ ਨਾ, ਉਹ ਕਦੇ ਨਹੀਂ ਜਿੱਤ ਸਕਦੇ, ਇਹ ਯਾਦ ਰੱਖਿਓ ਮੇਰਾ ਬੇਟਾ। ਔਰ ਅਸੀਂ ਤਾਂ ਉਹੀ ਪੰਜਾਬੀ ਕੌਮ ਆ, ਅਤੇ ਸਾਨੂੰ ਹਾਰਨਾ ਨਹੀਂ ਆਉਂਦਾ, ਅਸੀਂ ਤਾਂ ਵੈਸੇ ਹੈ ਨਾ ਯੁੱਧਾਂ ਦੇ ਵਿੱਚ ਲੜਨ ਵਾਲੀ ਕੌਮ ਆ। ਆਪਣੇ ਆਪ 'ਤੇ ਵਿਸ਼ਵਾਸ ਰੱਖੋ, ਪਰਮਾਤਮਾ ਤੁਹਾਨੂੰ ਹਮੇਸ਼ਾ ਇਹ ਜੋ ਉਹ ਚੜ੍ਹਦੀ ਕਲਾ 'ਚ ਰੱਖੇ, ਤੁਹਾਨੂੰ ਸਮਝਣ ਅਤੇ ਸੋਚਣ ਦੀ ਜਿਹੜੀ ਤਾਕਤ ਹੈ ਉਹ ਬਣਾਈ ਰੱਖੇ, ਅਤੇ ਆਪਣਾ ਖਿਆਲ ਰੱਖਣਾ। ਇੰਨੇ ਕੁ ਸ਼ਬਦਾਂ ਦੇ ਨਾਲ ਮੈਂ ਮਨੀ ਸ਼ਰਮਾ ਤੁਹਾਤੋਂ ਜੋ ਹੈ ਉਹ ਹੁਣ ਅਲਵਿਦਾ ਲੈਂਦੀ ਹੈ। ਨੈਕਸਟ ਕਲਾਸ 'ਚ ਮਿਲਦੇ ਹਾਂ, ਉਦੋਂ ਤੱਕ ਆਪਣਾ ਖਿਆਲ ਰੱਖਿਓ, ਠੀਕ ਹੈ।